हाँ जी, तो आपां स्टार्ट करते हैं जीके दी डिस्कशन। तो सब तो पहला अपने को क्वेश्चन सी कि देश का दूजा डिप्टी प्रधानमंत्री कौन है। वैसे मैं तुहानू दसदा, जदों मैं पॉलिटी पढ़ाऊंगा तो मैं स्पष्ट कर दूंगा कि डिप्टी प्रधानमंत्री दे अहुदे का कोई कॉन्स्टिट्यूशनल स्टेटस है नहीं। डिप्टी प्रधानमंत्री किसी नू भी बनाया जा सकता है जे लोड़ पवे। ਡਿਪਟੀ ਪ੍ਰਧਾਨ ਮੰਤਰੀ ਵੈਸੇ ਕੋਈ ਖਾਸ ਨਹੀਂ ਹੁੰਦਾ, ਸਿਰਫ ਕਿਸੇ ਪ੍ਰਧਾਨ ਮੰਤਰੀ ਲੈਵਲ ਦੇ ਜੇ ਦੋ ਬੰਦੇ ਹੋਣ ਤਾਂ ਇੱਕ ਨੂੰ ਜੇ ਪ੍ਰਧਾਨ ਮੰਤਰੀ ਲਾਉਣਾ ਹੋਵੇ ਤੇ ਦੂਜੇ ਨੂੰ ਜਸਟ ਖੁਸ਼ ਕਰਨ ਵਾਸਤੇ ਡਿਪਟੀ ਪ੍ਰਧਾਨ ਮੰਤਰੀ ਲਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਡਿਪਟੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਕੋਈ ਹੈਸੀਅਤ ਨਹੀਂ। ਸੇਮ ਕਹਾਣੀ ਡਿਪਟੀ ਮੁੱਖ ਮੰਤਰੀ ਦੀ ਹੁੰਦੀ ਹੈ। ਸਰਚ ਕਰਕੇ ਆਇਓ ਤੇ ਲੱਭਿਓ ਤੇ ਕਿ ਪੰਜਾਬ ਦਾ ਪਹਿਲਾ ਡਿਪਟੀ ਮੁੱਖ ਮੰਤਰੀ ਕੌਣ ਲੱਗਿਆ ਤੇ ਉਹ ਪਹਿਲੀ ਗੈਰ ਕਾਂਗਰਸੀ ਸਰਕਾਰ 'ਚ ਹੀ ਲੱਗਿਆ ਸੀ। ਬੈਕ ਟੂ ਦੀ ਬੇਸਿਕਸ, ਉਹ ਸਰਕਾਰ ਅਕਾਲੀ ਦਲ ਤੇ ਜਨ ਸੰਘ ਨੇ ਮਿਲ ਕੇ ਬਣਾਈ ਸੀ। ਵਾਪਸ ਆ ਜਾਓ, ਆਪਾਂ ਚੱਲਦੇ ਹਾਂ ਜੀ ਆਪਣੇ ਇਸ ਕੁਐਸਚਨ ਤੇ। ਦੇਸ਼ ਦਾ ਪਹਿਲਾ ਡਿਪਟੀ ਪ੍ਰਧਾਨ ਮੰਤਰੀ ਸਰਦਾਰ ਪਟੇਲ ਸੀ, ਕਿਉਂਕਿ ਨਹਿਰੂ ਜੀ ਦੀ ਕੈਬਿਨੇਟ ਦੇ ਵਿੱਚ ਉਹ ਡਿਪਟੀ ਪ੍ਰਧਾਨ ਮੰਤਰੀ ਬਣੇ ਤੇ ਜਦੋਂ ਦੇਸ਼ ਨੂੰ ਇੰਦਰਾ ਗਾਂਧੀ ਐਜ਼ ਏ ਪੀਐਮ ਮਿਲੇ ਤਾਂ ਉਸ ਵੇਲੇ ਡਿਪਟੀ ਪ੍ਰਧਾਨ ਮੰਤਰੀ ਬਣੇ ਮੁਰਾਰਜੀ ਦੇਸਾਈ। ਟੈਕਨੀਕਲੀ ਵੈਸੇ ਤਾਂ ਦੇਖੋ ਪੰਜਾਬੀ 'ਚ ਕੁਝ ਮਿਸ ਹੋ ਗਿਆ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੇ ਇੰਗਲਿਸ਼ ਵਾਲੀ ਇੰਗਲਿਸ਼ 'ਚ ਸੈਕਿੰਡ ਲਿਖਿਆ ਪੰਜਾਬੀ 'ਚ ਨਹੀਂ ਲਿਖਿਆ ਤਾਂ ਟੈਕਨੀਕਲੀ ਸਵਾਲ ਵੈਸੇ ਤਾਂ ਗਲਤ ਆ, ਪਰ ਜਿੱਥੇ ਇੰਗਲਿਸ਼ ਪੰਜਾਬੀ 'ਚ ਵਿਵਾਦ ਆਇਆ ਤਾਂ ਇੰਗਲਿਸ਼ ਦੀ ਸਟੇਟਮੈਂਟ ਨੂੰ ਪੇਪਰ ਵਾਲੇ ਫਾਈਨਲ ਮੰਨ ਕੇ ਚੱਲਦੇ ਆ, ਕਿਉਂਕਿ ਤੁਹਾਨੂੰ ਡਾਊਟ ਆ ਹੀ ਜਾਣਾ ਸੀ ਕਿ ਭਾਰਤ ਦਾ ਉਪ ਪ੍ਰਧਾਨ ਮੰਤਰੀ ਕੌਣ ਆ। ਚੌਧਰੀ ਚਰਨ ਸਿੰਘ ਵੀ ਦੇਸ਼ ਦਾ ਡਿਪਟੀ ਪ੍ਰਧਾਨ ਮੰਤਰੀ ਰਿਹਾ ਹੋਇਆ ਹੈ। ਕਦੋਂ? ਜਦੋਂ 1977 'ਚ ਪਹਿਲੀ ਗੈਰ ਕਾਂਗਰਸੀ ਸਰਕਾਰ ਬਣੀ ਸੀ। ਉਸ ਤੋਂ ਬਿਨਾਂ ਜਗਜੀਵਨ ਰਾਮ, ਜਦੋਂ ਚੌਧਰੀ ਚਰਨ ਸਿੰਘ ਅੱਗੇ ਜਾ ਕੇ ਪ੍ਰਧਾਨ ਮੰਤਰੀ ਬਣਦੇ ਆ, ਮੈਂ ਸਟੋਰੀ ਸੁਣਾਈ ਆ, ਉਦੋਂ ਜਗਜੀਵਨ ਰਾਮ ਡਿਪਟੀ ਪ੍ਰਧਾਨ ਮੰਤਰੀ ਬਣ ਜਾਂਦੇ ਆ। ਸੋ ਆ ਵੀ ਸ਼ਖਸ ਮੁਰਾਰਜੀ ਦੇਸਾਈ ਵੀ ਇੰਦਰਾ ਗਾਂਧੀ ਵੇਲੇ ਦੇਸ਼ ਦਾ ਡਿਪਟੀ ਪ੍ਰਧਾਨ ਮੰਤਰੀ ਰਿਹਾ ਹੋਇਆ ਹੈ। ਜੇ ਇੱਕ ਇੱਕ ਆਪਸ਼ਨ 'ਚ ਤਿੰਨ ਤਿੰਨ ਡਿਪਟੀ ਪ੍ਰਧਾਨ ਮੰਤਰੀ ਆ। ਚੌਧਰੀ ਦੇਵੀ ਲਾਲ ਵੀ ਵੀਪੀ ਸਿੰਘ ਦੀ ਸਰਕਾਰ ਵੇਲੇ ਉਹਨਾਂ ਵੇਲਿਆਂ 'ਚ ਡਿਪਟੀ ਪ੍ਰਧਾਨ ਮੰਤਰੀ ਰਹੇ ਹੋਏ ਆ। ਚਾਰੇ ਹੀ ਬੰਦੇ ਡਿਪਟੀ ਪ੍ਰਧਾਨ ਮੰਤਰੀ ਵੱਖ ਵੱਖ ਸਮਿਆਂ 'ਚ ਰਹੇ ਆ। ਸੋ ਸਵਾਲ ਤਾਂ ਕਨਫਿਊਜ਼ਿੰਗ ਆ, ਇਟ ਮੀਨਸ ਇੱਥੇ ਪੁੱਛਿਆ ਗਿਆ ਕਿਹੜਾ? ਸੈਕਿੰਡ। ਪੇਪਰ 'ਚ ਆ ਗਿਆ ਕਿ ਪਹਿਲਾ ਡਿਪਟੀ ਪ੍ਰਧਾਨ ਮੰਤਰੀ ਪਟੇਲ, ਪੇਪਰ 'ਚ ਆ ਗਿਆ ਦੂਜਾ ਡਿਪਟੀ ਪ੍ਰਧਾਨ ਮੰਤਰੀ ਤਾਂ ਮੁਰਾਰਜੀ ਦੇਸਾਈ, ਪੇਪਰ 'ਚ ਆ ਗਿਆ ਪਹਿਲਾ ਗੈਰ ਕਾਂਗਰਸੀ ਡਿਪਟੀ ਪ੍ਰਧਾਨ ਮੰਤਰੀ ਤਾਂ ਚੌਧਰੀ ਚਰਨ ਸਿੰਘ। ਤੁਸੀਂ ਪਹਿਲਾਂ ਸੋਚਿਓ ਕਿ ਪਹਿਲੀ ਗੈਰ ਕਾਂਗਰਸੀ ਸਰਕਾਰ ਕਿਹੜੀ ਆ? ਮੁਰਾਰਜੀ ਦੇਸਾਈ। ਉਹਦੇ ਵਿੱਚ ਡਿਪਟੀ ਪ੍ਰਧਾਨ ਮੰਤਰੀ ਕੌਣ ਆ? ਚੌਧਰੀ ਚਰਨ ਸਿੰਘ। ਸੋ ਟੈਕਨੀਕਲੀ ਕਈ ਸਵਾਲਾਂ ਦੇ ਜਵਾਬ ਇੱਕ ਸਵਾਲ 'ਚੋਂ ਨਿਕਲ ਗਏ। ਬਾਕੀ 9 ਲੈਕਚਰਾਂ ਦੀ ਪੂਰੀ ਇੰਡੀਆ ਆਫਟਰ ਇੰਡੀਪੈਂਡੈਂਸ ਦੀ ਕਹਾਣੀ ਟੋਟਲੀ ਸਟੈਟਿਕ ਜੀਕੇ ਆ, ਤੇ ਸਮਝ ਆ ਗਈ ਨਾ ਕਿ ਸਟੈਟਿਕ ਜੀਕੇ ਨੂੰ ਕਿਵੇਂ ਕਰੀਦਾ ਹੁੰਦਾ ਹੈ। ਸੋ ਇਹ ਸਟੈਟਿਕ ਜੀਕੇ ਦਾ ਇੱਕ ਤਜਰਬਾ ਸੀ ਜਿਹੜਾ ਤੁਹਾਡੇ ਨਾਲ ਸਾਂਝਾ ਹੋਇਆ। ਬੈਕ ਟੂ ਦੀ ਬੇਸਿਕਸ, ਵਾਪਸ ਆ ਜਾਓ। ਦੇਸ਼ ਦੀ ਚੌਥੀ 5 ਸਾਲੀ ਯੋਜਨਾ, ਹੁਣ ਮੈਂ ਦੱਸਿਆ ਸੀ 3 5-year ਪਲਾਨ ਚੱਲੇ, ਫਿਰ ਰੁਲ ਗਏ, ਫਿਰ ਇੱਕ ਇੱਕ ਪਲਾਨ ਆਇਆ। 1969 'ਚ ਚੌਥਾ 5-year ਪਲਾਨ ਜਿਹੜਾ ਹੈ ਉਹ ਲਾਂਚ ਕੀਤਾ ਗਿਆ। ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਿਆ ਸੀ, ਸਟੈਟਿਕ ਜੀਕੇ ਪੜਾਉਂਦੇ ਹੋਏ ਜਾਂ 5-year ਪਲਾਨ ਬਣਾਉਂਦੇ ਹੋਏ, ਕਿ ਚੌਥਾ 5-year ਪਲਾਨ ਗੜਗੀਰ ਫਾਰਮੂਲਾ ਸੀਗਾ। ਬਿਕੋਜ਼ ਉਹਦੇ 'ਚ ਇਸ ਦੇਸ਼ ਦੇ ਵਿੱਚ ਜਿਹੜੇ ਉਸ ਵੇਲੇ ਦੇ ਪਲੈਨਿੰਗ ਕਮਿਸ਼ਨ ਦੇ ਡਿਪਟੀ ਚੇਅਰਮੈਨ ਸੀ ਡਾਕਟਰ ਗੜਗਿਲ, ਉਹਨਾਂ ਨੇ ਫਿਰ ਇੱਕ ਫਾਰਮੂਲਾ ਤਿਆਰ ਕੀਤਾ ਸੀ ਜਿਸ ਆਧਾਰ ਤੇ ਅੱਗੇ ਜਾ ਕੇ ਗਰੀਬ ਸਟੇਟਾਂ ਨੂੰ ਅੱਡ ਕੱਢਿਆ ਗਿਆ ਤੇ ਗਰੀਬ ਸਟੇਟਾਂ ਨੂੰ ਵਿਸ਼ੇਸ਼ ਸਹੂਲਤਾਂ ਮਿਲੀਆਂ। ਉਹ ਗੜਗਿਰ ਫਾਰਮੂਲਾ ਚੌਥੇ 5-year ਪਲਾਨ 'ਚ ਲਾਂਚ ਹੋਇਆ ਸੀਗਾ। ਚੌਥੇ 5-year ਪਲਾਨ 'ਚ ਇੱਕ ਹੋਰ ਚੀਜ਼ ਬੜੀ ਵਧੀਆ ਹੋਈ, ਚੌਥੇ 5-year ਪਲਾਨ ਦੇ ਵਿੱਚ 14 ਬੈਂਕ ਸਰਕਾਰੀ ਕੀਤੇ ਗਏ। ਚੌਥੇ 5-year ਪਲਾਨ ਦੇ ਵਿੱਚ ਹਰ ਸਰਕਾਰੀ ਬੈਂਕ ਨੂੰ ਇੱਕ ਇੱਕ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਗਈ, ਉਹਨੂੰ ਕਿਹਾ ਗਿਆ ਲੀਡ ਬੈਂਕ ਸਕੀਮ। ਸੋ ਲੀਡ ਬੈਂਕ ਸਕੀਮ
ਤੇ ਚੌਥੀ ਗੱਲ ਦੂਜੀ ਗੱਲ ਗੜਗਿਲ ਫਾਰਮੂਲਾ ਤੇ ਤੀਜੀ ਗੱਲ 14 ਬੈਂਕਾਂ ਦਾ ਰਾਸ਼ਟਰੀਕਰਨ। ਇਹ ਤਿੰਨੇ ਚੀਜ਼ਾਂ ਚੌਥੇ 5-year ਪਲਾਨ ਨਾਲ ਸੰਬੰਧਿਤ ਆ 1969 ਤੋਂ ਲੈ ਕੇ 1974 ਤੱਕ। ਤੇ ਇਹਦੇ ਚ ਬਾਕੀ ਸਾਰਿਆਂ ਨੂੰ ਪਤਾ ਹੈ ਕਿ ਡਰੋਟ ਏਰੀਆ ਪ੍ਰੋਗਰਾਮ ਕਈ ਕੁਛ ਸ਼ੁਰੂ ਹੋਇਆ। ਕਹਿੰਦੇ 86th ਕੌਨਸਟੀਟਿਊਸ਼ਨਲ ਅਮੈਂਡਮੈਂਟ, ਯਾਦ ਆ ਜਦੋਂ ਮੈਂ ਇੱਕ ਗੱਲ ਸਮਝਾਈ ਸੀ ਕਿ ਅਟਲ ਬਿਹਾਰੀ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤੇ ਇੰਡੀਆ ਦੇ ਵਿੱਚ ਵਿਦਿਆ ਦੀ ਕ੍ਰਾਂਤੀ ਲੈ ਕੇ ਆਏ ਸੀ ਉਹ, ਠੀਕ ਆ। ਸਕੂਲ ਚਲੇ ਹਮ ਨਾਰਾ ਦੂਰਦਰਸ਼ਨ ਦੇ ਚੱਲਿਆ ਸੀ। ਉਹਨਾਂ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ 21A ਆਰਟੀਕਲ ਐਡ ਕਰਵਾਤਾ ਸੀ। ਰਾਈਟ ਟੂ ਲਾਈਫ ਹੁੰਦਾ, ਜੀਣ ਦਾ ਹੱਕ ਆ ਆਰਟੀਕਲ 21, ਉਹਦੇ ਥੱਲੇ 21A ਰਾਈਟ ਟੂ ਐਜੂਕੇਸ਼ਨ। ਆਪਾਂ ਨੂੰ ਕੀ ਲੱਗਦਾ ਕਿ ਸਰਕਾਰ ਨੇ ਆਪਣੀ ਮਰਜ਼ੀ ਨਾਲ ਹੀ ਕਰਤਾ? ਨਹੀਂ, ਇਹਦੇ ਮਗਰ ਇੱਕ ਬੜੀ ਲੰਮੀ ਕਹਾਣੀ ਆ। ਕਹਿੰਦੇ ਸਭ ਤੋਂ ਪਹਿਲਾਂ 1990 'ਚ ਰਾਮ ਮੂਰਤੀ ਕਮੇਟੀ ਦੀ ਰਿਪੋਰਟ ਆਈ ਤੇ ਲਿਖਿਆ ਗਿਆ ਕਿ ਸਾਡੇ ਦੇਸ਼ 'ਚ ਰਾਈਟ ਟੂ ਐਜੂਕੇਸ਼ਨ ਨੂੰ ਕੌਨਸਟੀਟਿਊਸ਼ਨ 'ਚ ਐਡ ਕਰ ਦੇਣਾ ਚਾਹੀਦਾ। ਉਹਦੇ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਉਮੀ ਕ੍ਰਿਸ਼ਨਾ ਵਰਸਿਜ ਸਟੇਟ ਆਫ ਆਂਧਰਾ ਕੇਸ 'ਚ ਸਪਸ਼ਟ ਕਹਿਤਾ ਕਿ ਯਾਰ ਰਾਈਟ ਟੂ ਐਜੂਕੇਸ਼ਨ ਇਜ਼ ਅ ਫੰਡਾਮੈਂਟਲ ਰਾਈਟ। ਜਦੋਂ ਸੁਪਰੀਮ ਕੋਰਟ ਕਹਿ ਚੁੱਕੀ ਆ, ਸਰਕਾਰ ਦੀ ਇੱਕ ਰਿਪੋਰਟ 'ਚ ਆ ਚੁੱਕਿਆ ਹੈ, ਤੇ ਫਾਈਨਲੀ ਜਾ ਕੇ ਫਿਰ 86th ਕੌਨਸਟੀਟਿਊਸ਼ਨਲ ਅਮੈਂਡਮੈਂਟ ਹੋਈ। 86ਵੀਂ ਸੰਵਿਧਾਨਕ ਸੋਧ ਦੇ ਨਾਲ ਕੌਨਸਟੀਟਿਊਸ਼ਨ ਦੇ ਵਿੱਚ ਇੱਕ ਆਰਟੀਕਲ ਐਡ ਹੋਇਆ 21A। 86th ਅਮੈਂਡਮੈਂਟ ਨਾਲ ਕਈ ਕੁਛ ਐਡ ਹੋਇਆ, ਪਰ ਮੈਂ ਤਾਂ ਸਿਰਫ 21A ਤੇ ਫੋਕਸ ਕਰੂੰਗਾ ਕਿ 21A ਰਾਈਟ ਟੂ ਐਜੂਕੇਸ਼ਨ ਆ ਗਿਆ। ਤੇ ਸਭ ਤੋਂ ਇੰਪੋਰਟੈਂਟ ਗੱਲ, ਐਜੂਕੇਸ਼ਨ ਦਾ ਅਧਿਕਾਰ ਲਾਗੂ ਕਰਨ ਵਾਸਤੇ ਫਿਰ ਐਕਟ ਆਇਆ, ਕਾਨੂੰਨ ਬਣਾਇਆ 2009 'ਚ। ਇਹ ਸਾਡੀ ਸਰਕਾਰ ਦੀ ਕਮੀ ਰਹੀ ਹੈ ਕਿ ਕੌਨਸਟੀਟਿਊਸ਼ਨ ਤਾਂ ਤੁਸੀਂ ਲਿਖਤਾ ਕਿ 14 ਸਾਲ ਦੇ ਬੱਚਿਆਂ ਨੂੰ ਵਿੱਦਿਆ ਦੇਵਾਂਗੇ, ਪਰ ਵਿੱਦਿਆ ਦੇਣ ਲਈ ਕਾਨੂੰਨ ਵੀ ਤਾਂ ਚਾਹੀਦਾ ਹੈ। ਤੇ ਕਾਨੂੰਨ ਬਣਿਆ ਜਾ ਕੇ ਕਿੰਨੇ ਚਿਰ ਬਾਅਦ? 2009 ਦੇ ਵਿੱਚ। ਸੋ ਬੈਕ ਟੂ ਦੀ ਬੇਸਿਕਸ, ਨੈਕਸਟ। ਉਸ ਤੋਂ ਬਾਅਦ ਅੱਗੇ ਆ ਜਾਓ। ਕਹਿੰਦੇ ਕਿਹੜੀ ਸੰਵਿਧਾਨਕ ਸੋਧ ਨੂੰ ਮਿੰਨੀ ਕੌਨਸਟੀਟਿਊਸ਼ਨ ਕਿਹਾ ਜਾਂਦਾ ਹੈ? ਮੈਨੂੰ ਲੱਗਦਾ ਸਭ ਜਾਣਦੇ ਆ ਕਿ ਇੰਦਰਾ ਗਾਂਧੀ ਨੇ ਐਮਰਜੈਂਸੀ ਦੇ ਦੌਰਾਨ ਇੱਕ ਬਹੁਤ ਖਤਰਨਾਕ ਕੌਨਸਟੀਟਿਊਸ਼ਨਲ ਅਮੈਂਡਮੈਂਟ ਕੀਤੀ। ਵੈਸੇ ਤਾਂ ਬਹੁਤ ਸਾਰੀਆਂ ਅਮੈਂਡਮੈਂਟ ਸੀ, ਬਟ ਇੱਕ ਅਮੈਂਡਮੈਂਟ ਇਹੋ ਜੀ ਜਿਹਦੇ ਨਾਲ ਭਾਰਤ ਦੇ ਸੰਵਿਧਾਨ 'ਚ ਕਈ ਭਾਗ ਵੀ ਜੋੜ ਦਿੱਤੇ ਗਏ, ਕਈ ਪਾਰਟਸ ਦੇ ਵਿੱਚ ਚੇਂਜ ਕਰ ਦਿੱਤਾ ਗਿਆ, ਉਹਨੂੰ ਕਿਹਾ ਜਾਂਦਾ ਹੈ 42ਵੀਂ ਕੌਨਸਟੀਟਿਊਸ਼ਨਲ ਅਮੈਂਡਮੈਂਟ, 42nd ਕੌਨਸਟੀਟਿਊਸ਼ਨਲ। ਹੋਰ ਛੱਡੋ, ਲੋਕ ਸਭਾ 5 ਸਾਲ ਦੀ ਹੈ ਨਾ, 6 ਸਾਲ ਦੀ ਕਰਤੀ, ਵਿਧਾਨ ਸਭਾ 5 ਸਾਲ ਦੀ ਹੈ, 6 ਸਾਲ ਦੀ ਕਰਤੀ। ਇੰਨਾ ਕੁ ਕੁਛ ਦੇਸ਼ 'ਚ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਨੂੰ ਕਿਹਾ ਜਾਂਦਾ ਹੈ ਮਿੰਨੀ ਕੌਨਸਟੀਟਿਊਸ਼ਨ ਆਫ ਇੰਡੀਆ। ਖੈਰ, ਨੈਕਸਟ ਅੱਗੇ ਆ ਗਿਆ। ਭਾਰਤ ਦੇ ਵਿੱਚ ਇਕਨੋਮਿਕ ਰਿਫੋਰਮਸ ਦਾ ਪ੍ਰੋਗਰਾਮ ਕਦੋਂ ਸਟਾਰਟ ਹੋਇਆ? ਮੈਂ ਤੁਹਾਨੂੰ ਇਹ ਲੈਕਚਰ ਪੜ੍ਹਾ ਰਿਹਾ ਸੀ ਤੇ ਮੈਂ ਉਦੋਂ ਕਿਹਾ ਸੀ ਕਿ ਮੈਂ ਇੱਕ ਤਰੀਕ ਭੁੱਲ ਗਿਆ, ਤੁਸੀਂ ਕਰ ਲਿਓ ਸਰਚ। ਉਹ ਤਰੀਕ ਅੱਜ ਟੈਸਟ 'ਚ ਆ ਗਈ। ਤਰੀਕ ਇਹ ਸੀ ਕਿ 1991 'ਚ ਜਦੋਂ ਕਾਂਗਰਸ ਵੋਟਾਂ ਜਿੱਤ ਕੇ ਆਉਂਦੀ ਹੈ, ਤਾਂ ਜਿੱਤਣ ਤੋਂ ਬਾਅਦ ਕਾਂਗਰਸ 24 ਜੁਲਾਈ 1991 ਨੂੰ ਆਪਣਾ ਪਹਿਲਾ ਬਜਟ ਪੇਸ਼ ਕਰਦੀ ਹੈ, ਜਿਹਨੂੰ LPG ਬਜਟ ਕਿਹਾ ਜਾਂਦਾ ਹੈ। ਲਿਬਰਲਾਈਜੇਸ਼ਨ, ਉਧਾਰੀਕਰਨ, ਪ੍ਰਾਈਵੇਟਾਈਜੇਸ਼ਨ, ਨਿੱਜੀਕਰਨ, ਪਲੀਜ਼, ਗਲੋਬਲਾਈਜੇਸ਼ਨ, ਵਿਸ਼ਵੀਕਰਨ। ਸੋ ਇਹ ਪਹਿਲਾ ਸ਼ਾਨਦਾਰ ਬਜਟ ਸੀ ਜਿਹਦੇ ਤੋਂ ਬਾਅਦ ਇੰਡੀਆ ਦੇ ਵਿੱਚ ਲਾਇਸੈਂਸ ਰਾਜ ਖਤਮ ਹੋਇਆ, ਇੰਡੀਆ ਦੇ ਵਿੱਚ ਪ੍ਰਾਈਵੇਟ ਪਲੇਅਰਸ ਨੂੰ ਮੌਕਾ ਮਿਲਿਆ ਕਿ ਆਓ ਬਿਜ਼ਨਸ ਕਰੋ। ਇਹ ਇਸ ਦਿਨ ਨੂੰ ਅਸੀਂ LPG ਡੇ ਦੇ ਤੌਰ ਤੇ ਵੀ ਮਨਾਉਂਦੇ ਹਾਂ, 24 ਜੁਲਾਈ 1991 ਨੂੰ। ਇਸ ਦਿਨ ਭਾਰਤ ਦੀ ਨਵੀਂ ਆਰਥਿਕ ਨੀਤੀ ਲਾਂਚ ਹੋਈ ਸੀ, ਜਿਹਨੂੰ ਕਿ 1992 ਤੋਂ ਸ਼ੁਰੂ ਕੀਤਾ ਗਿਆ। ਖੈਰ, ਬੈਕ ਟੂ ਦੀ ਬੇਸਿਕਸ, ਵਾਪਸ ਆ ਜਾਓ। ਕਹਿੰਦੇ ਕਿਹੜੇ ਸਾਲ ਵੋਟਾਂ ਪਾਉਣ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਗਈ? ਬੜੇ ਗੌਰ ਨਾਲ ਸੁਣਿਓ। ਰਾਜੀਵ ਗਾਂਧੀ ਨੇ 2 ਇਤਿਹਾਸਕ ਫੈਸਲੇ ਕੀਤੇ ਆ ਜੋ ਸੰਵਿਧਾਨਕ ਤੌਰ ਤੇ ਬੜੇ ਜ਼ਬਰਦਸਤ ਸਾਬਤ ਹੋਏ। ਇੱਕ ਤਾਂ ਦਲ ਬਦਲੂਆਂ ਦੀ ਸਿਆਸਤ ਖਤਮ ਕਰਨ ਦੀ ਗੱਲ ਕੀਤੀ ਉਹਨਾਂ ਨੇ, ਉਹ ਜਿਹੜੇ ਇੱਧਰ ਉੱਧਰ ਛਾਲਾਂ ਮਾਰ ਜਾਂਦੇ ਸੀ,
ਕਨਸਟੀਟਿਊਸ਼ਨ ਦੇ ਵਿੱਚ ਇੱਕ ਸੰਵਿਧਾਨਕ ਸੋਧ ਲੈ ਕੇ ਆਏ 52ਵੀਂ ਸੰਵਿਧਾਨਕ ਸੋਧ 52nd ਕਨਸਟੀਟਿਊਸ਼ਨਲ ਅਮੈਂਡਮੈਂਟ ਕਰਕੇ 1985 ਦੇ ਵਿੱਚ ਦਲ ਬਦਲੂ ਕਾਨੂੰਨ ਲੈ ਕੇ ਆਏ ਐਂਟੀ ਡਿਫੈਕਸ਼ਨ ਲਾਅ ਕਿ ਜਿਹੜੇ ਦਲ ਬਦਲ ਜਾਂਦੇ ਆ ਉਹਨਾਂ ਦੀ ਐਮਪੀਸ਼ਿਪ ਜਾਂ ਐਮਐਲਏਸ਼ਿਪ ਵੀ ਕੈਂਸਲ ਹੋਊਗੀ ਜੇ ਕੋਈ ਆਮ ਆਦਮੀ ਛੱਡ ਕੇ ਕਿਸੇ ਦੂਜੀ ਪਾਰਟੀ 'ਚ ਗਿਆ ਹੈ ਅਤੇ ਜੇ ਉਹ ਐਮਐਲਏ ਆ ਤਾਂ ਉਹਦੀ ਐਮਐਲਏਸ਼ਿਪ ਵੀ ਕੈਂਸਲ ਜੇ ਕੋਈ ਕਾਂਗਰਸ ਛੱਡ ਕੇ ਕਿਸੇ ਪਾਰਟੀ 'ਚ ਗਿਆ ਹੈ ਅਤੇ ਐਮਪੀ ਆ ਉਹਦੀ ਐਮਪੀਸ਼ਿਪ ਕੈਂਸਲ ਤਾਂ ਹੀ ਤਾਂ ਇਹ ਕਿੱਥੇ ਕਦੋਂ ਦਲ ਬਦਲਦੇ ਆ ਕੇ ਭਲਾ ਅਹਿਮ ਵੋਟਾਂ ਦੇ ਨੇੜੇ ਜਦੋਂ ਇਹਨਾਂ ਦਾ ਟਨਿਓਰ ਮੁੱਕ ਜਾਂਦਾ ਹੈ ਪਰ ਕਈ ਵਾਰੀ ਅੱਧ ਵਿਚਾਲੇ ਵੀ ਹੁਣ ਇੱਕ ਐਮਐਲਏ ਕਾਂਗਰਸ ਨਾਲ ਸੰਬੰਧਿਤ ਆ ਉਹ ਮਤਲਬ ਕਿ ਹਜੇ ਐਮਐਲਏ ਦੇ ਇਲੈਕਸ਼ਨਾਂ ਨੂੰ ਤਾਂ 2.5-3 ਸਾਲ ਪਏ ਆ ਉਹਨਾਂ ਨੂੰ 2.5 ਸਾਲ ਪਹਿਲਾਂ ਹੀ ਕਾਂਗਰਸ ਵੱਲੋਂ ਆਪਣਾ ਦਲ ਬਦਲ ਕੇ ਆਮ ਆਦਮੀ 'ਚ ਜਾਣਾ ਪੈ ਗਿਆ ਤਾਂ ਉਹਨਾਂ ਦੇ ਖਿਲਾਫ ਐਂਟੀ ਡਿਫੈਕਸ਼ਨ ਲੱਗ ਸਕਦਾ ਹੈ ਲੱਗੂਗਾ ਕਿ ਨਹੀਂ ਇਹ ਤਾਂ ਪੋਲਿਟੀ 'ਚ ਪੜਾਊਗਾ ਪਰ ਉਹਨੂੰ ਰੋਕਣ ਦੀ ਇੱਕ ਬੜੀ ਇਮਾਨਦਾਰ ਕੋਸ਼ਿਸ਼ ਸੀ ਕਹਿੰਦੇ ਆ ਕਿ 1966-67 ਦੇ ਵਿੱਚ ਹਰਿਆਣਾ ਜਦੋਂ ਪੰਜਾਬ 'ਚੋਂ ਨਵਾਂ ਅੱਡ ਹੋਇਆ ਸੀਗਾ ਤਾਂ ਹਰਿਆਣੇ 'ਚ ਜਿਹੜੀ ਪਹਿਲੀ ਸਰਕਾਰ ਬਣੀ ਸੀ ਉਹਦੇ 'ਚ ਇੱਕ ਗਯਾ ਲਾਲ ਨਾਮ ਦਾ ਐਮਐਲਏ ਸੀਗਾ ਜਿਹੜਾ 3-4 ਵਾਰ ਦਲ ਬਦਲ ਗਿਆ ਇਸੇ ਕਰਕੇ ਇਹਨੂੰ ਗਯਾ ਰਾਮ ਆਇਆ ਰਾਮ ਪੋਲਿਟਿਕਸ ਵੀ ਕਹਿੰਦੇ ਆ ਇਹਦੇ 'ਤੇ ਪਹਿਲਾ ਸ਼ਿਕੰਜਾ 1980 'ਚ ਕੱਸਿਆ ਸੀਗਾ ਵੈਸਟ ਬੰਗਾਲ ਦੀ ਸਰਕਾਰ ਨੇ ਵੈਸਟ ਬੰਗਾਲ ਦੀ ਸਰਕਾਰ ਉਹ ਪਹਿਲੀ ਸਰਕਾਰ ਆ ਜਿਹੜੀ ਐਂਟੀ ਡਿਫੈਕਸ਼ਨ 'ਤੇ ਸਟੇਟ ਲੈਵਲ 'ਤੇ ਕਾਨੂੰਨ ਲੈ ਕੇ ਆਈ ਅਤੇ 85 'ਚ ਸੰਵਿਧਾਨ 'ਚ ਸੋਧ ਕਰਕੇ ਦਲ ਬਦਲੂਆਂ ਦੀ ਗਿੱਛੀ ਮਰੋੜਨ ਵਾਸਤੇ ਕਾਨੂੰਨ ਲੈ ਕੇ ਆਏ ਰਾਜੀਵ ਗਾਂਧੀ ਬੈਕ ਟੂ ਦੀ ਬੇਸਿਕਸ ਮਕਸਦ ਇਹ ਨਹੀਂ ਸੀਗਾ ਮਕਸਦ ਆ ਦੂਜੀ ਗੱਲ ਪੜਾਉਣੀ ਕਿ ਉਹਨਾਂ ਨੇ ਇੱਕ ਕੰਮ ਹੋਰ ਕੀਤਾ ਭਾਰਤ ਦੇ ਸੰਵਿਧਾਨ ਦੇ ਵਿੱਚ ਅਨੁਛੇਦ 326 ਆਰਟੀਕਲ 326 'ਚ ਸਪਸ਼ਟ ਲਿਖਿਆ ਹੈ ਕਿ ਹਰ ਇੱਕ ਉਹ ਸ਼ਖਸ ਜੋ ਅਡਲਟ ਆ ਬਾਲਗ ਆ ਵੋਟ ਪਾਊਗਾ ਹਰ ਬਾਲਗ ਨੂੰ ਵੋਟ ਪਾਉਣ ਦਾ ਅਧਿਕਾਰ ਆ ਤੇ ਬਾਲਗ ਦੀ ਉਮਰ 21 ਸਾਲ ਆ 80 ਕਨਸਟੀਟਿਊਸ਼ਨਲ ਅਮੈਂਡਮੈਂਟ 61st ਕਨਸਟੀਟਿਊਸ਼ਨਲ ਅਮੈਂਡਮੈਂਟ 1988 61ਵੀਂ ਸੰਵਿਧਾਨਕ ਸੋਧ 1988 'ਚ ਹੋਈ ਪਰ ਲਾਗੂ ਹੋਈ ਜਾ ਕੇ 1989 'ਚ ਲਾਗੂ ਹੋਈ ਜਾ ਕੇ 1989 'ਚ ਤੇ ਇਹਦੇ ਨਾਲ ਭਾਰਤ ਦੇ ਵਿੱਚ ਉਮਰ ਵੋਟ ਪਾਉਣ ਦੀ ਅਡਲਟ ਦੀ 21 ਸਾਲ ਤੋਂ ਘਟਾ ਕੇ ਕਿੰਨੇ ਸਾਲ ਕਰਤੀ 18 ਸਾਲ ਸੋ ਰਾਜੀਵ ਗਾਂਧੀ ਦੇ ਵੇਲੇ 2 ਇਤਿਹਾਸਕ ਕਦਮ ਆਪਾਂ ਇੰਪੋਰਟੈਂਟ ਪੁਆਇੰਟ ਦੇ ਹਿਸਾਬ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਆ ਬੈਕ ਟੂ ਦੀ ਬੇਸਿਕਸ ਵੱਧ ਅੱਗੇ ਆ ਜਾਓ ਕਹਿੰਦੇ ਉਹ ਕਿਹੜਾ 5-ਈਅਰ ਪਲਾਨ ਸੀ ਜਿਹਦੇ 'ਚ ਇੱਕ ਵਰਡ ਆਇਆ ਸੀਗਾ ਟਿਕਾਊ ਸਸਟੇਨੇਬਲ ਦੇਖੋ ਸਮਾਵੇਸ਼ ਇਨਕਲੂਸਿਵ ਸ਼ਬਦ ਐਡ ਹੋਇਆ ਸੀ 11ਵੇਂ ਪਲਾਨ 'ਚ ਤੇ ਸਸਟੇਨੇਬਲ ਗੌਰ ਫਰਮਾਇਓ ਕੀ ਭਲਾ ਸਸਟੇਨੇਬਲ ਟਿਕਾਊ ਵਿਕਾਸ ਜਿਹਨੂੰ ਯਾਦ ਆ ਚੰਗੀ ਗੱਲ ਆ ਜਿਹਨੂੰ ਨਹੀਂ ਯਾਦ ਉਹਨਾਂ ਨੂੰ ਮਾੜੀ ਗੱਲ ਆ ਇਹ ਤਾਂ ਬਹੁਤ ਅਪਡੇਟਡ ਜਿਹਾ ਲੈਕਚਰ ਆ ਲੇਟੈਸਟ ਲੈਕਚਰ 'ਚ ਦੱਸਿਆ ਸੀ ਕਿ 11ਵੇਂ 5-ਈਅਰ ਪਲਾਨ ਦੇ ਵਿੱਚ ਆਇਆ ਸੀਗਾ ਇਨਕਲੂਸਿਵ ਸਮਾਵੇਸ਼ੀ ਵਿਕਾਸ ਹਰ ਗਰੀਬ ਨੂੰ ਨਾਲ ਲੈ ਕੇ ਚੱਲਣਾ ਤੇ 12ਵੇਂ ਪਲਾਨ 'ਚ ਆਇਆ ਸੀ ਸਸਟੇਨੇਬਲ ਡਿਵੈਲਪਮੈਂਟ ਟਿਕਾਊ ਵਿਕਾਸ ਤੇ ਟਿਕਾਊ ਵਿਕਾਸ ਦਾ ਮਕਸਦ ਮਤਲਬ ਹੁੰਦਾ ਹੈ ਆਉਣ ਵਾਲੀਆਂ ਪੀੜ੍ਹੀਆਂ ਦਾ ਵਿਕਾਸ ਵੀ ਵਿੱਚ ਲੈ ਕੇ ਚੱਲਣਾ ਸੋ ਆਹ ਪੇਪਰ 'ਚ ਸਵਾਲ ਆ ਸਕਦੇ ਸੀਗੇ ਨੈਕਸਟ 23ਵਾਂ ਸਵਾਲ UPA ਦੀ ਫੁੱਲ ਫਾਰਮ ਕੀ ਹੈ ਦੇਖੋ UPA ਕਾਂਗਰਸ ਦਾ ਤੇ ਕਾਂਗਰਸ ਦੇ ਸਾਥੀ ਦਲਾਂ ਦਾ ਗੱਠਜੋੜ ਆ ਹੁਣ ਗੱਠਜੋੜ ਦਾ ਨਾਮ ਆ INDIA ਮੈਨੂੰ ਇਹਦਾ ਤਾਂ ਨਹੀਂ ਪਤਾ ਕੀ ਆ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਅੱਗੇ ਪਤਾ ਨਹੀਂ ਏਜੰਸੀ ਪਤਾ ਨਹੀਂ ਕੀ ਕੁਛ ਐਵੇਂ ਦਾ ਬਣਾਇਆ ਇਹਨਾਂ ਨੇ ਫੁੱਲ ਫਾਰਮ ਇੰਡੀਆ ਦੀ ਵੀ ਫੁੱਲ ਫਾਰਮ ਬਣੀ ਹੋਈ ਹੈ ਬਟ ਇਸ ਤੋਂ ਪਹਿਲਾਂ ਜਿਹੜੇ 2 ਗੱਠਜੋੜ ਸੀਗੇ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਤੇ ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ UPA 2004 'ਚ ਹੋਂਦ 'ਚ ਆਇਆ ਸੀ ਤੇ NDA 1997-98 'ਚ ਹੋਂਦ 'ਚ ਆਇਆ ਸੀਗਾ ਜਦੋਂ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਬਣਦੀ ਹੈ 98 ਦੀ ਗੱਲ ਆ
ਐਨਡੀਏ ਨੈਸ਼ਨਲ ਡੈਮੋਕਰੇਟਿਕ ਅਲਾਈਅੰਸ ਜਿਹੜਾ ਬੀਜੇਪੀ ਤੇ ਬੀਜੇਪੀ ਦੇ ਸਾਥੀ ਦਲਾਂ ਦਾ ਸੰਗਠਨ ਆ, ਤੇ ਦੂਜੇ ਪਾਸੇ ਆਪਣਾ ਯੂਪੀਏ ਯੂਨਾਈਟਿਡ ਪ੍ਰੋਗਰੈਸਿਵ ਅਲਾਈਅੰਸ। ਆਪਸ਼ਨ ਕਿਹੜੀ ਸਹੀ ਹੋ ਗਈ ਇਸ ਹਿਸਾਬ ਨਾਲ? ਤੀਸਰੀ ਆਪਸ਼ਨ ਸਹੀ ਹੋ ਗਈ, ਠੀਕ ਹੈ। ਸੋ ਬੈਕ ਟੂ ਦੀ ਬੇਸਿਕਸ ਵਾਪਸ ਚੱਲਦੇ ਹਾਂ। ਅਗਲਾ ਸਵਾਲ ਆ ਗਿਆ ਨੀਤੀ ਆਯੋਗ ਤੇ ਨੀਤੀ ਸਟੈਂਡਸ ਫੋਰ, ਸੇਮ ਉਹੀ ਸਵਾਲ, ਨੀਤੀ ਆਯੋਗ ਕੀ ਹੈ ਭਲਾ? ਪਲੈਨਿੰਗ ਕਮਿਸ਼ਨ ਜਿਹਦਾ ਕੰਮ ਇਸ ਦੇਸ਼ 'ਚ 5 ਸਾਲੀ ਯੋਜਨਾ ਬਣਾਉਣਾ ਸੀ, ਸ਼ਾਇਦ ਤੁਸੀਂ ਸਾਰੇ ਜਾਣਦੇ ਹੋ ਕਿ 15 ਮਾਰਚ 1950 ਨੂੰ ਪਲੈਨਿੰਗ ਕਮਿਸ਼ਨ ਬਣਿਆ, ਤੇ ਨਹਿਰੂ ਪਹਿਲੇ ਪ੍ਰਧਾਨ ਮੰਤਰੀ ਤੇ ਗੁਲਜ਼ਾਰੀ ਲਾਲ ਨੰਦਾ ਪਹਿਲੇ ਡਿਪਟੀ ਪ੍ਰਧਾਨ ਬਣੇ ਉਹਦੇ, ਉਹ ਇੱਕ ਪਹਿਲਾ ਪ੍ਰਧਾਨ ਚੇਅਰਮੈਨ ਇੱਕ ਡਿਪਟੀ ਚੇਅਰਮੈਨ। ਪਲੈਨਿੰਗ ਕਮਿਸ਼ਨ ਦਾ ਕੰਮ ਸੀ ਦੇਸ਼ 'ਚ ਕੀ ਕਰਨਾ? 5 ਈਅਰ ਪਲੈਨਿੰਗ। ਮੋਦੀ ਸਰਕਾਰ ਆਈ, ਮੋਦੀ ਸਰਕਾਰ ਨੇ ਆ ਕੇ 5 ਈਅਰ ਪਲੈਨਿੰਗ ਖਤਮ ਕਰਤੀ। ਮੋਦੀ ਸਰਕਾਰ ਵੇਲੇ ਲਾਸਟ 5 ਈਅਰ ਪਲੈਨ ਸੀ 12 ਤੋਂ 17 ਤੱਕ ਵਾਲਾ, 12ਵਾਂ ਉਹ ਵੀ ਨਹੀਂ ਪੂਰਾ ਕੀਤਾ ਉਹਨਾਂ ਨੇ, ਬੰਦ ਨਹੀਂ ਕੀਤਾ ਪਰ ਲਮਕਾਤਾ, ਕੁਛ ਨਹੀਂ ਸਿਰੇ ਲਾਇਆ। ਮੋਦੀ ਜੀ ਨੇ 2014 'ਚ ਸੱਤਾ 'ਚ ਆਉਂਦੇ ਸਾਰ 15 ਅਗਸਤ 2014 ਨੂੰ ਲਾਲ ਕਿਲੇ ਤੋਂ ਐਲਾਨ ਕਰਤਾ ਪਲੈਨਿੰਗ ਕਮਿਸ਼ਨ ਭੰਗ ਆ ਜੀ। ਅਗਲੇ ਸਾਲ ਨਵਾਂ ਸਾਲ ਚੜ੍ਹਿਆ, ਲੋਕ ਹੈਪੀ ਨਿਊ ਈਅਰ ਕਹਿ ਰਹੇ ਸੀ, ਤੇ ਦਾ ਹਿੰਦੂ ਤੇ ਹੋਰ ਭਾਰਤ ਦੀਆਂ ਅੰਗਰੇਜ਼ੀ ਅਖਬਾਰਾਂ ਦੇ ਫਰੰਟ ਪੇਜ ਤੇ ਖਬਰ ਆਈ ਕਿ ਪਲੈਨਿੰਗ ਕਮਿਸ਼ਨ ਬਿਕਮਸ ਨੀਤੀ ਆਯੋਗ। 1 ਜਨਵਰੀ 2015 ਨੂੰ ਨੀਤੀ ਆਯੋਗ, ਨੀਤੀ ਦੀ ਅੰਗਰੇਜ਼ੀ ਹੁੰਦੀ ਆ ਪਲੈਨਿੰਗ ਤੇ ਆਯੋਗ ਦੀ ਹੁੰਦੀ ਆ ਕਮਿਸ਼ਨ। ਹੁਣ ਇਹ ਨਹੀਂ ਪਤਾ ਕਿ ਕਰਿਆ ਕੀ ਇਹਨਾਂ ਨੇ। ਖੈਰ, ਪਲੈਨਿੰਗ ਕਮਿਸ਼ਨ ਦਾ ਚੇਅਰਮੈਨ ਪ੍ਰਧਾਨ ਮੰਤਰੀ ਹੁੰਦਾ ਸੀ, ਨੀਤੀ ਆਯੋਗ 'ਚ ਬੜਾ ਤਕੜਾ ਬਦਲਾਵ ਕੀਤਾ ਗਿਆ, ਨੀਤੀ ਆਯੋਗ ਦਾ ਚੇਅਰਮੈਨ ਪ੍ਰਧਾਨ ਮੰਤਰੀ ਹੀ ਰੱਖਿਆ ਗਿਆ। ਪਲੈਨਿੰਗ ਕਮਿਸ਼ਨ ਦਾ ਜਿਹੜਾ ਡਿਪਟੀ ਚੇਅਰਮੈਨ ਹੁੰਦਾ ਸੀ ਉਹ ਕੋਈ ਇਕਨੋਮਿਸਟ ਹੁੰਦਾ ਸੀ ਤੇ ਉਹਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਸੀ। ਨੀਤੀ ਆਯੋਗ ਦਾ ਜਿਹੜਾ ਡਿਪਟੀ ਚੇਅਰਮੈਨ ਆ ਉਹ ਇੱਕ ਇਕਨੋਮਿਸਟ ਹੁੰਦਾ ਸੀ, ਅਰਥਸ਼ਾਸਤਰੀ ਹੁੰਦਾ ਸੀ, ਉਹਨੂੰ ਵੀ ਦੇਸ਼ ਦਾ ਪ੍ਰਧਾਨ ਮੰਤਰੀ ਹੀ ਨਿਯੁਕਤ ਕਰਦਾ ਸੀ। ਉਹਦੇ 'ਚ ਵੀ ਐਕਸਪਰਟਸ ਬੁਲਾਏ ਜਾਂਦੇ ਸੀ, ਇਹਦੇ 'ਚ ਵੀ ਐਕਸਪਰਟਸ ਬੁਲਾਏ ਜਾਂਦੇ ਸੀ। ਫਿਰ ਲੋਕ ਪੁੱਛਣਗੇ ਕਿ ਤੁਹਾਨੂੰ ਕਿਉਂ ਨਾ ਕਹੀਏ ਕਿ ਤੁਸੀਂ ਸਿਰਫ ਨਾਮ ਬਦਲਣ ਦੀ ਪੋਲਿਟਿਕਸ ਕਰਦੇ ਹੋ, ਕੋਈ ਬਹੁਤਾ ਬਦਲਾਵ ਸਾਨੂੰ ਦੋਵਾਂ ਦੇ ਕੰਮਾਂ ਕਾਰਾਂ 'ਚ, ਥਿਊਰੀ ਨੂੰ ਛੱਡ ਦਿਓ ਕਿ ਉਹ ਐਂ ਜੀ ਉਹ ਐਵੇਂ ਆ, ਅਪ ਡਾਊਨ ਅਪਰੋਚ ਆ, ਉਹ ਥੱਲਿਓਂ ਦੇਖਦਾ ਉੱਪਰੋਂ ਦੇਖਦਾ ਸੀ, ਇਹ ਐਵੇਂ ਕਰਦਾ, ਛੋਟੀਆਂ ਗੱਲਾਂ ਸਾਰੀਆਂ, ਮੁੱਕਦੀ ਗੱਲ ਆ, ਕੱਢਣ ਪਾਉਣ ਨੂੰ ਕੁਛ ਨਹੀਂ। ਸਾਨੂੰ 2-3 ਗੱਲਾਂ ਪਤਾ ਹੋਣੀਆਂ ਚਾਹੀਦੀਆਂ, ਕਦੋਂ ਪਲੈਨਿੰਗ ਕਮਿਸ਼ਨ ਬਣਿਆ, ਕਦੋਂ ਪਲੈਨਿੰਗ ਕਮਿਸ਼ਨ ਖਤਮ ਹੋਇਆ, ਕਦੋਂ ਨੀਤੀ ਆਯੋਗ ਬਣਿਆ। ਨੀਤੀ ਆਯੋਗ ਵੀ ਸੰਵਿਧਾਨ ਦੇ ਵਿੱਚ ਨਹੀਂ ਲਿਖਿਆ, ਨਾ ਤਾਂ ਕੌਂਸਟੀਟਿਊਸ਼ਨਲ ਬੋਡੀ ਆ ਤੇ ਨਾ ਹੀ ਕੋਈ ਕਾਨੂੰਨ ਆ ਇਹਦਾ, ਨਾ ਹੀ ਇਹ ਸਟੈਚੂਟਰੀ ਬੋਡੀ ਆ। ਜਿਸ ਸੰਸਥਾ ਦਾ ਕੋਈ ਕਾਨੂੰਨ ਨਾ ਹੋਵੇ, ਐਕਟ ਨਾ ਹੋਵੇ, ਉਹ ਨਾ ਸਟੈਚੂਟਰੀ ਹੁੰਦੀ ਆ, ਤੇ ਜੇ ਉਹਦਾ ਸੰਵਿਧਾਨ 'ਚ ਵੀ ਜ਼ਿਕਰ ਨਹੀਂ ਉਹ ਕੌਂਸਟੀਟਿਊਸ਼ਨਲ ਵੀ ਨਹੀਂ। ਇਹ ਨਾਈਦਰ ਕੌਂਸਟੀਟਿਊਸ਼ਨਲ ਨੋਰ ਸਟੈਚੂਟਰੀ ਬੋਡੀ ਆ, ਨਾ ਸੰਵਿਧਾਨਕ ਤੇ ਨਾ ਵਿਧਾਨਕ। ਵਿਧਾਨਕ ਦਾ ਮਤਲਬ ਆ, ਹੁਣ ਕਈ ਸੰਸਥਾਵਾਂ ਨੇ ਜਿਵੇਂ RBI ਐਕਟ 1934, RBI ਇੱਕ ਵਿਧਾਨਕ ਸੰਸਥਾ ਹੈ, ਕਾਨੂੰਨ ਨਾਲ ਬਣੀ ਆ। ਸੁਪਰੀਮ ਕੋਰਟ ਵਿਧਾਨਕ ਨਹੀਂ, ਸੰਵਿਧਾਨਕ ਆ, ਸੁਪਰੀਮ ਕੋਰਟ ਦਾ ਜ਼ਿਕਰ ਸੰਵਿਧਾਨ 'ਚ ਲਿਖਿਆ ਹੈ। ਯਾਰ, ਜਾਂ ਕੋਈ ਚੀਜ਼ ਸੰਵਿਧਾਨਕ ਹੁੰਦੀ ਆ ਜਾਂ ਵਿਧਾਨਕ ਹੁੰਦੀ ਆ, ਜਾਂ ਕੌਂਸਟੀਟਿਊਸ਼ਨਲ ਹੁੰਦੀ ਆ ਜਾਂ ਸਟੈਚੂਟਰੀ ਹੁੰਦੀ ਆ, ਜਾਂ ਜ਼ਿਕਰ ਸੰਵਿਧਾਨ 'ਚ ਹੁੰਦਾ ਹੈ ਜਾਂ ਕੋਈ ਵੱਖਰਾ ਪਾਰਲੀਮੈਂਟ ਨੇ ਐਕਟ ਪਾਸ ਕੀਤਾ ਹੁੰਦਾ ਹੈ, ਇਹਨਾਂ 3 'ਚ ਨਾ 13 'ਚ। ਸੋ 1 ਜਨਵਰੀ 2015 ਨੂੰ ਨੀਤੀ ਆਯੋਗ ਬਣਿਆ, ਫੁੱਲ ਫੋਰਮ ਆ ਨੈਸ਼ਨਲ ਇੰਸਟੀਟਿਊਸ਼ਨ ਫੋਰ ਟਰਾਂਸਫਾਰਮਿੰਗ ਇੰਡੀਆ। ਨੈਸ਼ਨਲ ਇੰਸਟੀਟਿਊਸ਼ਨ ਸਾਰੀਆਂ ਹੀ ਗਲਤ ਆ ਸ਼ਾਇਦ, ਪਹਿਲੀ ਸਹੀ ਆ। ਹਾਂ, ਅੱਛਾ, ਨੈਸ਼ਨਲ ਇੰਸਟੀਟਿਊਸ਼ਨ ਫੋਰ ਟਰਾਂਸਫਾਰਮਿੰਗ ਇੰਡੀਆ, ਆਪਸ਼ਨ 1 ਠੀਕ ਆ, ਆਪਸ਼ਨ ਪਹਿਲੀ ਠੀਕ ਆ। ਇੰਪੋਰਟੈਂਟ ਗੱਲ, ਇਹਦੇ ਚੇਅਰਪਰਸਨ ਨੇ ਨਰਿੰਦਰ ਮੋਦੀ, ਵਾਈਸ ਚੇਅਰਪਰਸਨ ਜਿਹਦੀ ਨਿਯੁਕਤੀ ਚੇਅਰਮੈਨ ਕਰਦਾ ਹੈ ਉਹ ਨੇ ਸੁਮਨ ਬੈਰੀ, ਜਿਹੜੇ ਇਹਦੇ 'ਚ ਪੱਕੇ ਮੈਂਬਰ ਨੇ VK ਸਰਸਵਤ ਇੱਕ ਵਿਗਿਆਨੀ,
ਰਮੇਸ਼ ਚੰਦ ਖੇਤੀਬਾੜੀ ਮਾਹਰ, ਵੀ ਕੇ ਪੌਲ ਸਿਹਤ ਐਕਸਪਰਟ, ਤੇ ਅਰਵਿੰਦ ਵਿਰਮਾਨੀ ਅਰਥ ਸ਼ਾਸਤਰੀ। ਸੋ ਚਾਰ ਇਹਦੇ ਚ ਪੱਕੇ ਐਕਸਪਰਟ ਨੇ। ਸੀਈਓ ਨੇ ਇਹਦੇ ਬੀਵੀਆਰ ਸੁਬਰਾਮਨੀਅਮ। ਇੱਕ ਸੀਈਓ ਪਤਾ ਹੋਣਾ ਚਾਹੀਦਾ, ਇੱਕ ਇਹਦੇ ਪੱਕੇ ਮੈਂਬਰ ਪਤਾ ਹੋਣੇ ਚਾਹੀਦੇ ਆ, ਇੱਕ ਵਾਈਸ ਚੇਅਰਪਰਸਨ ਤੇ ਚੇਅਰਪਰਸਨ ਦਾ ਅਗਲਾ ਭੁੱਲਣ ਨਹੀਂ ਦਿੰਦਾ, ਠੀਕ ਆ। ਖੈਰ ਬੈਕ ਟੂ ਦੀ ਬੇਸਿਕ, ਸਮਝ ਆ ਗਿਆ। 1 ਜਨਵਰੀ 2015 ਨੂੰ ਬਣਿਆ, ਨਾ ਸੰਵਿਧਾਨਕ ਨਾ ਵਿਧਾਨਕ, ਠੀਕ ਆ। ਸੋ ਉਮੀਦ ਕਰਦਾ ਕਿ ਕਨਸੈਪਟ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਅਸਲ ਚ ਸਮਝ ਗਏ ਨਾ ਕਿ ਟੈਸਟ ਦੇਣ ਦਾ ਮੋਟਿਵ ਕੀ ਹੁੰਦਾ ਹੈ। ਟੈਸਟ ਦੇਣ ਦਾ ਮੋਟਿਵ ਹੁੰਦਾ ਕਿ ਜਿਹੜੇ ਆ ਤੰਦਾਂ ਵਿੱਚ ਜੁੜੀਆਂ ਨਹੀਂ ਰਹਿ ਗਈਆਂ। ਕਈ ਵਾਰੀ ਇੱਕ ਗੱਲ ਯਾਦ ਰੱਖਿਓ, ਕੋਈ ਮੈਨੂੰ ਕਵੇ ਕਿ ਜੀ ਜਿਹੜੀ ਸਟੋਰੀ ਤੁਸੀਂ ਪੂਰੀ ਸੁਣਾਈ ਆ 9 ਲੈਕਚਰਾਂ 'ਚ, ਕੀ ਪੂਰੀ ਹੋ ਗਈ? ਹਮੇਸ਼ਾ ਇੱਕ ਚੀਜ਼ ਯਾਦ ਰੱਖਿਓ, ਟੈਸਟ ਦੀ ਡਿਸਕਸ਼ਨ ਤੇ ਟੈਸਟ ਇਸ ਕਰਕੇ ਹੁੰਦਾ, ਟੈਸਟ ਬਣਾਉਣ ਲੱਗੇ ਮੈਂ ਹਮੇਸ਼ਾ ਅਵੈਲੂਏਟ ਕਰਦਾ ਹੁੰਦਾ ਕਿ ਪੜ੍ਹਾਉਂਦੇ ਪੜ੍ਹਾਉਂਦੇ ਕੀ ਭੁੱਲ ਗਿਆ। ਜਿਹੜੀ ਚੀਜ਼ ਪੜ੍ਹਾਉਂਦੇ ਪੜ੍ਹਾਉਂਦੇ ਭੁੱਲ ਗਏ ਉਹ ਟੈਸਟ 'ਚ ਪਾ ਦਿਓ, ਫਿਰ ਕੀ ਆ, ਗਲਤ ਹੋ ਜਾਣਗੇ। ਕਿੱਡੀ ਕੁ ਤੋਪ ਵਾਲੀ ਗੱਲ ਆ, ਜੇ 10 ਚੋਂ 4 ਨੰਬਰ ਰਹਿ ਜਾਣਗੇ ਕੋਈ ਬਹੁਤ ਵੱਡੀ ਗੱਲ ਨਹੀਂ। ਇਸੇ ਬਹਾਨੇ ਚੀਜ਼ਾਂ ਤਾਂ ਯਾਦ ਹੋ ਜਾਣਗੀਆਂ, ਪਰ ਦੂਜੀ ਸਬਕ ਇਹ ਵੀ ਆ ਗਿਆ ਕਿ ਕਈ ਹੋਈ ਹਰ ਗੱਲ ਸਮਝਣੀ ਪਊਗੀ, ਅਦਰਵਾਈਜ਼ ਬਹੁਤ ਨੁਕਸਾਨ ਹੋਊਗਾ। ਕਹਿੰਦੇ ਭਾਰਤ ਆਚਾਰ ਇਹ IAS ਦਾ ਸਵਾਲ ਆ, ਚੱਕ ਕੇ ਇੱਥੇ ਪਾਤਾ। ਵਜ੍ਹਾ ਦਿਮਾਗ ਲਾ ਕੇ ਦੇਖੋ ਕਿ ਕੀ ਨਿਕਲਦਾ ਇਹਦਾ ਹੱਲ। ਦੱਸੋ ਕਿ ਪਹਿਲੀ ਲੋਕਤੰਤਰਿਕ ਚੁਣੀ ਹੋਈ ਕਾਮਰੇਡਾਂ ਦੀ ਸਰਕਾਰ ਕਿਹੜੀ ਸਟੇਟ 'ਚ ਬਣੀ ਸੀ ਤੇ ਕਦੋਂ ਬਣੀ ਸੀ? 1957। ਐਂ ਕਰ ਸਕਦੇ ਹਾਂ। ਉਹ ਇੰਪੀਰੀਅਲ ਬੈਂਕ ਆਫ ਇੰਡੀਆ ਦਾ ਨਾਮ ਸਟੇਟ ਬੈਂਕ ਆਫ ਇੰਡੀਆ ਕਦੋਂ ਪਿਆ ਸੀ? 1955 'ਚ। ਇਹ ਮੈਂ ਦੱਸਿਆ, ਏਅਰ ਇੰਡੀਆ ਦੀ ਨੈਸ਼ਨਲਾਈਜੇਸ਼ਨ ਮੈਂ ਉਦੋਂ ਹੀ ਗੋਲ ਮੋਲ ਕਰਤੀ ਸੀ ਕਿ ਉਸੇ ਸਾਲ ਏਅਰ ਇੰਡੀਆ ਵੀ ਨੈਸ਼ਨਲਾਈਜ਼ ਹੋਇਆ ਸੀ, ਪਰ ਈਅਰ ਮੈਨੂੰ ਵੀ ਨਹੀਂ ਸੀ ਯਾਦ ਤੇ ਨਾ ਮੈਂ ਦੱਸਿਆ। ਗੋਆ ਕਦੋਂ ਇੰਡੀਆ ਦਾ ਪਾਰਟ ਬਣਿਆ ਸੀ? 19 ਦਸੰਬਰ 1961। ਹੁਣ ਇੱਕ ਗੱਲ ਹੋਰ, ਏਅਰ ਇੰਡੀਆ ਤੇ ਆਹ ਹਾਦਸਾ ਤੇ ਨੇੜੇ ਨੇੜੇ ਹੋਇਆ, 54, 55, 56 'ਚ ਇਸੇ ਟਾਈਮ 'ਚ ਹੀ ਹੋਇਆ, ਪਰ ਇੰਨਾ ਮੈਨੂੰ ਪਤਾ ਕਿ ਬਾਕੀ ਜਿਹੜੇ ਆਪਸ਼ਨਸ ਨੇ ਉਹ ਕਿਵੇਂ ਸੈੱਟ ਕੀਤੇ ਜਾ ਸਕਦੇ। ਦੇਖੋ IAS ਵਾਲਾ ਸਵਾਲ ਆ, ਉਹਨੇ ਫਸਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਜਿਹਨੂੰ ਪਤਾ ਨਾ ਕਿ ਏਅਰ ਇੰਡੀਆ ਵੀ 53-54 'ਚ ਹੀ ਨੈਸ਼ਨਲਾਈਜ਼ ਹੋਇਆ, ਜਾਂ 55 'ਚ ਹੋਇਆ ਹੋਊਗਾ, ਜਾਂ ਇੰਪੀਰੀਅਲ ਬੈਂਕ ਤੋਂ ਇੱਕ ਸਾਲ ਅੱਗੇ ਕੀ ਇੱਕ ਸਾਲ ਪਿੱਛੇ ਕੀ, ਹੋਈ ਨੈਸ਼ਨਲਾਈਜੇਸ਼ਨ ਉਦੋਂ ਹੀ ਆ। ਉਸੇ ਸਾਲ ਹੀ ਇੱਕ ਹੋਰ, ਮੈਂ ਐਗਜੈਕਟ ਉਹਦਾ ਵੀ ਨਹੀਂ ਸੀ ਦੱਸਿਆ, LIC ਕਿ LIC ਵੀ ਉਦੋਂ ਹੀ ਨੈਸ਼ਨਲਾਈਜ਼ ਹੋਈ ਸੀਗੀ। ਖੈਰ ਹੁਣ ਦੇਖੋ, ਆਹ ਤਾਂ ਸ਼ਿਓਰ ਆ ਕਿ 57 ਹੈ, ਆਹ ਸਭ ਤੋਂ ਸ਼ਿਓਰ ਆ ਕਿ 61 ਆ, 61 ਤੋਂ ਬਾਅਦ ਕੁਛ ਨਹੀਂ ਹੋਇਆ। ਸੋ ਸਭ ਤੋਂ ਐਂਡ 'ਚ ਕੀ ਆਉਣਾ ਚਾਹੀਦਾ? 4। ਜਿਹਨੂੰ ਇਹ ਪਤਾ ਲੱਗ ਗਿਆ ਕਿ ਨੈਸ਼ਨਲਾਈਜੇਸ਼ਨ ਦੇ ਪ੍ਰੋਸੈਸ ਮੈਂ ਬਾਕੀ ਵੀ ਦੱਸੇ ਆ, SBI ਦੇ ਸਾਥੀ ਬੈਂਕ ਐਸੋਸੀਏਟ 59 'ਚ ਹੋਏ ਆ, LIC ਨੈਸ਼ਨਲਾਈਜ਼ 56 'ਚ ਹੋਇਆ, ਏਅਰ ਇੰਡੀਆ ਨੈਸ਼ਨਲਾਈਜ਼ 54 'ਚ 55 'ਚ ਦੱਸਿਆ ਸੀ ਮੈਂ, ਉਹ ਐਗਜੈਕਟਲੀ ਮੈਂ ਆਪ ਇਹਦੇ ਸੋਲਿਊਸ਼ਨ 'ਚ ਪੜਿਆ, 53 'ਚ ਹੋਇਆ। ਸੋ ਇਹ ਆਪਾਂ ਨੂੰ ਪੂਰਾ ਦੇਖੋ, ਬਾਕੀ ਸਾਰੀ ਸਟੋਰੀ ਐਕਸਪਲੇਨ, ਇਹ ਇੰਡੀਆ ਆਫਟਰ ਇਹ ਇੰਡੀਆ ਆਫਟਰ ਇੰਡੀਪੈਂਡੈਂਸ ਦੀ ਸਟੋਰੀ ਆ ਸਾਰੀ, ਠੀਕ ਆ। ਸੋ ਨੈਕਸਟ ਅਗਲੇ ਸਵਾਲ ਤੇ ਚੱਲਦੇ ਹਾਂ ਜੀ ਆਪਾਂ। ਅਗਲਾ ਸਵਾਲ ਆਪਣੇ ਕੋਲ ਆ ਗਿਆ ਕਿ ਕਿਹੜਾ ਕੇਸ ਆ ਜਿਹਦੇ 'ਚ ਮੁਸਲਿਮ ਪ੍ਰੋਟੈਕਸ਼ਨ ਰਾਈਟ ਨੂੰ ਸੁਪਰੀਮ ਕੋਰਟ ਨੇ ਅਪਹੈਲਡ ਕਰਤਾ ਜਾਂ ਬਰਕਰਾਰ ਰੱਖਿਆ ਜਾਂ ਸਹੀ ਸਾਬਤ? ਇਹ ਸਵਾਲ ਨਹੀਂ ਮੈਂ ਛੇੜਿਆ ਸੀ, ਪਰ ਇਸ ਸਵਾਲ ਦੇ ਆਲੇ ਦੁਆਲੇ ਦੀ ਸਾਰੀ ਕਹਾਣੀ ਸੁਣਾਤੀ ਸੀ, ਪਰ ਇਸ ਸਵਾਲ ਨੂੰ ਮੈਂ ਨਹੀਂ ਛੇੜਿਆ। ਹੁਣ ਮੈਂ ਇਹ ਸਮਝਾਉਣਾ, ਯਾਦ ਆ ਰਾਜੀਵ ਗਾਂਧੀ ਦੀ ਸਰਕਾਰ ਸੀ ਤੇ ਹੋਇਆ ਕੀ ਸੀ? ਸ਼ਾਹ ਬਾਨੋ ਸੁਪਰੀਮ ਕੋਰਟ 'ਚ ਚਲੇ ਗਈ। ਸ਼ਾਹ ਬਾਨੋ ਦੀ ਸੁਪਰੀਮ ਕੋਰਟ 'ਚ ਜਾ ਕੇ ਇੱਕ ਦਰਖਾਸਤ ਸੀ ਕਿ ਜਿਹੜੀ ਇੱਦਤ ਦਾ ਪੀਰੀਅਡ ਹੁੰਦਾ ਹੈ, ਜਦੋਂ ਮਤਲਬ ਕਿ ਤਲਾਕ ਤੋਂ ਕੁਛ ਕੁ ਸਮਾਂ ਬਾਅਦ, ਉਸ ਤੋਂ ਬਾਅਦ ਵੀ ਸਾਨੂੰ ਮਤਲਬ ਕਿ ਪੈਸੇ ਜਾਂ ਜਿਹੜੀ ਸਪੋਰਟ ਆ, ਮੋਨੀਟਰੀ ਸਪੋਰਟ ਆ, ਮਿਲਣੀ ਚਾਹੀਦੀ ਹੈ।
ਪਰ ਮੁਸਲਿਮ ਧਰਮ ਦਾ ਜਿਹੜਾ ਸ਼ਰੀਅਤ ਦੇ ਲਾਅ ਆ ਉਹ 'ਚ ਕਹਿੰਦੇ ਸਿਰਫ ਇੱਜ਼ਤ ਤੱਕ ਤੁਹਾਨੂੰ ਪੈਸੇ ਮਿਲਣਗੇ, ਠੀਕ ਆ। ਸੁਪਰੀਮ ਕੋਰਟ ਨੇ ਕਿਹਾ ਹਿਊਮਨਟੇਰੀਅਨ ਗਰਾਊਂਡਸ ਦੇ ਆਧਾਰ ਤੇ ਨਹੀਂ ਗਾ, ਮਨੁੱਖਤਾ ਦੇ ਆਧਾਰ ਤੇ ਗੱਲ ਸਹੀ ਨਹੀਂ ਗੀ, ਬੇਸ਼ੱਕ ਕੋਈ ਧਾਰਮਿਕ ਕਾਨੂੰਨ ਵੀ ਕਿਉਂ ਨਹੀਂ ਗਾਏ। ਸੁਪਰੀਮ ਕੋਰਟ ਨੇ ਚੱਕ ਕੇ ਉਹਨੂੰ ਸ਼ਾਹ ਬਾਨੋ ਕੇਸ 'ਚ ਇਹ ਕਹਿਤਾ ਕਿ ਇੱਜ਼ਤ ਤੋਂ ਬਾਅਦ ਵੀ ਉਹਦੇ ਪੈਸੇ ਦਿਓ, ਠੀਕ ਆ। ਜਦੋਂ ਮਤਲਬ ਕਿ ਉਹਦੇ ਪੈਸੇ ਮਿਲਣੇ ਚਾਹੀਦੇ, ਜਿਹੜੀ ਔਰਤ ਦਾ ਤਲਾਕ ਹੋ ਗਿਆ ਬੱਚੇ ਕਿਵੇਂ ਪਾਲੂਗੀ, ਉਹ ਕਹਿੰਦੀ ਸੀ ਮੈਂ ਆਪਣੇ ਬੱਚੇ ਪਾਲਣੇ ਆ। ਖੈਰ ਪੁਆਇੰਟ ਤੇ ਵਾਪਸ ਆ ਜਾਓ, ਮਸਲਾ ਇਹ ਹੋਇਆ ਕਿ ਰਾਜੀਵ ਗਾਂਧੀ ਹੁਣ ਮੁਸਲਮਾਨਾਂ ਨੂੰ ਰਜਾਉਣਾ ਚਾਹੁੰਦੇ ਸੀ। ਸੁਪਰੀਮ ਕੋਰਟ ਦੇ ਫੈਸਲੇ ਨੂੰ ਬਦਲਣ ਦਾ ਇੱਕੋ ਹੀ ਤਰੀਕਾ ਹੈ, ਪਾਰਲੀਮੈਂਟ 'ਚ ਐਕਟ ਪਾਸ ਕਰ ਦਿਓ। ਪਿੱਛੇ ਜੇ ਸੁਪਰੀਮ ਕੋਰਟ ਨੇ ਕੀ ਕਿਹਾ ਸੀ ਕਿ ਚੀਫ ਇਲੈਕਸ਼ਨ ਕਮਿਸ਼ਨ ਤੇ ਬਾਕੀ ਦੇ ਇਲੈਕਸ਼ਨ ਕਮਿਸ਼ਨਾਂ ਨੂੰ ਚੁਣਨ ਵਾਸਤੇ ਅਨੂਪ ਬੰਨਰਵਾਲ ਕੇਸ ਹੋਇਆ ਸੀ ਸੁਪਰੀਮ ਕੋਰਟ 'ਚ, ਇੱਕ ਬੜਾ ਮਸ਼ਹੂਰ ਆ ਪਿੱਛੇ ਜੇ ਅਨੂਪ ਬੰਨਰਵਾਲ ਕੇਸ, ਉਸ ਕੇਸ 'ਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਅਨੂਪ ਬੰਨਰਵਾਲ ਕੇਸ 'ਚ ਕਿ ਇਲੈਕਸ਼ਨ ਕਮਿਸ਼ਨ ਤੇ ਬਾਕੀ ਦੇ ਜਿਹੜੇ ਦੋ ਹੁੰਦੇ ਆ, ਇੱਕ ਚੀਫ ਤੇ ਦੋ ਬਾਕੀ ਇਲੈਕਸ਼ਨ ਕਮਿਸ਼ਨਰ, ਇਹਨਾਂ ਦੀ ਨਿਯੁਕਤੀ 3 ਮੈਂਬਰੀ ਕਮੇਟੀ ਕਰਿਆ ਕਰੇ, ਇੱਕ ਆਪਣੇ ਉਸਤਾਦ ਜੀ ਪੀਐਮ ਸਾਹਿਬ, ਇੱਕ ਲੋਕ ਸਭਾ ਦਾ ਵਿਰੋਧੀ ਧਿਰ ਦਾ ਨੇਤਾ ਜਿਹੜੇ ਰੰਜਨ ਅਨੂਪ ਰੰਜਨ ਨੇ ਉਹਨਾਂ ਦੇ ਕਾਂਗਰਸ ਦੇ, ਤੇ ਤੀਜਾ ਚੀਫ ਜਸਟਿਸ ਆਫ ਇੰਡੀਆ, ਤੇ ਜੇ ਉਹ ਹੈ ਨਹੀਂ ਤਾਂ ਉਹਦੀ ਜਗ੍ਹਾ ਤੇ ਕੋਈ ਵੀ ਇਹੋ ਜਿਹਾ ਜੱਜ ਜਿਹਨੂੰ CJI ਆਪ ਭੇਜੇ। ਸੁਪਰੀਮ ਕੋਰਟ ਦੀ ਇਸ ਰੂਲਿੰਗ ਨੂੰ ਇੱਕੋ ਤਰੀਕੇ ਨਾਲ ਬਦਲਿਆ ਜਾ ਸਕਦਾ ਹੈ ਜੇ ਪਾਰਲੀਮੈਂਟ ਐਕਟ ਪਾਸ ਕਰਦੇ। ਜਦੋਂ ਇਹ ਸੇਕ ਲੱਗਿਆ ਮਈ 'ਚ ਬੁਲਾਲੀ ਪਾਰਲੀਮੈਂਟ, ਕਹਿੰਦੇ ਆਓ ਯਾਰ ਪਹਿਲਾਂ ਬਾਕੀ ਕੰਮ ਛੱਡੋ ਪਹਿਲਾਂ ਇਹ ਨਿਬੇੜੋ, ਪਾਰਲੀਮੈਂਟ ਨੇ ਐਕਟ ਪਾਸ ਕਰਕੇ ਫਿਰ ਕਿਹਾ ਕਿ ਸੁਪਰੀਮ ਕੋਰਟ ਦੀ ਗੱਲ ਸਹੀ ਆ ਕਿ ਕਮੇਟੀ ਹੋਣੀ ਚਾਹੀਦੀ ਆ, ਪਰ ਸੁਪਰੀਮ ਕੋਰਟ ਵਾਲੀ ਕਮੇਟੀ ਪਸੰਦ ਨਹੀਂ ਸਾਨੂੰ। 3 ਮੈਂਬਰੀ ਕਮੇਟੀ ਬਣਾਈ ਗਈ, ਇੱਕ ਪ੍ਰਧਾਨ ਮੰਤਰੀ, ਇੱਕ ਵਿਰੋਧੀ ਧਿਰ ਦਾ ਨੇਤਰ, ਤੇ ਤੀਜਾ ਬੰਦਾ ਉਹ ਮੰਤਰੀ ਜਿਹਨੂੰ ਪ੍ਰਧਾਨ ਮੰਤਰੀ ਚੁਣੋਏ, ਤੇ ਮੈਜੋਰਿਟੀ ਫੈਸਲਾ ਕਰੇ। ਕੁੱਲ ਮਿਲਾ ਕੇ ਬੇਸ਼ੱਕ ਚੋਣ ਕਮਿਸ਼ਨ ਦੀ ਨਿਯੁਕਤੀ ਦੀ ਪਾਵਰ ਘੁਮਾ ਫਰਾ ਕੇ ਕੇਂਦਰ ਸਰਕਾਰ ਨੇ ਫਿਰ ਆਪਣੇ ਹੱਥ 'ਚ ਲੈ ਲਈ, ਕੋਈ ਡਾਊਟ ਕਿਸੇ ਨੂੰ? ਠੀਕ ਆ। ਖੈਰ ਸੁਪਰੀਮ ਕੋਰਟ ਦੇ ਕਿਸੇ ਫੈਸਲੇ ਨੂੰ ਬਦਲਣਾ ਹੋਵੇ ਤਾਂ ਸੰਸਦ ਕਾਨੂੰਨ ਬਣਾ ਸਕਦੀ ਹੈ। ਹੁਣ ਸ਼ਾਹ ਬਾਨੋ ਕੇਸ ਦੇ ਫੈਸਲੇ ਨੂੰ ਬਦਲਿਆ ਕਿਵੇਂ ਜਾ ਸਕਦਾ ਸੀ? ਪਾਰਲੀਮੈਂਟ ਨੇ ਇੱਕ ਐਕਟ ਪਾਸ ਕੀਤਾ, ਮੁਸਲਿਮ ਵੂਮੈਨ ਪ੍ਰੋਟੈਕਸ਼ਨ ਆਫ ਰਾਈਟ ਐਕਟ 1986। ਦੇਖਣ ਨੂੰ ਇਹ ਨਹੀਂ ਲੱਗਦਾ ਕਿ ਮੁਸਲਿਮ ਵੂਮੈਨ ਨੂੰ ਪ੍ਰੋਟੈਕਸ਼ਨ ਦੇਣ ਵਾਲਾ ਐਕਟ ਆ, ਪਰ ਇਸ ਐਕਟ 'ਚ ਕਿਹਾ ਗਿਆ ਕਿ ਮੁਸਲਿਮ ਔਰਤ ਨੂੰ ਜੋ ਵੀ ਉਹਦਾ ਮੇਨਟੇਨੈਂਸ ਮਿਲੂਗੀ, ਠੀਕ ਆ, ਉਹ ਕੇਵਲ ਇੱਜ਼ਤ ਦੇ ਸਮੇਂ ਤੱਕ ਮਿਲੂਗੀ, ਕੁਛ ਸਮੇਂ ਤੱਕ ਮਿਲੂਗੀ, ਅੱਗੇ ਨਹੀਂ ਮਿਲੂਗੀ। ਇਹ ਕਿਸੇ ਵੀ ਤਰੀਕੇ ਨਾਲ ਪ੍ਰੋਟੈਕਸ਼ਨ ਦਾ ਲਾਅ ਲੱਗਦਾ ਹੈ? ਨਹੀਂ। ਪਰ ਖੈਰ ਜੋ ਵੀ ਸੀਗਾ, ਇਹਦੇ ਨਾਲ ਮੁਸਲਿਮ ਬਰਾਦਰੀ ਖੁਸ਼ ਬਹੁਤ ਹੋਈ। ਪਤਾ ਕਿਉਂ? ਇਸ ਕਰਕੇ ਕਿ ਸਾਡੇ ਧਾਰਮਿਕ ਮਾਮਲਿਆਂ ਨੂੰ ਸੰਸਦ ਨੇ ਜਾਂ ਰਾਜੀਵ ਗਾਂਧੀ ਨੇ ਇੰਟਰਫੇਅਰ ਨਹੀਂ ਕੀਤਾ, ਪਰ ਵਿਰੋਧੀ ਜਿਹੜੇ ਕਹਿੰਦੇ ਸੀ ਕਿ ਬਾਕੀ ਗੱਲਾਂ ਇੱਕ ਪਾਸੇ ਮਨੁੱਖਤਾ ਇੱਕ ਪਾਸੇ, ਉਹ ਸੁਪਰੀਮ ਕੋਰਟ ਫੇਰ ਚਲੇ ਗਏ। ਜਿਹੜਾ ਉਹ ਕੇਸ ਸੁਪਰੀਮ ਕੋਰਟ ਗਿਆ ਉਹ ਸੀਗਾ ਡੈਨੀਅਲ ਲਤੀਫੀ ਵਰਸਿਸ ਯੂਨੀਅਨ ਆਫ ਇੰਡੀਆ। ਉਸ ਕੇਸ 'ਚ ਸੁਪਰੀਮ ਕੋਰਟ ਨੇ ਕਿਹਾ ਦੇਖੋ ਅਸੀਂ ਬਦਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਜੇ ਅਸੀਂ ਵਾਰ ਵਾਰ ਸੰਸਦ ਦੇ ਬਣਾਏ ਹੋਏ ਕਾਨੂੰਨਾਂ ਨੂੰ ਗਲਤ ਕਹਾਂਗੇ ਨਾ, ਉਹ ਇੱਕ ਗਲਤ ਇੰਪ੍ਰੈਸ਼ਨ ਜਾਊਗਾ। ਅਸਲ 'ਚ ਅਸੀਂ ਇਸ ਚੀਜ਼ ਨੂੰ ਗਲਤ ਤਾਂ ਕਰ ਸਕਦੇ ਸੀਗੇ, ਪਰ ਇੱਕ ਗੱਲ ਦੇਖੋ, ਕਿਸੇ ਬਰਾਦਰੀ ਦਾ ਪ੍ਰੈਸ਼ਰ ਪਿਆ ਤੇ ਸੰਸਦ ਨੇ ਕਾਨੂੰਨ ਬਣਾਤਾ। ਇਹ ਮਸਲਾ ਸੰਸਦ ਦਾ ਤੇ ਸਮਾਜ ਦਾ ਹੈ, ਇਹਦੇ 'ਚ ਹੁਣ ਸਾਨੂੰ ਨਾ ਘੜੀਸੋ। ਸਾਨੂੰ ਐਵੇਂ ਲੱਗਦਾ ਹੈ ਇੱਕ ਵਾਰ ਪਹਿਲੀ ਨਜ਼ਰ 'ਚ ਸਾਨੂੰ ਦੇਖਣ ਨੂੰ ਲੱਗਿਆ ਸੀ ਕਿ ਮਸਲਾ ਮਨੁੱਖਤਾ ਦਾ ਹੈ, ਅਸੀਂ ਫੈਸਲਾ ਸੁਣਾਤਾ, ਪਰ ਜੇ ਸੰਸਦ ਨੇ ਦੁਬਾਰਾ ਕਾਨੂੰਨ ਬਣਾਤਾ ਅਸੀਂ ਬਹੁਤਾ ਇੰਟਰਫੇਅਰ ਨਹੀਂ ਕਰਾਂਗੇ। ਐਵੇਂ ਹੀ ਹੁਣ ਹੋਇਆ, ਜਦੋਂ ਪਾਰਲੀਮੈਂਟ ਨੇ ਕਮੇਟੀ ਬਣਾਈ
ਕਈ ਵਿਰੋਧੀ ਫਿਰ ਸੁਪਰੀਮ ਕੋਰਟ ਚਲੇ ਗਏ ਕਿ ਪਾਰਲੀਮੈਂਟ ਨੇ ਤਾਂ ਕਮੇਟੀ ਐਵੇਂ ਦੀ ਬਣਾਤੀ, ਉਹ 'ਚ ਤਾਕਤ ਫਿਰ ਸੁਪਰੀਮ ਕੋਰਟ ਕੋਲ ਉਹਦੇ ਕੋਲ ਸਰਕਾਰ ਕੋਲ ਚਲੇਗੀ। ਸੁਪਰੀਮ ਕੋਰਟ ਨੇ ਅੱਜ ਫਿਰ ਇੰਨੇ ਸਾਲ ਬਾਅਦ ਉਹੀ ਗੱਲ ਕਹੀ, ਉਦੋਂ ਕਾਂਗਰਸ ਵੇਲੇ ਵੀ ਤੇ ਅੱਜ ਬੀਜੇਪੀ ਵੇਲੇ ਵੀ, ਕਿ ਸਾਡਾ ਕੰਮ ਕਾਨੂੰਨ ਬਣਾਉਣਾ ਨਹੀਂ, ਜਿੱਥੇ ਖਲਾ ਪਿਆ ਹੋਇਆ ਹੈ ਉੱਥੇ ਅਸੀਂ ਕਾਨੂੰਨ ਬਣਾ ਸਕਦੇ ਹਾਂ, ਤੇ ਜੇ ਉਹਦੇ ਤੇ ਸੰਸਦ ਨੇ ਕਾਨੂੰਨ ਬਣਾਇਆ ਹੈ ਠੀਕ ਆ, ਉਹਦੇ 'ਚ ਅਸੀਂ ਬਹੁਤੀ ਇੰਟਰਫੇਰੈਂਸ ਉਦੋਂ ਤੱਕ ਨਹੀਂ ਕਰ ਸਕਦੇ ਜਦੋਂ ਤੱਕ ਉਹ ਬਾਹਲਾ ਜ਼ਿਆਦਾ ਬੇਸਿਕ ਸਟਰਕਚਰ ਦੇ ਖਿਲਾਫ ਨਾ ਹੋਵੇ। ਤੁਸੀਂ ਕਹਿ ਰਹੇ ਹੋ ਕਿ ਇਹ ਲੋਕ ਕਾਨੂੰਨ ਮਨੁੱਖਤਾ ਦੇ ਖਿਲਾਫ ਆ ਜਾਂ ਫਲਾਣਾ ਹੈ ਜਾਂ ਢਮਕਾਣਾ ਹੈ ਜਿਹੜੀ ਸਰਕਾਰ ਨੇ ਬਣਾਇਆ, ਪਲਟ ਦਿਓ ਸਰਕਾਰ, ਐਡੀ ਕੀ ਗੱਲ ਆ। ਪਰ ਸੁਪਰੀਮ ਕੋਰਟ ਨੂੰ ਹਰ ਮਾਮਲੇ 'ਚ ਨਾ ਘੜੀਸੋ। ਸੁਪਰੀਮ ਕੋਰਟ ਨੇ ਜਿੰਨੇ ਪਹਿਲਾਂ ਇੱਦਤ ਦੇ ਸਮੇਂ ਤੱਕ ਤੋਂ ਬਾਅਦ ਵੀ ਮੇਨਟੇਨੈਂਸ ਦੇਣ ਦੀ ਗੱਲ ਕਹੀ ਸੀ, ਜਦੋਂ ਸੰਸਦ ਨੇ ਕਾਨੂੰਨ ਬਣਾ ਕੇ ਉਹਨੂੰ ਸਿਰਫ ਇੱਦਤ ਦੇ ਸਮੇਂ ਤੱਕ ਲਿਮਿਟ ਕਰਤਾ, ਉਸ ਕੇਸ ਨੂੰ ਫਿਰ ਸੁਪਰੀਮ ਕੋਰਟ, ਉਸ ਕਾਨੂੰਨ ਨੂੰ ਸੁਪਰੀਮ ਕੋਰਟ ਨੇ ਜਾਇਜ਼ ਠਹਿਰਾਇਆ, ਇਹ ਕਹਿ ਕੇ ਕਿ ਵਾਰ ਵਾਰ ਟੰਗ ਅੜਾਉਣਾ ਸਾਡਾ ਕੰਮ ਨਹੀਂ। ਇਹ ਕਿਹੜੇ ਕੇਸ 'ਚ ਕਿਹਾ ਸੀਗਾ? ਡੈਨੀਅਲ ਲਤੀਫੀ ਵਰਸਿਸ ਯੂਨੀਅਨ ਆਫ ਇੰਡੀਆ। ਨੈੱਟ 'ਤੇ ਸਵਾਲ ਪਿਆ ਹੋਇਆ, ਉਹ ਗਲਤੀ ਨਾਲ ਨਾ ਸਾਰੀਆਂ ਵੈਬਸਾਈਟਾਂ ਨੇ ਇਹਦਾ ਆਂਸਰ ਸ਼ਾਹ ਬਾਨੋ ਲਾਇਆ ਹੈ। ਸਗੋਂ ਸ਼ਾਹ ਬਾਨੋ ਕੇਸ 'ਚ ਤਾਂ ਕਿਹਾ ਸੀਗਾ ਕਿ ਮੇਨਟੇਨੈਂਸ ਇੱਦਤ ਤੋਂ ਬਾਅਦ ਤੱਕ ਵੀ ਮਿਲੂਗੀ, ਹਮੇਸ਼ਾ ਹੀ ਮਿਲਦੀ ਰਹੂਗੀ ਔਰਤ ਨੂੰ। ਪਰ ਮੁਸਲਿਮ ਪ੍ਰੋਟੈਕਸ਼ਨ ਐਕਟ ਜਿਹਦੇ 'ਚ ਕਿਹਾ ਸੀ ਕਿ ਇੱਦਤ ਤੱਕ ਹੀ ਮੇਨਟੇਨੈਂਸ ਮਿਲੂਗੀ, ਇਸ ਚੀਜ਼ ਨੂੰ ਸਹੀ ਠਹਿਰਾਇਆ ਸੀ ਡੈਨੀਅਲ ਵਾਲੇ ਕੇਸ 'ਚ। ਸੋ ਉਮੀਦ ਕਰਦਾ ਕਿ ਇਹ ਕਹਾਣੀ, ਮੈਂ ਪੂਰੀ ਸਟੋਰੀ ਆਪਣੇ ਵੱਲੋਂ ਸੁਣਾਤੀ, ਪਰ ਮੈਂ ਇਸ ਸਟੋਰੀ ਨੂੰ ਉਹਨਾਂ ਨੂੰ ਤਾਂ ਬਾਹਲੀ ਕਲੈਰਿਟੀ ਨਾਲ ਸਮਝ ਆਈ ਹੋਊਗੀ ਜਿੰਨੇ ਮੇਰੇ ਤੋਂ ਪੂਰਾ ਇੰਡੀਆ ਆਫਟਰ ਇੰਡੀਪੈਂਡੈਂਸ ਪੜ੍ਹਿਆ ਹੈ। ਬੈਕ ਟੂ ਦੀ ਬੇਸਿਕਸ, ਮਹਾਰਤਨਾ ਸਟੇਟਸ ਕਦੋਂ ਸਟਾਰਟ ਹੋਇਆ? ਤਿੰਨ ਤਰੀਕੇ ਦੇ ਸਟੇਟਸ ਕੰਪਨੀਆਂ ਨੂੰ ਮਿਲਦੇ ਆ, ਜਿਵੇਂ ਇੱਕ ਮਿੰਨੀ ਰਤਨਾ, ਨਵਰਤਨਾ, ਇਹ ਤਾਂ ਸ਼ੁਰੂ ਹੋਏ ਸੀ 1997 'ਚ, ਤੇ 2010 'ਚ ਤੀਜਾ ਸਭ ਤੋਂ ਵੱਡਾ ਸਟੇਟਸ ਦੇਣਾ ਸ਼ੁਰੂ ਕਰਤਾ ਮਹਾਰਤਨਾ 13 ਕੰਪਨੀਆਂ ਨੂੰ। ਮੈਂ ਇੱਕ ਗੱਲ ਹੋਰ ਦੱਸਦਾ, ਮਹਾਰਤਨਾ ਕੰਪਨੀ ਬਣਨਾ ਸੌਖੀ ਗੱਲ ਨਹੀਂ। ਜਿਹੜੀ ਕੰਪਨੀ ਸਰਕਾਰੀ ਕੰਪਨੀ ਨੇ ਮਹਾਰਤਨਾ ਬਣਨਾ ਹੈ ਨਾ, ਸੁਣੋ ਮੇਰੀ ਗੱਲ, ਚਾਰ ਗੱਲਾਂ, ਪੰਜ ਗੱਲਾਂ ਨੇ। ਇੱਕ, ਉਹਦਾ ਪਿਛਲੇ 3 ਸਾਲਾਂ ਤੋਂ ਲਗਾਤਾਰ ਐਵਰੇਜ ਪ੍ਰੋਫਿਟ 5000 ਕਰੋੜ ਰੁਪਈਆ ਕ੍ਰੋਸ ਕਰਦਾ ਹੋਵੇ। ਕਿੰਨਾ ਵਾਲਾ? 5000 ਕਰੋੜ। ਪਿਛਲੇ 3 ਸਾਲਾਂ ਤੋਂ ਲਗਾਤਾਰ ਉਹਦੀ ਜਿਹੜੀ ਟਰਨਓਵਰ ਆ 25000 ਕਰੋੜ ਹੋਵੇ। ਪਿਛਲੇ 3 ਸਾਲਾਂ ਤੋਂ ਲਗਾਤਾਰ ਉਹਦੀ ਨੈੱਟ ਵਰਥ 15000 ਕਰੋੜ ਹੋਵੇ। ਇਹਨਾਂ ਤਿੰਨਾਂ 'ਚੋਂ ਕੋਈ ਇੱਕ ਕੰਡੀਸ਼ਨ ਹੋਵੇ, ਪਲੱਸ ਇੰਡੀਆ ਤੋਂ ਬਾਹਰ ਵੀ ਭਾਰਤ ਦੀ ਉਹ ਸਰਕਾਰੀ ਕੰਪਨੀ ਦੇ ਕੰਮ ਚੱਲਦੇ ਹੋਣ, ਪਲੱਸ ਆਲਰੇਡੀ ਪਹਿਲਾਂ ਉਹ ਨਵਰਤਨਾ ਕੰਪਨੀ ਹੋਵੇ। 3 ਕੰਡੀਸ਼ਨਾਂ ਹੋ ਗਈਆਂ, ਤਿੰਨਾਂ 'ਚੋਂ ਇੱਕ, ਇੱਕ ਚੌਥੀ ਅਤੇ ਇੱਕ ਪੰਜਵੀਂ, 3 ਕੰਡੀਸ਼ਨ। ਇਹਨਾਂ 'ਚੋਂ ਜੇ 3 ਕੰਡੀਸ਼ਨਾਂ ਲਾਗੂ ਹੋਣਗੀਆਂ ਤਾਂ ਉਸ ਕੰਪਨੀ ਨੂੰ ਭਾਰਤ 'ਚ ਕਿਹੜੀ ਕੰਪਨੀ ਬਣਾ ਦਿੱਤਾ ਜਾਊਗਾ? ਮਹਾਰਤਨਾ 2010 'ਚ। ਅਤੇ ਉਹਦੇ ਉਹ ਫਿਰ ਜੇ ਉਹ ਸਰਕਾਰੀ ਕੰਪਨੀ ਆ ਨਾ, ਉਹਦੇ ਮੁਲਾਜ਼ਮਾਂ ਦੀ ਤਨਖਾਹ 1,00,000 ਰੁਪਇਆ ਮਹੀਨਾ ਨਹੀਂ ਹੋਊਗੀ। ਉਹ ਆਪਣੇ ਮੁਲਾਜ਼ਮ ਐਵੇਂ ਵੀ ਭਰਤੀ ਕਰ ਸਕਦੀ ਹੈ ਕਿ ਆ ਜਾ ਕਾਕਿਆ 2 ਕਰੋੜ ਦੇ ਪੈਕੇਜ 'ਤੇ, ਸਰਕਾਰੀ ਕੰਪਨੀ ਅਤੇ ਪੈਕੇਜ ਪ੍ਰਾਈਵੇਟ ਕੰਪਨੀਆਂ ਵਾਲੇ। ਯਾਰ ਆਪਾਂ ਮਹਾਰਤਨਾ ਕਿਉਂ ਬਣਾ ਰਹੇ ਹਾਂ? ਕੰਪੀਟੀਸ਼ਨ ਦੇਣਾ ਹੈ ਦੁਨੀਆ ਦੇ ਗਲੋਬਲ ਪਲੇਅਰਸ ਨੂੰ, ਅਤੇ ਫਿਰ ਅਫਸਰ ਜਿਹੜੇ ਉੱਪਰਲੇ ਲੈਵਲ ਦੇ ਅਫਸਰ ਹੁੰਦੇ ਉਹਨਾਂ ਨੂੰ ਐਂ ਹੀ ਪੱਟਣਾ ਹੁੰਦਾ। ਉਹ ਸਰਕਾਰੀ ਮੁਲਾਜ਼ਮ ਥੋੜ੍ਹਾ ਹੁੰਦੇ ਆ, ਉਹ ਤਾਂ ਪੈਕੇਜ ਦੇ ਆਉਂਦੇ ਆ ਕਿ ਤੈਨੂੰ 5 ਸਾਲ ਦਾ ਬੌਂਡ ਆ 2 ਕਰੋੜ ਰੁਪਈਏ, ਅਤੇ ਸਾਡੇ ਨਾਲ ਸਾਲ ਦਾ ਕੰਟਰੈਕਟ ਕਰ, 4 ਕਰੋੜ ਦਾ ਕਰ, 6 ਕਰੋੜ ਦਾ ਕਰ, 12 ਕਰੋੜ ਦਾ ਕੰਟਰੈਕਟ ਕਰ, ਦੇ ਸਾਨੂੰ ਆਪਣੀਆਂ ਇੰਜੀਨੀਅਰਿੰਗ ਦੀਆਂ ਸੇਵਾਵਾਂ। 13 ਕੰਪਨੀਆਂ ਭਾਰਤ ਦੀਆਂ ਨੇ, ਭਾਰਤ ਪੈਟਰੋਲੀਅਮ, ਭਾਰਤ ਹੈਵੀ ਇਲੈਕਟ੍ਰੀਕਲ, ਕੋਲ ਇੰਡੀਆ, ਗੇਲ, ਗੈਸ ਅਥਾਰਟੀ ਆਫ ਇੰਡੀਆ, ਹਿੰਦੁਸਤਾਨ ਪੈਟਰੋਲੀਅਮ, ਇੰਡੀਅਨ ਆਇਲ, ਨੈਸ਼ਨਲ ਥਰਮਲ, ONGC ਲਿਮਿਟਡ, ਪਾਵਰ ਫਾਈਨਾਂਸ ਕਾਰਪੋਰੇਸ਼ਨ, ਪਾਵਰ ਗ੍ਰਿਡ ਕਾਰਪੋਰੇਸ਼ਨ, ਸਟੀਲ ਅਥਾਰਟੀ, ਰੂਰਲ ਇਲੈਕਟ੍ਰੀਫਿਕੇਸ਼ਨ, ਆਇਲ ਇੰਡੀਆ। ਇਹ ਭਾਰਤ ਦੀਆਂ 13 ਟੌਪ ਦੀਆਂ ਕੰਪਨੀਆਂ ਨੇ ਜਿਹੜੀਆਂ CPSEs ਨੇ,
ਸੈਂਟਰਲ ਪਬਲਿਕ ਸੈਕਟਰ ਇੰਟਰਪ੍ਰਾਈਜ਼ਸ, ਇਹ ਉਹ ਸਰਕਾਰੀ ਕੰਪਨੀਆਂ ਨੇ ਜਿਹਨਾਂ ਨੂੰ ਭਾਰਤ 'ਚ ਕਿਹੜਾ ਸਟੇਟਸ ਮਿਲਿਆ ਹੋਇਆ ਹੈ, ਮਹਾਰਤਨਾ, ਕੰਡੀਸ਼ਨਾਂ ਵੀ ਗਿਣਾਤੀਆਂ। ਸੋ ਇਹੋ ਜਿਹੇ ਸਵਾਲ ਮੈਂ ਕਹਿੰਦਾ ਜਦੋਂ ਆਪਾਂ ਪਰਟੀਕੂਲਰ ਸਬਜੈਕਟ ਪੜਾਂਗੇ ਉਸ ਤੋਂ ਕਿੰਨੀ ਵਧੀਆ ਗੱਲ ਆ ਕਿ ਪਹਿਲਾਂ ਹੀ ਕਾਫੀ ਹੱਦ ਤੱਕ ਕਲੈਰਿਟੀ ਹੋ ਜੇ ਆਪਾਂ ਨੂੰ, ਵਿਦਾਊਟ ਵੇਸਟਿੰਗ ਐਨੀ ਟਾਈਮ। ਚੱਲਦੇ ਹਾਂ ਜੀ ਆਪਾਂ ਅੱਗੇ, ਠੀਕ ਹੈ। ਕਹਿੰਦੇ ਹੇਠ ਲਿਖਿਆਂ 'ਚੋਂ ਕਿਹੜਾ ਉਹ ਰਾਜ ਸਭਾ ਦਾ ਮੈਂਬਰ ਆ ਜਿਹੜਾ ਪਹਿਲਾਂ ਪ੍ਰਧਾਨ ਮੰਤਰੀ ਅਪੁਆਇੰਟ ਹੋਇਆ ਸੀ? ਸੋ ਇੰਦਰਾ ਗਾਂਧੀ। ਇੰਦਰਾ ਗਾਂਧੀ ਜਦੋਂ 1966 'ਚ ਪ੍ਰਧਾਨ ਮੰਤਰੀ ਬਣੀ ਆ, 24 ਜਨਵਰੀ 1966 ਨੂੰ, ਉਸ ਦਿਨ ਅਸੀਂ ਕੀ ਮਨਾਉਂਦੇ ਹਾਂ ਭਲਾ? ਨੈਸ਼ਨਲ ਗਰਲ ਚਾਈਲਡ ਡੇ। ਉਸ ਦਿਨ ਇਹ ਰਾਜ ਸਭਾ ਦੀ ਮੈਂਬਰ ਸੀ। 67 ਵਾਲੀਆਂ ਚੋਣਾਂ 'ਚ ਇਹਨੇ ਲੋਕ ਸਭਾ ਲੜੀ ਇਹਨਾਂ ਨੇ, ਇੰਦਰਾ ਗਾਂਧੀ ਜੀ ਨੇ। ਸੋ ਉਮੀਦ ਕਰਦਾ ਕਿ ਇਹ ਕਹਾਣੀ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ। 2019 'ਚ ਕਿੰਨਵੀਂ ਲੋਕ ਸਭਾ ਸੀ ਜਿਹੜੀ ਅੱਜ 2024 ਦੇ ਵਿੱਚ ਭੰਗ ਹੋ ਗਈ ਹੈ? ਵੈਸੇ ਜੇ ਕੰਮ ਬਾਹਲਾ ਉਲਝ ਜੇ ਨਾ ਤਾਂ ਗਿਣ ਵੀ ਲਈਦੀ ਆ, ਅਤੇ ਵੈਸੇ ਵੀ ਤੁਸੀਂ ਮੰਨ ਕੇ ਚੱਲੋ ਕਿ ਇਹੋ ਜਿਹੇ ਸਵਾਲ ਉਲਝਾ ਸਕਦੇ ਆ ਲੋਕ ਸਭਾ ਦੀ ਗਿਣਤੀ ਕਰਨੀ। ਜਿਵੇਂ ਉਦਾਹਰਣ ਦੇ ਤੌਰ 'ਤੇ ਜੇ ਆਪਾਂ ਜਿਵੇਂ ਇਹ ਨਾ ਤੁਹਾਨੂੰ ਨਾ ਖਬਰਾਂ 'ਚੋਂ ਪਤਾ ਹੋਣਾ ਚਾਹੀਦਾ ਹੈ, 17ਵੀਂ ਲੋਕ ਸਭਾ ਭੰਗ ਕਰ ਦਿੱਤੀ ਗਈ ਆ। ਗੱਲਾਂ ਗੱਲਾਂ 'ਚ ਹੁਣ ਇਹ ਵੀ ਸਮਝ ਆ ਗਿਆ ਕਿ ਹੁਣ ਦੇਸ਼ 'ਚ 18ਵੀਂ ਲੋਕ ਸਭਾ ਬਣੂਗੀ ਵੋਟਾਂ ਤੋਂ ਬਾਅਦ। ਨਹੀਂ ਪਤਾ ਤਾਂ ਹੁਣ ਪਤਾ ਲੱਗ ਗਿਆ, ਘੱਟੋ ਘੱਟ ਕੱਲ੍ਹ ਨੂੰ ਜਾ ਕੇ ਵਿਕੀਪੀਡੀਆ 'ਤੇ ਲੱਭੋਗੇ ਤਾਂ ਸਹੀ ਕਿ ਨਰਿੰਦਰ ਮੋਦੀ ਕਿਵੇਂ ਪ੍ਰਧਾਨ ਮੰਤਰੀ ਹੈ। ਕੱਲ੍ਹ ਨੂੰ ਕੋਈ ਪਤਾ ਨਹੀਂ ਲੱਗਦਾ ਕਿਹੜਾ ਸਵਾਲ ਪੇਪਰ 'ਚ ਕਿਵੇਂ ਬਣ ਕੇ ਆ ਜੇ। ਸੋ ਇਹ 17ਵੀਂ ਲੋਕ ਸਭਾ 2019 ਤੋਂ ਲੈ ਕੇ 24 ਤੱਕ ਭੰਗ ਹੋ ਚੁੱਕੀ ਆ, 18ਵੀਂ ਲੋਕ ਸਭਾ ਵਾਸਤੇ ਵੋਟਾਂ ਪੈ ਰਹੀਆਂ 2024 ਤੋਂ ਲੈ ਕੇ ਅੱਗੇ ਤੱਕ, ਪਤਾ ਨਹੀਂ 29 ਤੱਕ ਕਿ ਕਦੋਂ ਤੱਕ, ਜਦੋਂ ਤੱਕ ਵੀ ਹੋਊਗਾ ਉਹ ਸਾਡੇ ਦੇਸ਼ ਦੀ 18ਵੀਂ ਲੋਕ ਸਭਾ ਹੋਊਗੀ। ਸੋ ਮੀਨਸ ਕਿ 2024 ਦੇ ਵਿੱਚ ਉਮੀਦ ਕਰਦੇ ਹਾਂ ਕਿ ਸ਼ਾਇਦ ਜੂਨ ਦੇ ਜਾਂ ਜੁਲਾਈ 'ਚ 18ਵੀਂ ਲੋਕ ਸਭਾ ਬਣੂਗੀ, ਕਿਉਂਕਿ 3 ਜੂਨ ਨੂੰ ਤਾਂ ਵੋਟਾਂ ਪੈਣੀਆਂ। ਵੋਟਾਂ ਪੈਣ ਤੋਂ ਕੁਛ ਕੁ ਦਿਨ ਬਾਅਦ ਤੱਕ ਜਿਹੜੀ ਲੋਕ ਸਭਾ 'ਚ ਜਿੱਤੀ ਹੋਈ ਪਾਰਟੀ ਆ ਉਹ ਇੱਕ ਲੀਡਰ ਡਿਕਲੇਅਰ ਕਰਦੀ ਆ। ਉਹ ਲੀਡਰ ਦੇਸ਼ ਦੇ ਰਾਸ਼ਟਰਪਤੀ ਨੂੰ ਜਾ ਕੇ ਕਹਿੰਦਾ ਹੈ ਕਿ ਮੈਨੂੰ ਪ੍ਰਧਾਨ ਮੰਤਰੀ ਲਾ ਦੇਸ਼ ਦਾ, ਫਿਰ ਉਹਨੂੰ ਦੇਸ਼ ਦਾ ਪ੍ਰਧਾਨ ਮੰਤਰੀ ਲਾਇਆ ਜਾਂਦਾ ਹੈ, ਉਹਦੇ ਕਹਿਣ 'ਤੇ ਬਾਕੀਆਂ ਨੂੰ ਮੰਤਰੀ ਲਾਇਆ ਜਾਂਦਾ ਹੈ, ਫਿਰ ਰਾਸ਼ਟਰਪਤੀ ਉਹਨੂੰ ਵਾਰਨਿੰਗ ਵੀ ਦਿੰਦਾ ਹੈ ਕਿ ਥੋੜ੍ਹੇ ਜਿਹੇ ਦਿਨਾਂ ਦੇ ਅੰਦਰ ਅੰਦਰ ਲੋਕ ਸਭਾ, ਭਲਾ ਸਾਨੂੰ ਤਾਂ ਸੈਨ ਦਿਖਾਤੇ ਆ ਤੂੰ, ਮੈਂ ਬੰਦੇ ਗਿਣੇ ਨਹੀਂ, ਗਿਣਤੀ ਹੋਊਗੀ ਤੇਰੀ ਲੋਕ ਸਭਾ 'ਚ, ਉੱਥੇ ਆਪਣਾ ਬਹੁਮਤ ਸਾਬਤ ਕਰੀ ਜਾ ਕੇ। ਫਿਰ ਉਹ 15-20 ਦਿਨਾਂ ਦੇ ਅੰਦਰ ਅੰਦਰ, ਲਿਮਿਟਡ ਜੇ ਟਾਈਮ ਦੇ ਅੰਦਰ ਅੰਦਰ, ਸ਼ਾਇਦ ਜੇ ਇਹ ਸਾਰੀ ਪ੍ਰਕਿਰਿਆ 15-20 ਜੂਨ ਤੱਕ ਹੋ ਗਈ, ਕੀ ਪਤਾ ਜੁਲਾਈ ਦੇ ਪਹਿਲੇ ਜਾਂ ਦੂਜੇ ਹਫ਼ਤੇ ਸਾਡੀ ਲੋਕ ਸਭਾ ਦੀ ਪਹਿਲੀ ਮੀਟਿੰਗ ਸੱਦ ਲਈ ਜਾਵੇ, ਉਹ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਹੋਊਗਾ। ਸੋ 17 ਲੋਕ ਸਭਾ ਜਿਸ ਦਿਨ ਆਪਾਂ ਇਹ ਲੈਕਚਰ ਰਿਕਾਰਡ ਕਰ ਰਹੇ ਹਾਂ, 17ਵੀਂ ਲੋਕ ਸਭਾ ਨੂੰ ਦੇਸ਼ ਦੇ ਰਾਸ਼ਟਰਪਤੀ ਨੇ ਭੰਗ ਕਰਿਆ ਹੋਇਆ ਹੈ, ਵੋਟਾਂ ਦਾ ਸੀਜ਼ਨ ਆ, ਅਤੇ 18ਵੀਂ ਲੋਕ ਸਭਾ ਜਿਹੜੀ ਆ ਉਸਦੀ ਸ਼ੁਰੂਆਤ ਕੀਤੀ ਜਾਊਗੀ, ਠੀਕ ਆ। ਤਾਸ਼ਗੰਦ ਐਗਰੀਮੈਂਟ ਕਦੋਂ ਹੋਇਆ ਸੀ, ਠੀਕ ਆ। ਸੋ ਤਾਸ਼ਗੰਦ ਐਗਰੀਮੈਂਟ ਜਿਹੜਾ ਹੈ ਇਹਦੇ 'ਚ ਆਪਸ਼ਨ ਦੇਖੋ, ਅਸਲ ਦੇ ਵਿੱਚ ਇਹ ਗਲਤ ਹੋ ਗਿਆ, ਇਹ ਐਗਰੀਮੈਂਟ ਜਿਹੜਾ ਸੀਗਾ 1967, ਇਸ ਕੁਸ਼ਚਨ ਨੂੰ ਆਪਾਂ ਕੈਂਸਲ ਕਰ ਰਹੇ ਹਾਂ। ਤਾਸ਼ਗੰਦ ਐਗਰੀਮੈਂਟ ਜਿਹੜਾ ਸੀਗਾ ਉਹ 1967 ਦੇ ਵਿੱਚ ਹੋਇਆ ਸੀ, ਕਿਉਂਕਿ 66 ਦੇ ਦਸੰਬਰ 'ਚ ਲੜਾਈ ਲੱਗੀ ਸੀ, ਦੇਸ਼ ਦੇ ਪ੍ਰਧਾਨ ਮੰਤਰੀ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਗੰਦ ਗਏ ਸੀਗੇ, ਉੱਥੇ ਜਿਹੜੇ USSR ਦੇ ਜਿਹੜੇ ਪ੍ਰੀਮੀਅਰ, ਉਦੋਂ ਪ੍ਰਧਾਨ ਮੰਤਰੀ ਨੂੰ ਉੱਥੇ ਪ੍ਰੀਮੀਅਰ ਕਿਹਾ ਜਾਂਦਾ ਸੀ, ਉੱਥੋਂ ਦੇ ਪ੍ਰੀਮੀਅਰ ਨੇ ਵਿੱਚ ਮਧਿਅਸਥਾ ਕੀਤੀ, ਅਤੇ ਉਸ ਵੇਲੇ ਦੇ ਤਤਕਾਲੀ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਅਯੂਬ ਖਾਨ ਅਤੇ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਵਿੱਚ ਇਹ ਸਮਝੌਤਾ ਜਿਹੜਾ ਸੀ 10 ਜਨਵਰੀ 1967 ਨੂੰ ਹੋਇਆ, ਅਤੇ ਉਸੇ ਰਾਤ ਉਹਨਾਂ ਦੀ ਅਚਾਨਕ ਡੈਥ ਹੋ ਗਈ ਸੀ, ਯਾਦ ਆ।
ਤਾਂ ਹੀ ਤਾਂ 24 ਜਨਵਰੀ ਉਹ ਇਸੇ ਸਮੇਂ ਦੇ ਦੌਰਾਨ ਫਿਰ ਇੱਕ ਕੇਅਰ ਟੇਕਰ ਪ੍ਰਧਾਨ ਮੰਤਰੀ ਦਾ ਪ੍ਰਬੰਧ ਸਾਨੂੰ ਕਰਨਾ ਪਿਆ ਤੇ ਅਸੀਂ ਗੁਲਜ਼ਾਰੀ ਲਾਲ ਨੰਦਾ ਜੋ ਕਿ ਇੱਕ ਪੰਜਾਬੀ ਸੀ ਉਹਨਾਂ ਨੂੰ ਪ੍ਰਧਾਨ ਮੰਤਰੀ ਲਾਇਆ। ਠੀਕ ਆ, ਸੋ ਉਮੀਦ ਕਰਦਾ ਕਿ ਆਹ ਕਹਾਣੀ ਜਿਹੜੀ ਆ ਤੁਹਾਨੂੰ ਕਲੀਅਰ ਹੋ ਗਈ ਹੋਊਗੀ। ਦੇਖੋ ਆਹ ਕੈਲੰਡਰ ਵਾਲੇ ਸਵਾਲ ਆ, ਹੁਣ ਮੈਂ ਇਹ ਕਰਾਉਣੇ ਨਹੀਂ, ਇਹ ਆਲਰੇਡੀ ਮੀਨਸ ਮੈਂ ਤੁਹਾਨੂੰ ਕਹੂੰਗਾ ਵੀ ਕਿ ਤੁਸੀਂ ਦੇਖ ਵੀ ਲਿਓ, ਮੈਂ ਤੁਹਾਨੂੰ ਦੱਸ ਵੀ ਦਊਂਗਾ, ਬਟ ਆਂਸਰ ਜ਼ਰੂਰ ਡਿਸਕਸ ਕਰ ਲੈਂਦੇ ਹਾਂ ਕਿ ਜੇ 2 ਜੂਨ 2012 ਨੂੰ ਸ਼ਨੀਵਾਰ ਆ ਤਾਂ 7 ਜੁਲਾਈ 2012 ਨੂੰ ਕੀ ਵਾਰ ਕਿਹਾ ਇਹਨਾਂ ਨੇ, ਸ਼ਨੀਵਾਰ ਹੀ ਆ। ਠੀਕ ਆ, ਉਸ ਤੋਂ ਬਾਅਦ ਚੈੱਕ ਕਰ ਲਿਓ ਬਸ ਇਹ ਆਂਸਰ ਆਪਣੇ ਕਨਫਰਮ ਕਰ ਲਿਓ। ਕਹਿੰਦੇ ਮਾਰਚ 2009 ਚ ਕਿੰਨੇ ਵੀਕਐਂਡ ਆ, 10 10 ਠੀਕ ਆ, ਨਹੀਂ 10 ਆ ਕਿ 9 ਆ, ਇਹ 9 ਆ ਕਿ 10 ਆ, 9 ਆ, ਬਸ ਚੈੱਕ ਕਰ ਲਿਓ ਬਸ। ਠੀਕ ਆ, ਤੇ ਕੇ ਹਫਤੇ ਤੇ ਕੇ ਦਿਨਾਂ ਚ ਕੁੱਲ ਕਿੰਨੇ ਦਿਨ ਹੁੰਦੇ ਆ, 8 ਕੇ, ਕਿਉਂਕਿ 7 ਜਦੋਂ ਆਪਾਂ ਨੂੰ ਕੋਈ ਕਹਿੰਦਾ 4 ਹਫਤੇ ਤਾਂ 4 × 7, ਕੋਈ ਕਵੇ ਕੇ ਹਫਤੇ ਤਾਂ ਕੇ ਗੁਣਾ 7, 7 ਕੇ ਪਲੱਸ ਕੇ ਤਾਂ ਕਿੰਨੇ ਹੋ ਗਏ, 8 ਕੇ। ਇਹ ਆਪਾਂ ਬੜੇ ਆਰਾਮ ਨਾਲ ਸੋਲਵ ਕਰਿਆ ਹੋਇਆ। ਉਸ ਤੋਂ ਬਾਅਦ 2008 ਦਾ ਕੈਲੰਡਰ ਕਿਹੜੇ ਸਾਲ ਨਾਲ ਮਿਲਦਾ ਹੈ, 2036 ਨਾਲ, 19 ਨਾਲ ਮਿਲ ਨਹੀਂ ਸਕਦਾ ਕਿਉਂਕਿ ਉਹ ਲੀਪ ਈਅਰ ਆ ਤੇ ਉਹ ਗੈਰ ਲੀਪ ਈਅਰ ਆ, ਤਾਂ ਕਈ ਵਾਰੀ ਆਂਸਰ ਗਲਤੀ ਨਾਲ ਤੁਹਾਡੇ ਚੋਂ ਕੋਈ 19 ਵੀ ਲਾ ਸਕਦਾ, ਉਹ ਗਲਤੀ ਕਦੇ ਨਹੀਂ ਕਰਨੀ, ਰੂਲ ਵੀ ਦੱਸਿਆ ਹੋਇਆ ਹੈ। ਈਵਨ ਕਿ ਇਹਦੇ 'ਤੇ ਤਾਂ ਮੈਂ ਪੂਰੇ ਪ੍ਰੋਪਰ ਲੈਕਚਰ, 94 ਦਿਨ ਪਹਿਲਾਂ ਮੰਡੇ ਆ ਤਾਂ ਕਿੰਨੇ ਦਿਨ ਬਾਅਦ, ਹਾਊ ਮੈਨੀ ਡੇਜ਼ ਵੀ ਵਿਲ ਗੈਟ ਸੰਡੇ, ਕਿੰਨੇ ਦਿਨ ਬਾਅਦ ਸਾਨੂੰ ਸੰਡੇ ਮਿਲੂਗਾ। ਦੇਖੋ ਇੱਕ ਬੜੀ ਕਲੀਅਰ ਗੱਲ ਆ, ਦੱਸੋ ਜੇ ਮੈਂ ਇਹ ਕਹਾਂ ਕਿ 4 ਦਿਨ ਪਹਿਲਾਂ ਵੀਰਵਾਰ ਆ ਤਾਂ 3 ਦਿਨ 2 ਦਿਨ ਪਹਿਲਾਂ ਵੀਰਵਾਰ ਆ ਤਾਂ 1 ਦਿਨ ਪਹਿਲਾਂ ਕੀ ਵਾਰ ਹੋਊਗਾ, ਜੇ 2 ਦਿਨ ਪਹਿਲਾਂ ਵੀਰਵਾਰ ਸੀ 1 ਦਿਨ ਪਹਿਲਾਂ ਕੀ, ਅੱਜ ਕੀ ਵਾਰ ਆ, ਸ਼ਨੀਵਾਰ, ਜੇ 2 ਦਿਨ ਪਹਿਲਾਂ ਵੀਰਵਾਰ ਸੀ 1 ਦਿਨ ਪਹਿਲਾਂ ਕੀ ਵਾਰ ਸੀ, ਸ਼ੁੱਕਰਵਾਰ, ਇਹ ਮੰਨਦੇ ਹੋ, ਇਹ ਗੱਲ ਸਮਝ ਗਏ। ਜੇ 3 ਦਿਨ ਪਹਿਲਾਂ ਬੁੱਧਵਾਰ ਸੀ ਤਾਂ 2 ਦਿਨ ਪਹਿਲਾਂ ਕੀ ਵਾਰ ਸੀ, ਵੀਰਵਾਰ, ਫਾਰਮੂਲਾ ਸਮਝ ਆ ਗਿਆ। ਜੇ 94 ਦਿਨ ਪਹਿਲਾਂ, ਗੌਰ ਕਰਿਓ, ਜੇ 94 ਦਿਨ ਪਹਿਲਾਂ ਸੋਮਵਾਰ ਸੀ ਤਾਂ 93 ਦਿਨ ਪਹਿਲਾਂ ਕੀ ਵਾਰ ਹੋਊਗਾ, ਯਾਰ 94 ਦਿਨ ਪਹਿਲਾਂ ਸੋਮਵਾਰ ਸੀ ਤਾਂ 93 ਦਿਨ ਪਹਿਲਾਂ, ਇੱਕ ਸਟੈਪ ਘਟਾਤਾ ਮੈਂ, ਵੈਸੇ ਲਾਸ ਤੁਸੀਂ ਸਿਰੇ ਹੀ ਦਿੰਦੇ ਹੋ। ਜੇ ਮੈਂ ਇਹ ਕਹਾਂ ਕਿ 3 ਦਿਨ ਪਹਿਲਾਂ, 3 ਦਿਨ ਪਹਿਲਾਂ ਬੁੱਧਵਾਰ ਸੀਗਾ ਤਾਂ ਦੱਸੋਗੇ 2 ਦਿਨ ਪਹਿਲਾਂ ਕੀ ਵਾਰ ਸੀ, ਵੀਰਵਾਰ, ਤੁਸੀਂ ਸਟੈਪ ਅੱਗੇ ਆ ਗਏ ਨਾ। ਜੇ ਮੈਂ ਕਹਾਂ ਕਿ 94 ਦਿਨ ਪਹਿਲਾਂ ਮੰਡੇ ਸੀ ਤਾਂ 93 ਦਿਨ ਪਹਿਲਾਂ ਕੀ ਹੋਊਗਾ, ਜੇ 3 ਦਿਨ ਪਹਿਲਾਂ ਵੀਰਵਾਰ ਆ ਤੇ 2 ਦਿਨ ਪਹਿਲਾਂ ਇੱਧਰੋਂ ਇੱਕ ਘਟਿਆ ਤੇ ਇੱਧਰੋਂ ਵਧਿਆ, ਆਹ ਕੀ ਲਿਖਿਆ ਹੈ, ਵੀਰਵਾਰ ਹੀ ਲਿਖਿਆ ਹੈ, ਇੱਥੇ ਘਟਾ ਰਹੇ ਹੋ ਤੇ ਇੱਥੇ ਵਧਾ ਨਹੀਂ ਰਹੇ ਤੁਸੀਂ, ਘੱਟੋ ਘੱਟ ਬੰਦਾ ਯਾਰ ਆਪਣੀ ਗੱਲ ਤੋਂ ਤਾਂ ਨਾ ਮੁੱਕਰੇ, ਤੁਸੀਂ ਆਪ ਕਹਿ ਰਹੇ ਹੋ ਕਿ 3 ਦਿਨ ਪਹਿਲਾਂ ਵੀਰਵਾਰ ਆ ਤੇ 2 ਦਿਨ ਪਹਿਲਾਂ ਕੀ ਵਾਰ ਹੋਊਗਾ, 3 ਦਿਨ ਪਹਿਲਾਂ ਬੁੱਧਵਾਰ ਆ ਤੇ 2 ਦਿਨ ਪਹਿਲਾਂ ਕੀ ਵਾਰ ਹੋਊਗਾ, ਵੀਰਵਾਰ, ਹਜੇ ਵੀ ਦੇਖ ਲਓ ਘਟਾ ਰਹੇ ਆ ਕਿ ਨਹੀਂ, 1 ਦਿਨ ਪਹਿਲਾਂ ਦੱਸੋ ਕੀ ਵਾਰ ਹੋਊਗਾ, ਮੁੱਕਰਦੇ ਤਾਂ ਨਹੀਂ, ਇੱਧਰ ਦਿਨ ਘਟਦੇ ਜਾ ਰਹੇ ਆ ਇੱਧਰ ਦਿਨ ਵੱਧਦੇ ਜਾ ਰਹੇ ਆ, ਬੰਦਾ ਪ੍ਰੋਸੀਜਰ ਹੀ ਫੋਲੋ ਕਰ ਲਏ ਬਸ, ਹੋਰ ਕੁਛ ਨਾ ਕਰੇ। 94 ਦਿਨ ਪਹਿਲਾਂ ਸੋਮਵਾਰ ਆ, ਦੱਸੋਗੇ 93 ਦਿਨ ਪਹਿਲਾਂ ਕੀ ਹੋਊਗਾ, ਮੰਗਲਵਾਰ, ਜੇ ਇੱਧਰ ਘਟ ਰਿਹਾ ਤੇ ਇੱਧਰ ਵਧੂਗਾ ਕਿ ਨਹੀਂ, ਲੌਜਿਕ ਹੈ ਯਾਰ, ਕੋਈ ਮੈਂ ਆਪਣੇ ਵੱਲੋਂ ਫਾਰਮੂਲਾ ਨਹੀਂ ਲਾਇਆ। ਤੇ ਇਹ ਦੱਸੋਗੇ 92 ਦਿਨ ਪਹਿਲਾਂ ਕੀ ਵਾਰ ਹੋਊਗਾ, 92 ਦਿਨ ਪਹਿਲਾਂ ਕੀ ਵਾਰ ਹੋਊਗਾ, ਬੁੱਧਵਾਰ, ਪ੍ਰੋਸੈਸ ਉਵੇਂ ਚਲਾਈ ਜਾਓ, ਕੰਟੀਨਿਊਟੀ, ਮੈਥ ਦੀ ਇੱਕ ਖਾਸੀਅਤ ਹੁੰਦੀ ਆ, ਰੀਜ਼ਨਿੰਗ ਦੀ ਖਾਸੀਅਤ ਹੁੰਦੀ ਆ ਸੀਕੁਐਂਸ,
ਅਸਲ ਚ ਇਹ ਲੌਜਿਕ ਪਤਾ ਕਿੱਥੇ ਕੰਮ ਆਉਂਦੇ ਆ, ਜਿੱਥੇ ਕੋਈ ਮੈਥ ਦਾ ਫਾਰਮੂਲਾ ਜਿੱਥੇ ਉਲਝ ਗਏ ਤੁਸੀਂ ਉੱਥੇ ਦਿਮਾਗ ਵਰਤਿਆ ਕਰੋ। ਅਸਲ ਦੇ ਵਿੱਚ ਚੈਪ ਫਾਰਮੂਲੇ ਫੂਰਮੂਲੇ ਤਾਂ ਉਹ ਹੁੰਦੇ ਆ ਜਦੋਂ ਉੱਥੇ ਵਰਤੀ ਦੇ ਆ ਜਿੱਥੇ ਕੋਈ ਚੀਜ਼ ਆਉਂਦੀ ਹੋਵੇ, ਜਿੱਥੇ ਕੁਛ ਵੀ ਨਾ ਆਉਂਦਾ ਹੋਵੇ ਰੈਂਡਮਲੀ ਤੁਹਾਡੇ ਸਾਹਮਣੇ ਸਵਾਲ ਡਿੱਗ ਜੇ ਆ ਕੇ ਉੱਥੇ ਸਵਾਲਾਂ ਨੂੰ ਹੱਲ ਐਵੇਂ ਕਰੀਦਾ ਹੈ। ਦੱਸੋ ਕਿ 91 ਦਿਨ ਪਹਿਲਾਂ ਕੀ ਵਾਰ ਹੋਊਗਾ? ਵੀਰਵਾਰ। ਕੀ ਵਾਰ ਹੋਊਗਾ? ਵੀਰਵਾਰ। 97 ਤੇ ਕੱਟਿਆ ਜਾਂਦਾ ਹੈ, 97 ਤੇ ਕੱਟਿਆ ਗਿਆ, 91 ਤੱਕ ਲੈ ਕੇ ਆਉਣਾ ਸੀ ਮੈਂ। ਬਈ ਇੱਕ ਗੱਲ ਦੱਸੋ, ਜੇ 7 ਦਿਨ ਪਹਿਲਾਂ ਜਿਹੜਾ ਵਾਰ ਆ 7 ਦਿਨ ਬਾਅਦ ਵੀ ਉਹੀ ਵਾਰ ਆ, 7 ਦਿਨ ਪਹਿਲਾਂ, 14 ਦਿਨ ਪਹਿਲਾਂ, 21 ਦਿਨ ਪਹਿਲਾਂ, 28 ਦਿਨ ਪਹਿਲਾਂ, 35 ਦਿਨ ਪਹਿਲਾਂ, ਜੇ 7 ਦੇ ਟੇਬਲ ਤੇ ਕੱਟੇ ਗਏ, ਜੇ 7 ਦੇ ਟੇਬਲ ਤੇ ਕੱਟਿਆ ਗਿਆ ਜੋ 91 ਦਿਨ ਪਹਿਲਾਂ ਵਾਰ ਸੀ ਉਹੀ ਵਾਰ ਅੱਜ ਹੋਊਗਾ। ਮੇਰੀ ਗੱਲ ਸਮਝ ਗਏ? ਅਦਰਵਾਈਜ਼ ਔਡ ਡੇ ਦਾ ਕਨਸੈਪਟ ਕੱਢ ਲਓ। ਸਿੰਪਲ ਜੀ ਗੱਲ ਆ, 94 ਆ, 94 ਨੂੰ 7 ਨਾਲ ਭਾਗ ਕਰੋ, ਜਿੰਨੇ ਔਡ ਡੇ ਆਏ ਆ ਉਹਨਾਂ ਪਿੱਛੇ ਚਲੇ ਜਾਓ। ਉਹਨਾਂ ਕਿੱਥੇ ਚਲੇ ਜਾਓ? ਪਿੱਛੇ, ਅੱਜ ਦੇ ਦਿਨ ਤੋਂ ਉੱਥੋਂ ਤੱਕ, ਤੇ ਉਹ ਦਿਨ ਦਿੱਤਾ ਹੈ ਤਾਂ ਉਹਨਾਂ ਅੱਗੇ ਆ ਜਾਓ, ਅੱਜ ਦੇ ਦਿਨ ਤੇ ਆ ਜਾਓਗੇ। ਤਾਂ ਟੈਕਨੀਕਲੀ ਅੱਜ ਕੀ ਵਾਰ ਆ ਗਿਆ ਆਪਣਾ? ਜੇ 91 ਦਿਨ ਪਹਿਲਾਂ ਵੀਰਵਾਰ ਆ ਤੇ ਅੱਜ ਵੀ ਕੀ ਹੋਊਗਾ? ਵੀਰਵਾਰ, ਕਿਉਂਕਿ 97 ਤੇ ਕੱਟਿਆ ਜਾਂਦਾ ਹੈ। ਅੱਜ ਵੀਰਵਾਰ ਆ, ਕਿੰਨੇ ਦਿਨ ਬਾਅਦ ਐਤਵਾਰ ਟੱਕਰੂਗਾ ਆਪਾਂ ਨੂੰ? ਇੱਕ ਦਿਨ ਬਾਅਦ ਸ਼ੁੱਕਰਵਾਰ, 2 ਦਿਨ ਬਾਅਦ ਸ਼ਨੀਵਾਰ, ਤੇ 3 ਦਿਨ ਬਾਅਦ ਐਤਵਾਰ। ਹੈ 3 ਆਪਸ਼ਨ ਚ? ਨਾ। 3 ਤੇ 7 10 ਦਿਨ ਬਾਅਦ ਫਿਰ ਐਤਵਾਰ, ਹੈ ਆਪਸ਼ਨ ਚ? ਨਹੀਂ। 10 ਤੇ 7 17 17 ਦਿਨ ਬਾਅਦ ਫਿਰ ਐਤਵਾਰ, ਹੈ ਆਪਸ਼ਨ ਚ? 17 ਤੇ 7 ਐ ਨਾ ਕਰੋ ਯਾਰ, 17 ਤੇ 7 24 ਹੈ ਆਪਸ਼ਨ ਚ? ਹੈਗਾ। ਇਹਦਾ ਮਤਲਬ ਆਪਸ਼ਨ ਕੀ ਆ ਗਈ? ਬੀ। ਬਈ ਸਭ ਤੋਂ ਪਹਿਲਾ ਐਤਵਾਰ, ਸਭ ਤੋਂ ਨੇੜੇ ਵਾਲਾ ਐਤਵਾਰ ਇਹਨਾਂ ਆਪਸ਼ਨ ਦੇ ਵਿੱਚੋਂ, ਜਾਂ ਉਹਨਾਂ ਨੇ ਪੁੱਛਿਆ ਕਿ ਕਿੰਨੇ ਦਿਨਾਂ ਬਾਅਦ ਸਾਨੂੰ ਐਤਵਾਰ ਮਿਲੂਗਾ? ਬਈ 24 ਦਿਨਾਂ ਬਾਅਦ ਮਿਲ ਜੂਗਾ। ਜੇ 24 ਵੀ ਆਪਸ਼ਨ ਚੋਂ ਕੱਟਿਆ ਜਾਂਦਾ 27 ਚੈੱਕ ਕਰ ਲੈਂਦੇ, ਜੇ ਕੋਈ ਵੀ ਨਾ ਹੁੰਦਾ ਫਿਰ ਨਨ ਆਫ ਦੀਜ਼ ਆ ਜਾਂਦਾ। ਕਿੰਨੇ ਦਿਨ ਬਾਅਦ ਸਾਨੂੰ ਐਤਵਾਰ? ਹੈ ਨਾ ਲੌਜੀਕਲ? ਇਹਨੂੰ ਕੈਲੰਡਰ ਦਾ ਸਵਾਲ ਛੱਡੋ, ਇਹ ਤਾਂ ਲੌਜੀਕ ਨਾਲ ਕਰਨ ਵਾਲੇ ਸਵਾਲ ਆ। ਮਤਲਬ ਕਿ ਸਪੋਜ਼ ਕਰੋ ਤੁਹਾਨੂੰ ਇੱਕ ਟੀਚਰ ਆ ਕੇ ਇੱਥੇ ਕਲੋਕ, ਕੈਲੰਡਰ, ਮੈਥ, ਰੀਜ਼ਨਿੰਗ ਸਾਰੀ ਕਰਾ ਜੇ, ਤੇ ਪੇਪਰ 'ਚ ਕੋਈ ਇਹੋ ਜਿਹਾ ਸਵਾਲ ਆ ਜੇ ਜਿਹੜਾ ਕਿਸੇ ਫਾਰਮੂਲੇ 'ਚ ਫਿੱਟ ਨਾ ਆਉਂਦਾ ਹੋਵੇ, ਘੱਟੋ ਘੱਟ ਰੱਬ ਦੀ ਦਿੱਤੀ ਇਹ ਬੁੱਧੀ ਸਮੱਤ ਤਾਂ ਬਖਸ਼ੋਗੇ, ਆਪਣੀ ਜਿਹੜੀ ਬਖਸ਼ੀ ਆ ਤੁਹਾਨੂੰ ਇਹਨੂੰ ਤਾਂ ਵਰਤੋਗੇ, ਕਿਤੇ ਨਾ ਕਿਤੇ ਤਾਂ ਸਵਾਲ ਕੱਢਣਾ ਪੈਣਾ। ਕਿਉਂ ਤੁਸੀਂ ਇਹ ਮੰਨਦੇ ਹੋ ਕਿ ਸਾਰੀ ਦੁਨੀਆ ਫਾਰਮੂਲਿਆਂ ਨਾਲ ਚੱਲਦੀ ਹੈ? ਸਭ ਕੁਝ ਫਾਰਮੂਲਿਆਂ ਨਾਲ ਨਹੀਂ ਚੱਲਦਾ, ਠੀਕ ਆ। ਪੰਜਾਬ 'ਚ ਬੈਠੇ ਹੋ, ਇੱਕ ਇਕੁਏਸ਼ਨ ਨੂੰ ਸਮਝੋ। ਅਸੀਂ 2022 'ਚ ਪੰਜਾਬ ਦੀ ਸਿਆਸਤ ਦੇਖੀ, ਫਾਰਮੂਲਿਆਂ 'ਤੇ ਚੱਲੀ ਸੀ? ਨਹੀਂ। ਜਿਨ੍ਹਾਂ ਨੇ 2022 ਦੀ ਸਿਆਸਤ ਬਿਨਾਂ ਫਾਰਮੂਲੇ ਤੋਂ ਜਿੱਤ ਕੇ ਦਿਖਾਈ, ਉਹਨਾਂ ਨੂੰ ਲੱਗਦਾ ਸੀ ਕਿ 24 'ਚ ਸਾਡਾ 22 ਵਾਲਾ ਫਾਰਮੂਲਾ ਚੱਲ ਜੂਗਾ। 24 ਆ ਗਿਆ, ਸਿਆਸਤ ਫਿਰ ਦੇਖ ਲਿਓ ਤੁਸੀਂ। ਇੱਕ ਗੱਲ ਦੇਖੋ, ਦੁਨੀਆ 'ਚ ਸਭ ਕੁਛ ਜੋ ਫਾਰਮੂਲਿਆਂ ਨਾਲ ਚੱਲਦਾ ਨਾ, ਉਹ ਬਿਨਾਂ ਫਾਰਮੂਲਿਆਂ ਤੋਂ ਵੀ ਚੱਲਦਾ ਹੈ। ਬਸ ਫਾਰਮੂਲੇ ਤੇ ਬਿਨਾਂ ਫਾਰਮੂਲਿਆਂ 'ਚ ਸਮਝ ਰੱਖਣ ਵਾਲਾ ਚਾਹੀਦਾ। ਖੈਰ, ਉਮੀਦ ਕਰਦਾ ਕਿ ਇਹ ਸਵਾਲ ਦਾ ਆਨਸਰ ਤੁਹਾਨੂੰ ਸਮਝ ਆ ਗਿਆ ਹੋਊਗਾ, ਠੀਕ ਆ। ਇਸ ਤੋਂ ਬਾਅਦ ਦੇ ਜਿਹੜੇ ਸਵਾਲ ਆ, ਠੀਕ ਆ, ਉਹ ਮੈਡਮ ਕਿਵੇਂ? ਅੱਜ ਕੀ ਵਾਰ ਆ ਜੀ? ਅੱਜ ਦੇ ਦਿਨ ਕੀ ਵਾਰ ਨਿਕਲਿਆ? ਨਹੀਂ ਨਹੀਂ, ਇਸ ਕੁਐਸਚਨ ਦੇ ਮੁਤਾਬਕ ਵੀਰਵਾਰ। ਤੇ ਉਹ ਪੁੱਛਦੇ ਐਤਵਾਰ ਕਿੰਨੇ ਦਿਨ ਬਾਅਦ ਆਊਗਾ? 3 ਦਿਨ ਬਾਅਦ। 3 ਕਰੈਕਟ ਆਨਸਰ ਆਉਂਦਾ ਇਹਦਾ, ਮਤਲਬ ਮੈਂ ਹਾਂ 3 ਨਿਕਲਿਆ ਸੀਗਾ ਤਾਂ 3 ਆਨਸਰ ਕਰੈਕਟ ਆਉਂਦਾ। 3 ਤੋਂ ਬਾਅਦ ਦੂਜਾ ਆਨਸਰ ਕਿਹੜਾ ਕਰੈਕਟ ਆਉਣਾ ਸੀ? 10। ਤੇ 10 ਤੋਂ ਬਾਅਦ ਤੀਜਾ ਆਨਸਰ ਕਿਹੜਾ ਕਰੈਕਟ ਆਉਣਾ ਸੀ? 17। ਤੇ 17 ਤੋਂ ਬਾਅਦ 24, ਤੇ 24 7 31, 31 7 38, ਠੀਕ ਹੈ ਜੀ। ਸੋ ਇਹ ਆਨਸਰ ਆਪਾਂ ਡਿਸਕਸ ਕਰ ਲਏ ਇੱਥੋਂ ਤੱਕ, ਕਿਸੇ ਨੂੰ ਕੋਈ ਡਾਊਟ ਰਹਿਣੀ ਨਹੀਂ ਚਾਹੀਦੀ। ਇਸ ਤੋਂ ਅਗਲਾ ਪਾਰਟ ਜਿਹੜਾ ਹੈ ਪੰਜਾਬੀ ਦਾ ਹੈ, ਉਹ ਮੈਡਮ ਡਿਸਕਸ ਕਰਨਗੇ।
ਤੋਂ ਪੰਜਾਬੀ ਦਾ ਜਿਹੜਾ ਸਵਾਲ ਸੀਗਾ ਸਭ ਤੋਂ ਪਹਿਲਾਂ ਪੁੱਛਿਆ ਗਿਆ ਸੀਗਾ 59 ਦਾ ਪੰਜਾਬੀ ਰੂਪ ਕੀ ਹੈ। ਸੋ ਇਹਦੇ 'ਚ ਬਹੁਤ ਸਟੂਡੈਂਟਸ ਨੂੰ ਜਿਹੜੀ ਆ ਕਨਫਿਊਜ਼ਨ ਸੀ ਕਿ 59 ਹੁੰਦਾ ਹੈ ਕਿ 59 ਹੁੰਦਾ ਹੈ। ਆਪਾਂ ਜਦੋਂ ਬੋਲਦੇ ਹਾਂ ਆਪਾਂ 59 ਬੋਲਦੇ ਹਾਂ, ਪਰ ਅਸਲ ਦੇ ਵਿੱਚ ਪੰਜਾਬੀ ਦੇ ਵਿੱਚ ਇਹਨੂੰ ਜਿਹੜਾ ਲਿਖਿਆ ਜਾਂਦਾ ਉਹ ਇਸ ਤਰੀਕੇ ਨਾਲ ਲਿਖਿਆ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਸਵਾਲ ਹੁੰਦੇ ਨੇ ਉਹਦੇ 'ਚ ਦੋ ਤਰੀਕੇ ਦੀ ਕਨਫਿਊਜ਼ਨ ਹੁੰਦੀ ਆ। ਇੱਕ ਤਾਂ ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਨੇ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਗਿਣਤੀ ਹੀ ਨਹੀਂ ਆਉਂਦੀ, ਉਹਨਾਂ ਨੂੰ ਇਹ ਨਹੀਂ ਪਤਾ 59 ਕਿਹਨੂੰ ਕਹਿੰਦੇ ਨੇ, 49 ਕਿਹਨੂੰ ਕਹਿੰਦੇ ਨੇ, 79 ਕਿਹਨੂੰ ਕਹਿੰਦੇ ਨੇ, 69 ਕਿਹਨੂੰ ਕਹਿੰਦੇ ਨੇ, ਇਹਨਾਂ 'ਚ ਬਹੁਤ ਕਨਫਿਊਜ਼ਨ ਹੁੰਦੀ ਆ। ਇੱਕ ਤਾਂ ਮੈਂ ਇਹ ਨਾਲ ਐਡ ਕਰਤੇ, ਇੱਕ ਕਈ ਵਾਰੀ ਕੀ ਹੁੰਦਾ ਕਿ ਜਦੋਂ ਆਪਾਂ ਜਿਵੇਂ ਬੋਲਦੇ ਹਾਂ ਉਸ ਤਰੀਕੇ ਦੇ ਨਾਲ ਹੀ ਜਿਹੜਾ ਹੈ ਇਹਨੂੰ ਲਿਖਦੇ ਹਾਂ। ਸੋ 59 ਦੇ ਜਿਹੜੇ ਸਪੈਲਿੰਗ ਨੇ ਆਹ ਅਸ਼ੁੱਧ ਸੀਗੇ ਤੇ ਆਹ ਸ਼ੁੱਧ ਸੀਗੇ। ਅੱਗੇ ਚੱਲਦੇ ਹਾਂ। ਨੈਕਸਟ ਜਿਹੜਾ ਸਵਾਲ ਸਾਡੇ ਤੋਂ ਪੁੱਛਿਆ ਗਿਆ ਸੀਗਾ ਉਹ ਸੀਗਾ ਸੁਰ ਨਾਸਿਕਤਾ ਪੰਜਾਬੀ ਭਾਸ਼ਾ ਵਿੱਚ ਡੈਸ਼ ਹਨ। ਦੇਖੋ ਧਿਆਨ ਨਾਲ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰਿਓ, ਜਿਹੜੀ ਖੰਡੀ ਧੁਨੀ ਆ ਤੇ ਜਿਹੜੀ ਅਖੰਡੀ ਧੁਨੀ ਆ, ਜੇ ਆਪਾਂ ਇਹਨਾਂ ਦੀ ਗੱਲ ਕਰੀਏ, ਅਖੰਡੀ ਧੁਨੀ ਆਪਾਂ ਕਿਹਨਾਂ ਨੂੰ ਕਹਿੰਦੇ ਆ, ਜਿਹੜੀਆਂ ਨਖੇੜੀਆਂ ਨਾ ਜਾ ਸਕਣ, ਤੇ ਖੰਡੀ ਧੁਨੀਆਂ ਕਿਹੜੀਆਂ ਹੁੰਦੀਆਂ ਨੇ, ਜਿਹਨਾਂ ਨੂੰ ਤੋੜਿਆ ਜਾ ਸਕਦਾ। ਹੁਣ ਜਦੋਂ ਤੁਸੀਂ ਸੁਰ ਦੀ ਗੱਲ ਕਰਦੇ ਹੋ, ਨਾਸਿਕਤਾ ਦੀ ਗੱਲ ਕਰਦੇ ਹੋ, ਜਿਹੜਾ ਮੈਂ ਜਦੋਂ ਆਪਾਂ ਥਿਊਰੀ ਕੀਤੀ ਸੀ ਮੈਂ ਤੁਹਾਨੂੰ ਉੱਥੇ ਵੀ ਐਕਸਪਲੇਨ ਕੀਤਾ ਸੀਗਾ ਵੀ ਜਦੋਂ ਆਪਾਂ ਸੁਰ ਦੀ ਗੱਲ ਕਰਦੇ ਹਾਂ ਨਾਸਿਕਤਾ ਜਿਹੜਾ ਆਪਣਾ ਬੇਸਿਕ ਸਾਊਂਡ ਆ, ਜਿਵੇਂ ਮੈਂ ਤੁਹਾਨੂੰ ਕੀ ਕਿਹਾ ਸੀਗਾ ਵੀ ਪੰਜਾਬੀ ਬੋਲਣ ਵਾਲਾ ਬੰਦਾ ਜਦੋਂ ਕੋਈ ਹੋਰ ਭਾਸ਼ਾ ਬੋਲਦਾ ਹੈ ਨਾ ਤਾਂ ਪਤਾ ਲੱਗ ਜਾਂਦਾ ਹੁੰਦਾ ਵੀ ਇਹ ਪੰਜਾਬੀ ਆ, ਮਤਲਬ ਇਹ ਇਹਦੀ ਆਪਣੀ ਭਾਸ਼ਾ ਨਹੀਂ ਹੈਗੀ, ਚਾਹੇ ਉਹ ਹਿੰਦੀ ਬੋਲ ਰਿਹਾ ਚਾਹੇ ਉਹ ਮਰਾਠੀ ਬੋਲ ਰਿਹਾ, ਕਿਉਂਕਿ ਪੰਜਾਬੀ ਦਾ ਇੱਕ ਆਪਣਾ ਖਾਸ ਸਾਊਂਡ ਆ। ਹੁਣ ਉਹ ਸਾਊਂਡ ਨੂੰ ਤੁਸੀਂ ਅਲੱਗ ਨਹੀਂ ਕਰ ਸਕਦੇ, ਤੇ ਜਿਹਨੂੰ ਤੁਸੀਂ ਅਲੱਗ ਨਹੀਂ ਕਰ ਸਕਦੇ ਹੋ ਕੀ ਹੋਣਾ ਚਾਹੀਦਾ ਆ, ਅਖੰਡੀ ਧੁਨੀ ਹੋਣੀ ਚਾਹੀਦੀ ਆ। ਤਾਂ ਅਖੰਡੀ ਧੁਨੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਉਹਨਾਂ ਦੇ ਜਿਹੜੇ ਸੁਰ ਹੁੰਦੇ ਨੇ ਜਾਂ ਉਹਨਾਂ ਦੇ ਵਿੱਚ ਜਿਹੜੀ ਨਾਸਿਕਤਾ ਬੋਲੀ ਜਾਂਦੀ ਹੈ ਜਿਹੜੀ ਉਚਾਰੀ ਜਾਂਦੀ ਆ ਉਹਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਇਹਦਾ ਅਖੰਡੀ ਧੁਨੀਆਂ ਜਿਹੜਾ ਆ ਉਹ ਸਹੀ ਆਂਸਰ ਹੋਣਾ ਸੀਗਾ। ਅੱਗੇ ਚੱਲਦੇ ਹਾਂ। ਅਗਲਾ ਸਵਾਲ ਪੁੱਛਿਆ ਗਿਆ ਸੀਗਾ ਪੰਜਾਬੀ ਭਾਸ਼ਾ ਵਿੱਚ ਲਘੂ ਸਵਰ ਕਿਹੜੇ ਹਨ। ਸੋ ਦੋ ਤਰ੍ਹਾਂ ਦੇ ਸਵਰ ਹੁੰਦੇ ਨੇ, ਲਘੂ ਤੇ ਦੀਰਘ, ਠੀਕ ਹੈ। ਜਦੋਂ ਆਪਾਂ ਇੱਥੇ ਲਘੂ ਸਵਰ ਜਾਂ ਫਿਰ ਦੀਰਘ ਸਵਰ ਦੀ ਗੱਲ ਕਰਾਂਗੇ ਤਾਂ ਇਹਦੇ ਤੋਂ ਮੇਰਾ ਮਤਲਬ ਇਕੱਲੇ ਊੜਾ ਐੜਾ ਤੇ ਈੜੀ ਤੋਂ ਨਹੀਂ ਹੈਗਾ, ਬਲਕਿ ਇਹਨਾਂ ਤੋਂ ਬਣੀਆਂ ਹੋਈਆਂ ਜਿਹੜੀਆਂ ਉਹ 10 ਲਗਾਂ ਨੇ ਉਹਨਾਂ ਤੋਂ ਵੀ ਹੈ। ਸੋ ਬੋਲਣ ਦੇ ਸਮੇਂ ਜਿਹੜਾ ਸਾਨੂੰ ਮਾਤਰਾ ਲੱਗਦੀ ਆ, ਬੋਲਣ ਦੇ ਸਮੇਂ ਜਿੰਨੀ ਮਾਤਰਾ ਲੱਗਦੀ ਆ ਉਸ ਮਾਤਰਾ ਦੇ ਬੇਸਿਸ ਦੇ ਉੱਤੇ ਆਪਾਂ ਇਹਨਾਂ ਨੂੰ ਵਰਗੀਕਰਨ ਕੀਤਾ ਹੋਇਆ ਇਹਨਾਂ ਦਾ, ਲਘੂ ਸਵਰ ਤੇ ਦੀਰਘ ਸਵਰ। ਜੇ ਤਾਂ ਤੁਹਾਨੂੰ ਇੰਨਾ ਕੁ ਵੀ ਆਈਡੀਆ ਸੀ ਤਾਂ ਤੁਸੀਂ ਬੋਲ ਕੇ ਕਰ ਸਕਦੇ ਸੀਗੇ, ਜਿਵੇਂ ਹਨਾ। ਹੁਣ ਇਹਦੇ ਦੇਖੋ ਅ ਈ ਊ ਤਿੰਨੋਂ ਦੇ ਤਿੰਨੋਂ ਸਾਊਂਡ ਹੀ ਕੀ ਨੇ, ਛੋਟੇ ਨੇ। ਅੱਗੇ ਆਪਸ਼ਨ ਦੇਖ ਲਓ, ਊ ਐ ਏ ਤਿੰਨੋਂ ਦੇ ਤਿੰਨੋਂ ਦੀਰਘ ਨੇ, ਔ ਆ ਈ ਤਿੰਨੋਂ ਦੇ ਤਿੰਨੋਂ ਦੀਰਘ ਨੇ, ਊ ਔ ਏ ਇਹਦੇ ਵਿੱਚ ਇੱਕ ਸਾਨੂੰ ਜ਼ਰੂਰ ਲਘੂ ਦਿੱਤਾ ਹੋਇਆ ਪਰ ਬਾਕੀ ਕੀ ਨੇ, ਔ ਵਾਲਾ ਨਾਸਕੀ ਵੀ ਆ ਗਿਆ, ਤੇ ਜੇ ਬੋਲ ਕੇ ਦੇਖੋ ਤਾਂ ਏ ਜਿਹੜਾ ਆ ਇਹ ਕੀ ਆ ਗਿਆ, ਦੀਰਘ ਆ ਗਿਆ। ਸੋ ਪਹਿਲਾ ਹੀ ਆਪਸ਼ਨ ਜਿਹੜਾ ਆ ਬਿਲਕੁਲ ਕਰੈਕਟ ਆਉਣਾ ਸੀਗਾ। ਅੱਗੇ ਚੱਲਦੇ ਹਾਂ। ਚੌਥਾ ਸਵਾਲ ਪੁੱਛਿਆ ਗਿਆ ਸੀਗਾ ਗੁਰਮੁਖੀ ਦੇ ਕਿਹੜੇ ਅੱਖਰ ਪੰਜਾਬੀ ਭਾਸ਼ਾ ਦੀ ਸੁਰਾਤਮਕਤਾ ਨੂੰ ਪ੍ਰਗਟ ਕਰਦੇ ਨੇ, ਹਨਾ। ਸੁਰਾਤਮਕਤਾ ਮਤਲਬ ਇਹ ਇਦਾਂ ਦੇ ਸਵਰ ਨੇ ਜਿਨ੍ਹਾਂ ਨੂੰ ਜਦੋਂ ਆਪਾਂ ਬੋਲਦੇ ਹਾਂ ਉਦੋਂ ਇਹਨਾਂ ਦੇ ਵਿੱਚੋਂ ਸੁਰ ਕਦੇ ਵੀ ਖਤਮ ਨਹੀਂ ਹੁੰਦਾ, ਠੀਕ ਹੈ। ਸੋ ਇਹਦੇ 'ਚ ਆਉਣਾ ਸੀਗਾ ਘੱਗਾ, ਡੱਡਾ, ਢੱਡਾ ਤੇ ਧੱਦਾ, ਕਿਉਂਕਿ ਇਹਨਾਂ ਨੂੰ ਬੋਲਦੇ ਹੋਏ, ਪਹਿਲੀ ਗੱਲ ਤਾਂ ਇਹ ਇਹਨਾਂ ਸਾਰੇ ਅੱਖਰਾਂ ਦੀ ਖਾਸੀਅਤ ਕੀ ਆ ਕਿ ਇਹ ਆਪਣੀ ਜਿਹੜੀ ਵੀ ਸ਼੍ਰੇਣੀ ਦੇ ਵਿੱਚ ਆਉਂਦੇ ਨੇ ਉਸ ਸ਼੍ਰੇਣੀ ਦੇ ਪਹਿਲੇ
ਤੇ ਤੀਸਰੇ ਅੱਖਰ ਤੋਂ ਮਿਲ ਕੇ ਬਣੇ ਹੋਏ ਨੇ, ਹਨਾ? ਇਹਨਾਂ ਚੋਂ ਇਹੀ ਨੇ ਨਾ। ਕੱਗਾ ਕਿੱਦਾਂ ਬਣਦਾ ਆ? ਕੱਕਾ ਪਲੱਸ, ਉਸ ਤੋਂ ਬਾਅਦ ਡੱਡਾ, 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 ਡੱਡਾ ਸੇਮ ਹੀ ਰਹਿੰਦਾ ਹੁੰਦਾ, ਡੱਡਾ। ਤਾਂ ਆਪ ਇੱਕ ਏਦਾਂ ਦਾ ਸ਼ਬਦ ਹੈ, ਤੇ ਧੱਦਾ ਥੋੜਾ ਜਿਹਾ ਕਨਫਿਊਜ਼ ਕਰਾਂਗੇ ਤੇ ਤੁਸੀਂ ਕਨਫਿਊਜ਼ ਹੋ ਜਾਣਾ। ਸੋ ਇਹਨਾਂ ਨੂੰ ਉਚਾਰਦੇ ਹੋਏ ਇੱਕ ਖਾਸ ਤਰ੍ਹਾਂ ਦੀ ਧੁਨੀ ਜਿਹੜੀ ਆ ਉਹ ਹਮੇਸ਼ਾ ਆਉਂਦੀ ਆ, ਤੇ ਉਹ ਧੁਨੀ ਜਿਹੜੀ ਆ ਇਹਨਾਂ ਨੂੰ ਇੱਕ ਸੁਰਾਤਮਕ ਜਿਹੜੀ ਸ਼ੇਪ ਹੈ, ਸੁਰਾਤਮਕ ਧੁਨੀ ਜਿਹੜੀ ਆ ਉਹ ਦਿੰਦੀ ਆ। ਸੋ ਇਹਦਾ ਆਪਸ਼ਨ ਜਿਹੜਾ ਆ ਥਰਡ ਆਉਣਾ ਸੀਗਾ। ਅੱਗੇ ਚੱਲਦੇ ਹਾਂ, ਹੁਣ ਅੱਗੇ ਵਾਲਾ ਕੁਸਚਨ ਸਾਰਿਆਂ ਨਾਲੋਂ ਜ਼ਿਆਦਾ ਕਨਫਿਊਜ਼ਿੰਗ ਕੁਸਚਨ, ਟਕਸਾਲੀ ਭਾਸ਼ਾ। ਠੀਕ ਹੈ, ਸੋ ਇਹ ਸੀਗਾ ਕਿ ਟਕਸਾਲੀ ਭਾਸ਼ਾ ਦੇ ਜਿਹੜੇ ਸਰੂਪ ਤੇ ਕਾਰਜ ਬਾਰੇ ਕਿਹੜਾ ਕਥਨ ਸਹੀ ਹੈ। ਉਹ ਭਾਸ਼ਾ ਜਿਹੜੀ ਦਮਦਮੀ ਟਕਸਾਲ ਤੋਂ ਪ੍ਰਮਾਣਿਤ ਹੋਈ ਹੈ, ਇਹ ਤਾਂ ਬਿਲਕੁਲ ਹੀ ਗਲਤ ਆ। ਠੀਕ ਹੈ, ਉਹ ਭਾਸ਼ਾ ਜਿਹੜੀ ਆਮਦਨ ਤੇ ਖਰਚੇ ਆਦਿ ਦਾ ਹਿਸਾਬ ਰੱਖਣ ਲਈ ਸਰਕਾਰੀ ਵਿੱਤ ਵਿਭਾਗ ਵਿੱਚ ਵਰਤੀ ਜਾਂਦੀ ਹੈ। ਠੀਕ ਹੈ, ਥਰਡ ਆਪਸ਼ਨ ਸੀਗਾ ਉਹ ਭਾਸ਼ਾ ਜਿਹੜੀ ਬੋਲਾਂ ਨੂੰ ਉਚੇਚੇ ਤੌਰ ਉੱਤੇ ਲਿਖਣ ਲਈ ਸਿੱਖਿਆ ਸਾਹਿਤ ਅਤੇ ਸੰਸਥਾਈ ਪੱਧਰ ਤੇ ਵਰਤੀ ਜਾਂਦੀ ਹੈ। ਤੇ ਫੋਰਥ ਸੀਗਾ ਜਿਹੜੀ ਭਾਸ਼ਾ ਸਰਕਾਰੀ ਦਰਬਾਰੇ ਅਧਿਕਾਰੀਆਂ ਵੱਲੋਂ ਦਫ਼ਤਰੀ ਕੰਮਕਾਜ ਲਈ ਬਣਾਈ, ਅਧਿਕਾਰਕ ਤੌਰ ਤੇ ਪ੍ਰਵਾਨ ਕੀਤੀ ਤੇ ਵਰਤੀ ਜਾਂਦੀ ਹੈ। ਹੁਣ ਜ਼ਿਆਦਾ ਜੇ ਦੇਖਿਆ ਜਾਵੇ ਤਾਂ ਇਹਨਾਂ ਦੋ ਆਪਸ਼ਨਾਂ ਦੇ ਵਿੱਚ ਸੁਣਾਈ ਹੋਣੀ ਆ ਸਟੂਡੈਂਟ ਨੂੰ, ਹਨਾ? ਹੁਣ ਧਿਆਨ ਨਾਲ ਸੁਣਿਓ, ਮੈਂ ਤੁਹਾਨੂੰ ਨਾ ਦੱਸਿਆ ਸੀਗਾ ਵੀ ਟਕਸਾਲੀ ਭਾਸ਼ਾ ਕਿਹੜੀ ਭਾਸ਼ਾ ਹੁੰਦੀ ਹੈ, ਉਹ ਤਾਂ ਪੰਜਾਬੀ ਦੀ ਜਿਹੜੀ ਟਕਸਾਲੀ ਭਾਸ਼ਾ ਕਿਹੜੀ ਹੈ। ਪਰ ਆਪਾਂ ਜਿਸ ਤਰੀਕੇ ਦੇ ਨਾਲ ਮਾਝੀ ਬੋਲਦੇ ਹਾਂ ਜਾਂ ਲੋਕਾਂ ਨੂੰ ਬੋਲਦੇ ਹੋਏ ਸੁਣਦੇ ਹਾਂ, ਉਦਾਂ ਦੀ ਭਾਸ਼ਾ ਆਪਾਂ ਨੂੰ ਕਿਤਾਬਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ। ਕਾਰਨ ਕੀ ਹੈ? ਕਿਉਂਕਿ ਮਾਝੀ ਭਾਸ਼ਾ ਦਾ ਤੁਸੀਂ ਸਿਰਫ ਔਰ ਸਿਰਫ ਕੀ ਲਿਆ ਹੋਇਆ ਆ, ਸ਼ਬਦ ਭੰਡਾਰ ਲਿਆ ਹੋਇਆ। ਹੁਣ ਇੱਕ ਚੀਜ਼ ਦੇਖੋ, ਜੇ ਤੁਹਾਨੂੰ ਚੌਥਾ ਕੁਸਚਨ ਸਹੀ ਲੱਗ ਰਿਹਾ, ਚੌਥੇ ਕੁਸਚਨ 'ਚ ਉਹਨਾਂ ਨੇ ਕੀ ਕਿਹਾ, ਸਿਰਫ ਦਰਬਾਰੇ ਮਤਲਬ ਸਰਕਾਰੀ ਦਰਬਾਰੇ, ਯਾਨੀ ਕਿ ਜੋ ਸਰਕਾਰੀ ਦਫ਼ਤਰ ਨੇ ਉਹਨਾਂ ਦੇ ਵਿੱਚ ਕੰਮਕਾਜ ਲਈ ਵਰਤੀ ਜਾਂਦੀ ਆ। ਜੇ ਤੁਹਾਨੂੰ ਚੌਥਾ ਆਪਸ਼ਨ ਸਹੀ ਲੱਗ ਰਿਹਾ ਸੀ, ਫਿਰ ਇਸ ਹਿਸਾਬ ਨਾਲ ਤਾਂ ਦੂਸਰਾ ਆਪਸ਼ਨ ਵੀ ਬੜਾ ਸਹੀ ਹੋਣਾ ਚਾਹੀਦਾ ਸੀਗਾ। ਤਾਂ ਆਪਸ਼ਨ ਤਿੰਨੋਂ ਸਹੀ ਨੇ, ਪਰ ਇਹਨਾਂ ਤਿੰਨਾਂ 'ਚੋਂ ਸਭ ਤੋਂ ਜ਼ਿਆਦਾ ਸਹੀ ਕਿਹੜਾ ਆ? ਉਹ ਭਾਸ਼ਾ ਜਿਹੜੀ ਲਿਖਣ ਲਈ, ਚਾਹੇ ਤੁਹਾਡੀ ਸਿੱਖਿਆ ਹੋਵੇ, ਚਾਹੇ ਸਾਹਿਤ ਹੋਵੇ, ਤੇ ਚਾਹੇ ਕੋਈ ਸੰਸਥਾ ਦੇ ਪੱਧਰ ਦੇ ਉੱਤੇ ਹੋਵੇ। ਕਿਉਂਕਿ ਟਕਸਾਲੀ ਭਾਸ਼ਾ ਹਰ ਇੱਕ ਜਗ੍ਹਾ 'ਤੇ ਆਉਂਦੀ ਹੈ, ਇਕੱਲੇ ਦਫ਼ਤਰੀ ਕੰਮਕਾਜ ਵਾਸਤੇ ਨਹੀਂ ਹੁੰਦੀ। ਦਫ਼ਤਰੀ ਕੰਮਕਾਜ ਤੋਂ ਇਲਾਵਾ ਜੋ ਵੀ ਆਪਾਂ ਕਿਤਾਬਾਂ ਪੜ੍ਹਦੇ ਹਾਂ, ਜੋ ਵੀ ਆਪਾਂ ਲਿਟਰੇਚਰ ਪੜ੍ਹਦੇ ਹਾਂ ਜਾਂ ਲਿਖਦੇ ਹਾਂ, ਉਹ ਸਾਰਾ ਦਾ ਸਾਰਾ ਹੀ ਟਕਸਾਲੀ ਭਾਸ਼ਾ 'ਚ ਲਿਖਿਆ ਜਾਂਦਾ। ਸੋ ਸਹੀ ਸਾਰੇ ਸੀਗੇ। ਮੈਂ ਤੁਹਾਨੂੰ ਦੱਸਦੀ ਹਾਂ ਨਾ, ਇਹ ਉਹੀ ਗੱਲ ਆ ਜਾਂਦੀ ਆ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਹਾਂ ਕਿ ਮਾਝੀ ਜਿਹੜੀ ਆ ਟਕਸਾਲੀ ਭਾਸ਼ਾ। ਟਕਸਾਲੀ ਭਾਸ਼ਾ ਤੋਂ ਭਾਵ ਕੀ ਹੁੰਦਾ ਆ ਕਿ ਤੁਸੀਂ ਕੀ ਕੀਤਾ, ਤੁਹਾਡੇ ਕੋਲ ਬਹੁਤ ਸਾਰੀਆਂ ਉਪਭਾਸ਼ਾਵਾਂ ਸੀਗੀਆਂ, ਤੁਸੀਂ ਉਹਨਾਂ ਉਪਭਾਸ਼ਾਵਾਂ ਦੇ ਵਿੱਚੋਂ ਕਿਸੇ ਖਾਸ ਭਾਸ਼ਾ ਦੀ ਸ਼ਬਦ ਭੰਡਾਰ ਦੀ ਵਰਤੋਂ ਕੀਤੀ ਹੋਈ ਆ, ਉਹਦਾ ਵੀ ਕਾਰਨ ਆ। ਕਿਉਂਕਿ ਜਦੋਂ ਪੰਜਾਬ ਇਕੱਠਾ ਸੀ, ਜਦੋਂ ਪੰਜਾਬ ਵੱਡਾ ਸੀਗਾ, ਉਦੋਂ ਸਾਡਾ ਜਿਹੜਾ ਸਾਰਾ ਮੇਨ ਆਫੀਸ਼ੀਅਲ ਕੰਮ ਹੁੰਦਾ ਸੀ ਉਹ ਲਾਹੌਰ ਤੋਂ ਹੁੰਦਾ ਸੀ। ਲਾਹੌਰ ਅੰਮ੍ਰਿਤਸਰ ਦਾ ਜਿਹੜਾ ਏਰੀਆ ਆ ਉੱਥੇ ਮਾਝੇ ਦੀ ਭਾਸ਼ਾ ਬੋਲੀ ਜਾਂਦੀ ਸੀ। ਸੋ ਉਹ ਭਾਸ਼ਾ ਹੌਲੀ 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 ਸਾਡੇ ਦਫ਼ਤਰੀ ਕੰਮ ਦਾ ਹਿੱਸਾ ਬਣ ਗਈ। ਉਸ ਤੋਂ ਬਾਅਦ ਹੁਣ ਰੌਲਾ ਕੀ ਪੈਂਦਾ? ਜਦੋਂ ਇੰਨੀਆਂ ਸਾਰੀਆਂ ਤੁਹਾਡੇ ਕੋਲ ਉਪਭਾਸ਼ਾਵਾਂ ਹੁੰਦੀਆਂ ਨੇ ਤਾਂ ਉਹਨਾਂ ਉਪਭਾਸ਼ਾਵਾਂ ਦੀ ਇੱਕ ਸੈਂਟਰਲ ਲੈਂਗੁਏਜ ਬਣਾਉਣੀ ਬਹੁਤ ਜ਼ਰੂਰੀ ਆ, ਜਿਹੜੀ ਭਾਸ਼ਾ ਨੂੰ ਸਾਰੇ ਸਮਝ ਸਕਣ, ਪੜ੍ਹ ਸਕਣ ਤੇ ਸਾਰਿਆਂ ਨੂੰ ਆਪਣੀ ਸਾਂਝੀ ਭਾਸ਼ਾ ਲੱਗੇ। ਸੋ ਆਪਾਂ ਮਾਝੀ ਭਾਸ਼ਾ ਸੌਲੇ ਲਈ 100% ਇਹ ਨਹੀਂ ਯੂਜ਼ ਕੀਤੀ ਹੋਈ, ਆਪਾਂ ਕੀ ਕੀਤਾ ਹੋਇਆ, ਸਿਰਫ ਇਹਦਾ ਸ਼ਬਦ ਭੰਡਾਰ, ਜਿਹੜੇ ਆਪਾਂ ਸ਼ਬਦ ਦੇਖਦੇ ਹਾਂ ਉਹ ਮੈਕਸੀਮਮ ਸ਼ਬਦ ਜਿਹੜੇ ਨੇ ਮਾਝੀ ਭਾਸ਼ਾ ਦੇ ਨੇ। ਇਸ ਕਰਕੇ ਇਹ ਕਿਹਾ ਜਾਂਦਾ ਕਿ ਪੰਜਾਬੀ ਦੀ ਟਕਸਾਲੀ ਭਾਸ਼ਾ, ਯਾਨੀ ਕਿ ਜਿਹੜੀ ਭਾਸ਼ਾ ਆਪਾਂ ਘੜੀ ਆ
ਟਕਸਾਲ ਕੀਤੀ ਹੈ ਜਿਸ ਭਾਸ਼ਾ ਦੀ, ਉਹ ਆਪਾਂ ਮਾਝੀ ਭਾਸ਼ਾ ਤੋਂ ਕੀਤੀ ਆ, ਠੀਕ ਹੈ। ਹਾਂ ਜਿਵੇਂ ਆਪਾਂ ਇਹ ਕਹਿ ਦਿੰਦੇ ਹੁੰਦੇ ਹਾਂ ਕਿ ਤੁਸੀਂ ਮੰਨ ਲਓ ਮੂਰਤੀ ਬਣਾਈ ਆ, ਜਿਹੜੇ ਪੱਥਰ ਦੀ ਮੂਰਤੀ ਬਣਾਈ ਆ ਉਹ ਪੱਥਰ ਮਾਝੀ ਭਾਸ਼ਾ ਆ, ਪਰ ਉਹ ਮੂਰਤੀ ਦੀ ਘਾੜਨਾ ਤਾਂ ਬਿਲਕੁਲ ਹੀ ਬਦਲ ਗਈ ਨਾ ਜਦੋਂ ਤੁਸੀਂ ਉਹ ਮੂਰਤੀ ਦਾ ਰੂਪ ਦੇ ਤਾ ਭਾਸ਼ਾ। ਹਾਂਜੀ ਇਹ ਤਾਂ ਆਪਣੀ ਉਹਨੂੰ ਲੈ ਕੇ ਵੀ ਚੱਲ ਰਹੀ ਆ ਜਿਹੜੀ ਪ੍ਰਾਕ੍ਰਿਤ ਭਾਸ਼ਾ ਨੂੰ ਲੈ ਕੇ ਵੀ ਸ਼ੌਰ ਸੈਨੀ ਸੀ ਜਾਂ ਪਿਸ਼ਾਚੀ ਸੀ, ਉਹ ਤਾਂ ਖੈਰ ਚੱਲਦੀ ਰਹਿੰਦੀ ਆ। ਫਿਲਹਾਲ ਇਹਦਾ ਆਨਸਰ ਤੁਹਾਨੂੰ ਕਲੀਅਰ ਹੋ ਗਿਆ ਕਿ ਥਰਡ ਆਉਣਾ ਚਾਹੀਦਾ ਸੀ। ਇਹੋ ਜਿਹੇ ਸਵਾਲ ਸਭ ਤੋਂ ਵੱਧ ਕਨਫਿਊਜ਼ ਕਰਦੇ ਨੇ, ਕਨਫਿਊਜ਼ ਉਹ ਸਵਾਲ ਕਦੇ ਨਹੀਂ ਕਰਦੇ ਹੁੰਦੇ ਜਿਨ੍ਹਾਂ ਦੇ ਵਿੱਚ ਇੱਕ ਸਹੀ ਹੋਵੇ ਤਿੰਨ ਗਲਤ ਹੋਣ। ਕਨਫਿਊਜ਼ ਇਹੋ ਜਿਹੇ ਸਵਾਲ ਕਰਦੇ ਹੁੰਦੇ ਜਿਨ੍ਹਾਂ ਦੇ ਵਿੱਚ ਦੋ ਤਿੰਨ ਆਪਸ਼ਨਾਂ ਸਹੀ ਪਈਆਂ ਹੋਣ, ਉਹਨਾਂ 'ਚ ਸਭ ਤੋਂ ਸਹੀ ਲੱਭਣਾ ਹੋਵੇ। ਅੱਗੇ ਚੱਲਦੇ ਹਾਂ, ਅੱਗੇ ਸੀਗਾ ਜੀ ਆਇਓ ਆ ਤੇ ਗਇਓ ਆ। ਸੋ ਇਹ ਕਿਰਿਆ ਵਾਕੰਸ਼ ਪੰਜਾਬੀ ਦੀ ਕਿਸ ਉਪਭਾਸ਼ਾ ਨਾਲ ਸੰਬੰਧਿਤ ਹੈ? ਸਿੱਧਾ ਸਿੱਧਾ ਉਪਭਾਸ਼ਾ ਤੋਂ ਸ਼ਬਦ ਜਿਹੜਾ ਲਿਆ ਗਏ ਸੀਗੇ, ਦੁਆਬੀ ਭਾਸ਼ਾ। ਜਲੰਧਰ ਵਗੈਰਾ ਵਾਲੀ ਸਾਈਡ ਜਾਇਓ, ਉੱਥੇ ਜਿਹੜੀ ਭਾਸ਼ਾ ਬੋਲੀ ਜਾਂਦੀ ਆ ਉੱਥੇ ਆਮ ਤੌਰ ਦੇ ਉੱਤੇ ਇਸ ਤਰੀਕੇ ਦੀ ਜਿਹੜੀ ਭਾਸ਼ਾ ਹੈ ਉਹ ਕਿਹਾ ਜਾਂਦਾ। ਸੋ ਦੁਆਬਾ ਸ਼ਬਦ ਦਾ ਮਤਲਬ ਹੁੰਦਾ ਦੋ ਦਰਿਆ, ਤੇ ਦੱਸੋਗੇ ਕਿ ਦੁਆਬਾ ਜਿਹੜਾ ਕਿਹੜੇ ਕਿਹੜੇ ਉਹਦੇ ਤੇ ਵਿਚਾਲੇ ਆਉਂਦਾ ਆ? ਮੈਂਸ਼ਨ ਵੀ ਕੀਤਾ ਹੋਇਆ ਸਤਲੁਜ ਤੇ ਬਿਆਸ। ਸੋ ਉੱਥੇ ਜਿਹੜੀ ਉਪਭਾਸ਼ਾ ਬੋਲੀ ਜਾਂਦੀ ਆ ਉਹ ਉਪਭਾਸ਼ਾ ਦੁਆਬੀ ਉਪਭਾਸ਼ਾ ਆ, ਠੀਕ ਹੈ। ਸੋ ਸਿੱਧਾ ਸਿੱਧਾ ਜਿਹਾ ਸੌਖਾ ਸਵਾਲ ਸੀਗਾ, ਪਰ ਤਾਂ ਆਉਂਦਾ ਹੋਊਗਾ ਜੇ ਉਪਭਾਸ਼ਾ ਦੇ ਕੁਛ ਕੁ ਸ਼ਬਦ ਤੁਹਾਨੂੰ ਪਤਾ ਹੋਣਗੇ। ਅੱਛਾ ਉਸ ਤੋਂ ਬਾਅਦ ਜੀ ਮੂਲ ਰੂਪ ਵਿੱਚ ਅਰਥਾਂ ਦੇ ਪੱਖੋਂ ਸ਼ਬਦ ਕਿੰਨੇ ਦੱਸਦੇ ਨੇ? ਇਹਦੇ 'ਚ ਕਾਫੀ ਸਟੂਡੈਂਟਸ ਨੇ ਸਹੀ ਵੀ ਕੀਤਾ ਗਲਤ ਵੀ ਕੀਤਾ ਕੰਮ। ਅਰਥ ਦੇ ਆਧਾਰ ਤੇ ਤਾਂ ਦੋ ਹੀ ਨੇ ਨਾ, ਕੋਈ ਪਤਾ ਨਹੀਂ ਪੰਜ ਵੀ ਟਿਕ ਕਰਕੇ ਆਇਆ ਹੋਇਆ, ਠੀਕ ਹੈ। ਸੋ ਸਾਰਥਕ ਤੇ ਨਿਰਾਰਥਕ, ਅਰਥ ਦੇ ਆਧਾਰ ਤੇ ਤਾਂ ਇਹ ਦੋ ਹੀ ਨੇ, ਅਰਥ ਦੇ ਆਧਾਰ ਦੇ ਉੱਤੇ ਸ਼ਬਦ ਦੋ ਹੀ ਤਰ੍ਹਾਂ ਦੇ ਨੇ। ਇਸ ਤੋਂ ਇਲਾਵਾ ਸ਼ਬਦਾਂ ਦੀ ਹੋਰ ਬਹੁਤ ਤਰ੍ਹਾਂ ਦੀ ਕਲਾਸੀਫਿਕੇਸ਼ਨ ਆ, ਬਹੁਤ ਤਰ੍ਹਾਂ ਦੀ ਵੰਡ ਆ ਜਿਹੜੀ ਆਪਾਂ ਡਿਟੇਲ 'ਚ ਕੀਤੀ ਹੋਈ ਆ, ਹੈ ਨਾ। ਸੋ ਸਾਰਥਕ ਸ਼ਬਦ ਕਿਹੜੇ ਹੁੰਦੇ ਨੇ? ਜਦੋਂ ਤੁਸੀਂ ਲਗਾਂ ਵਰਤੀਆਂ, ਅੱਖਰ ਬਦਲ ਵਰਤੇ, ਲਗਾਖਰ ਵਰਤੇ, ਤੇ ਉਹਨਾਂ ਤੋਂ ਕੋਈ ਇੱਦਾਂ ਦਾ ਸ਼ਬਦ ਬਣ ਗਿਆ ਜਿਹਦਾ ਕੋਈ ਮੀਨਿੰਗ ਸੀਗਾ, ਜਿਹਦਾ ਕੋਈ ਮਤਲਬ ਸੀਗਾ। ਨਿਰਾਰਥਕ ਜਿਵੇਂ ਰੋਟੀ ਦਾ ਰਾਟੀ ਸ਼ਬਦ, ਪਾਣੀ ਦਾ ਧਾਣੀ, ਚਾਹ ਚੂ, ਇਹ ਜਿਹੜੇ ਸ਼ਬਦ ਨੇ ਇਹਨਾਂ ਦਾ ਕੋਈ ਖਾਸ ਅਰਥ ਨਹੀਂ ਨਿਕਲਦਾ, ਠੀਕ ਹੈ। ਅੱਗੇ ਚੱਲਦੇ ਹਾਂ, ਨੈਕਸਟ ਸਵਾਲ ਸਾਨੂੰ ਪੁੱਛਿਆ ਗਿਆ ਸੀਗਾ ਪੰਜਾਬੀ ਭਾਸ਼ਾ ਦਾ ਜਨਮ ਸਰੋਤ। ਹੁਣ ਇਹਦੇ 'ਚ ਵੀ ਕਨਫਿਊਜ਼ਨ ਸੀਗੀ, ਇਹਦੇ 'ਚ ਇਹ ਨਹੀਂ ਹੈਗਾ ਕਿ ਆਪਸ਼ਨ ਇੱਕੋ ਹੀ ਸਹੀ ਆ, ਅਸਲ ਦੇ ਵਿੱਚ ਕੀ ਆ ਕਿ ਦੋ ਆਪਸ਼ਨ ਸੀ ਜਿਨ੍ਹਾਂ ਨੇ ਕਨਫਿਊਜ਼ਨ ਕ੍ਰੀਏਟ ਕੀਤੀ ਹੋਣੀ ਆ। ਹਿੰਦੀ ਅਰਬੀ ਨੂੰ ਛੱਡ ਦਿਓ, ਕਿਸੇ ਨੇ ਅਰਬੀ ਨੂੰ ਵੀ ਟਿਕ ਕੀਤਾ ਹੋਇਆ ਸੀ ਤੁਹਾਡੇ 'ਚੋਂ, ਸੰਸਕ੍ਰਿਤ ਤੇ ਬ੍ਰਹਮੀ। ਆਪਾਂ ਸਾਰਿਆਂ ਨੇ ਛੋਟੇ ਹੁੰਦੇ ਇੱਕ ਗੱਲ ਜ਼ਰੂਰ ਸੁਣੀ ਹੋਣੀ ਆ, ਜਾਂ ਜੇ ਤੁਸੀਂ ਸੰਸਕ੍ਰਿਤ ਪੜ੍ਹੀ ਆ ਤਾਂ ਸੰਸਕ੍ਰਿਤ ਨੂੰ ਸਾਰੀਆਂ ਭਾਸ਼ਾਵਾਂ ਦੀ ਮਾਤ ਭਾਸ਼ਾ ਕਿਹਾ ਜਾਂਦਾ ਹੈ, ਕਿਉਂਕਿ ਸੰਸਕ੍ਰਿਤ ਇੱਕ ਬਹੁਤ ਔਖੀ ਭਾਸ਼ਾ ਸੀਗੀ ਵੈਦਿਕ ਕਾਲ ਦੇ ਸਮੇਂ ਤੇ, ਜਿਹੜੀ ਵੈਦਿਕ ਭਾਸ਼ਾ ਵਰਤੀ ਗਈ ਆ ਸੰਸਕ੍ਰਿਤ ਭਾਸ਼ਾ, ਜਿਹਦੇ 'ਚੋਂ ਬਾਅਦ 'ਚ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਸੁਖਾਲਾ ਕਰਕੇ ਕੱਢਿਆ ਗਿਆ, ਹੈ ਨਾ। ਸੋ ਪੰਜਾਬੀ ਭਾਸ਼ਾ ਦਾ ਜਿਹੜਾ ਜਨਮ ਸਰੋਤ ਆ, ਜਦੋਂ ਤੁਸੀਂ ਮਾਂ ਦੀ ਗੱਲ ਕਰ ਰਹੇ ਹੋ ਫਿਰ ਜਨਮ ਸਰੋਤ ਸੰਸਕ੍ਰਿਤ ਹੋਣਾ ਚਾਹੀਦਾ ਹੈ, ਠੀਕ ਹੈ। ਅੱਗੇ ਚੱਲਦੇ ਹਾਂ, ਨੈਕਸਟ ਸਵਾਲ ਸੀਗਾ ਮੂਰਖਤਾਈ ਦੇ ਵਿੱਚ ਪਿਛੇਤਰ। ਹੁਣ ਇਹਦੇ 'ਚ ਵੀ ਸਟੂਡੈਂਟਸ ਨੂੰ ਕਨਫਿਊਜ਼ਨ ਸੀ, ਕਈ ਸਟੂਡੈਂਟਸ ਨੇ ਇਹਨੂੰ ਟਿਕ ਕੀਤਾ ਆ, ਕਈ ਸਟੂਡੈਂਟਸ ਨੇ ਇਹਨੂੰ ਟਿਕ ਕੀਤਾ। ਦੇਖੋ ਅਗੇਤਰ ਹੋਣ ਜਾਂ ਪਿਛੇਤਰ ਹੋਣ, ਅਗੇਤਰ ਜਾਂ ਪਿਛੇਤਰ ਅਸਲ ਦੇ ਵਿੱਚ ਇੱਕ ਕੈਟਾਗਰੀ ਦੇ ਵਿੱਚ ਆਉਂਦੇ ਆ ਜਿਨ੍ਹਾਂ ਨੂੰ ਆਪਾਂ ਆਮ ਤੌਰ ਦੇ ਉੱਤੇ ਵਧੇਤਰ ਕਹਿੰਦੇ ਆ। ਵਧੇਤਰ ਦਾ ਮਤਲਬ ਹੁੰਦਾ ਆ ਜਦੋਂ ਸਾਡੇ ਮੂਲ ਸ਼ਬਦ ਦੇ ਨਾਲ ਕੋਈ ਚੀਜ਼ ਐਕਸਟਰਾ ਲੱਗ ਗਈ ਉਹਨੂੰ ਵਧੇਤਰ ਕਹਿ ਦਿੰਦੇ ਆ, ਵਧਿਆ ਹੋਇਆ। ਜਦੋਂ ਵੀ ਅਗੇਤਰ ਜਾਂ ਪਿਛੇਤਰ ਆਈਡੈਂਟੀਫਾਈ ਕਰਨੇ ਨੇ ਸ਼ਬਦ ਨੂੰ ਘੱਟ ਤੋਂ ਘੱਟ ਤੋੜ ਕੇ ਦੇਖਿਆ ਕਰੋ। ਜੇ ਤੁਸੀਂ ਇਹਦੇ ਵਿੱਚ ਦੇਖੋ ਮੂੰਹ ਸ਼ਬਦ ਤੋਂ ਕੁਛ ਨਹੀਂ ਬਣਦਾ, ਰ ਸ਼ਬਦ ਤੋਂ ਕੁਛ ਨਹੀਂ ਬਣਦਾ, ਥ ਤੋਂ ਬਣ ਗਿਆ। ਮੂਰਖ ਸ਼ਬਦ ਆਪਣੇ ਆਪ ਦੇ ਵਿੱਚ ਇੱਕ ਮੂਲ ਸ਼ਬਦ ਹੈ ਨਾ,
ਮੂਰਖ ਤੋਂ ਇਲਾਵਾ ਜੋ ਵੀ ਐਕਸਟਰਾ ਸਾਰਿਆਂ ਨੂੰ ਅਲੱਗ ਕਰ ਲੈਣਾ ਸੀਗਾ ਤਾਂ ਕੀ ਹੋਣਾ ਚਾਹੀਦਾ ਸੀਗਾ? ਤਾਈ। ਜਿਨ੍ਹਾਂ ਨੇ ਈ ਲਾਇਆ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਸਿਰਫ ਐਂਡ ਦੇ ਉੱਤੇ ਜਿਹੜਾ ਇਹਨੂੰ ਸੀ ਇਹਨੂੰ ਅਲੱਗ ਕਰਤਾ। ਪਿਛੇਤਰ ਜ਼ਰੂਰੀ ਨਹੀਂ ਹੁੰਦੇ ਕਿ ਹਮੇਸ਼ਾ ਇੱਕ ਹੀ ਅੱਖਰ ਤੋਂ ਬਣਨ, ਪਿਛੇਤਰ ਜ਼ਿਆਦਾ ਵੀ ਹੋ ਸਕਦੇ ਨੇ। ਸਿਰਫ ਇੱਕੋ ਤਰੀਕਾ ਹੁੰਦਾ ਇਹਨੂੰ ਆਈਡੈਂਟੀਫਾਈ ਕਰਨ ਦਾ, ਤੁਸੀਂ ਮੂਲ ਸ਼ਬਦ ਨੂੰ ਅਲੱਗ ਕੱਢੋ। ਜਦੋਂ ਮੂਲ ਸ਼ਬਦ ਅਲੱਗ ਨਿਕਲ ਗਿਆ, ਉਸ ਤੋਂ ਇਲਾਵਾ ਜੋ ਅੱਗੇ ਐਕਸਟਰਾ ਚੀਜ਼ ਲੱਗੀ ਹੋਈ ਹੈ, ਜਿਵੇਂ ਆਪਣੇ ਕੋਲ ਸ਼ਬਦ ਹੁੰਦਾ ਆ ਸਹਿਯੋਗ, ਠੀਕ ਹੈ। ਹੁਣ ਇਹਦੇ ਵਿੱਚ ਤੁਸੀਂ ਦੇਖੋ, ਸਹਿ ਨੂੰ ਤੁਸੀਂ ਅਲੱਗ ਕਰ ਸਕਦੇ ਹੋ, ਯੋਗ ਨੂੰ ਤੁਸੀਂ ਅਲੱਗ ਕਰ ਸਕਦੇ ਹੋ। ਆ ਜਿਹੜਾ ਯੋਗ ਸ਼ਬਦ ਹੈ ਇਹ ਇੱਕ ਮੂਲ ਸ਼ਬਦ ਆ, ਹਾਲਾਂਕਿ ਸਹਿ ਵੀ ਇੱਕ ਅਲੱਗ ਸ਼ਬਦ ਹੈ, ਇਹਦਾ ਅਲੱਗ ਖੁਦ ਦਾ ਮੀਨਿੰਗ ਹੁੰਦਾ, ਪਰ ਸਹਿ ਨੂੰ ਜੇ ਆਪਾਂ ਲੈ ਕੇ ਚੱਲੀਏ ਤਾਂ ਇਹਨੂੰ ਆਮ ਤੌਰ 'ਤੇ ਆਪਾਂ ਸਾਥ ਕਹਿ ਦਿੰਦੇ ਹਾਂ, ਹੈ ਨਾ। ਹੁਣ ਇੱਥੇ ਮੇਰੇ ਕੋਲ ਦੋ ਸ਼ਬਦ ਆ ਗਏ ਜਿਨ੍ਹਾਂ 'ਚ ਮੈਨੂੰ ਕਨਫਿਊਜ਼ਨ ਹੋ ਗਈ ਕਿ ਮੂਲ ਸ਼ਬਦ ਕਿਹਨੂੰ ਚੁਣਾ। ਯੋਗ ਸ਼ਬਦ ਬਹੁਤ ਜਗ੍ਹਾ ਦੇ ਉੱਤੇ ਇਕੱਲਾ ਵਰਤਿਆ ਹੋਊਗਾ, ਸਹਿ ਸ਼ਬਦ ਜ਼ਿਆਦਾਤਰ ਦੇਖੋਗੇ ਕਿਸੇ ਨਾ ਕਿਸੇ ਸ਼ਬਦ ਦੇ ਨਾਲ ਹੀ ਵਰਤਿਆ ਜਾਂਦਾ ਹੈ। ਸੋ ਮੂਲ ਸ਼ਬਦ ਆ ਗਿਆ, ਉਹਦੇ ਨਾਲ ਜਿਹੜਾ ਲੱਗ ਗਿਆ ਉਹ ਵਧੇਤਰ ਹੈ, ਵਧੇਤਰ ਦੀ ਕਿਹੜੀ ਕੈਟਾਗਰੀ ਆ? ਅਗੇਤਰ ਹੈ, ਠੀਕ ਹੈ। ਇਹਦੇ ਵਿੱਚੋਂ 23 ਆਪਸ਼ਨ ਜਿਹੜਾ ਹੈ ਉਹ ਬਿਲਕੁਲ ਸਹੀ ਆਉਣਾ ਸੀਗਾ। ਅੱਗੇ ਗੱਲ ਕਰਦੇ ਹਾਂ ਜੀ, ਗੁਰਮੁਖੀ ਵਰਨਮਾਲਾ ਦੀ ਨਵੀਨ ਟੋਲੀ ਦਾ ਕਿਹੜਾ ਅੱਖਰ ਸਭ ਤੋਂ ਅੰਤ ਵਿੱਚ ਸ਼ਾਮਿਲ ਕੀਤਾ ਗਿਆ ਸੀਗਾ? ਸਭ ਤੋਂ ਸੌਖਾ ਸਵਾਲ, ਠੀਕ ਹੈ, ਲੱਲੇ ਪੈਰ ਬਿੰਦੀ। ਸੋ ਅਸਲ ਦੇ ਵਿੱਚ ਉਰਦੂ ਤੇ ਫਾਰਸੀ ਦੇ ਸ਼ਬਦਾਂ ਨੂੰ ਲਿਖਣ ਦੇ ਲਈ ਆਪਾਂ ਪੈਰ ਦੇ ਵਿੱਚ ਬਿੰਦੀ ਲਾ ਕੇ ਲਿਖਿਆ ਜਾਂਦਾ, ਜਿਹਨਾਂ ਨੂੰ ਆਪਾਂ ਨਵੀਨ ਟੋਲੀ ਕਹਿੰਦੇ ਹਾਂ। ਸੋ ਪਹਿਲਾਂ ਲੱਲੇ ਪੈਰ ਬਿੰਦੀ ਹੁੰਦੀ ਨਹੀਂ ਸੀਗੀ, ਲੇਕਿਨ ਉਸ ਤੋਂ ਬਾਅਦ ਦੇਖਿਆ ਵੀ ਨਲਕਾ ਤੇ ਨਲਕਾ ਇਹਦੇ ਵਿੱਚ ਲੱਲੇ ਦਾ ਜਿਹੜਾ ਸਾਊਂਡ ਆ ਉਹ ਬਦਲਿਆ ਹੋਇਆ ਮਹਿਸੂਸ ਹੋ ਰਿਹਾ, ਤਾਂ ਉਸ ਤੋਂ ਬਾਅਦ ਅੰਤ ਦੇ ਵਿੱਚ ਜਿਹੜਾ ਲੱਲੇ ਪੈਰ ਬਿੰਦੀ ਆ ਉਹਨੂੰ ਐਡ ਕੀਤਾ ਗਿਆ ਸੀਗਾ। ਹਾਂਜੀ ਜੀ, ਹਾਂਜੀ, ਉਹਦੇ ਚ ਲੱਲੇ ਦਾ ਜਿਹੜਾ ਸਾਊਂਡ ਸੀਗਾ ਉਹ ਚੇਂਜ ਆਉਂਦਾ ਸੀਗਾ। ਸੋ ਇਸ ਕਰਕੇ ਫਿਰ ਉਹਨਾਂ ਨੇ ਕੀ ਕੀਤਾ, ਲੱਲੇ ਪੈਰ ਬਿੰਦੀ ਭਾਈ ਇੱਕ ਨਵਾਂ ਅੱਖਰ ਸਿਰਜਿਆ। ਫਿਲਹਾਲ ਮੈਨੂੰ ਯਾਦ ਨਹੀਂ ਹੈ ਅੱਖਰ, ਮੈਂ ਈਅਰ ਆਪਾਂ, ਹਾਂ ਈਅਰ ਆਪਾਂ ਡਿਫਾਈਨ ਲੱਭ ਲੈਂਦੇ ਹਾਂ ਜੀ। ਈਵਨ ਕਿ ਜੇ ਤੁਹਾਨੂੰ ਇਹ ਵੀ ਪਤਾ ਹੋਵੇ, ਪੰਜਾਬੀ ਯੂਨੀਵਰਸਿਟੀ ਤੇ ਭਾਸ਼ਾ ਵਿਭਾਗ ਦੀਆਂ ਦੋ ਅਲੱਗ ਅਲੱਗ ਸ਼ਬਦ ਕੋਸ਼ ਨੇ, ਇਹਨਾਂ ਦਾ ਬਹੁਤ ਰੌਲਾ ਚੱਲਦਾ, ਖਾਸ ਕਰਕੇ ਜਿਹੜੇ ਵਿਦਿਆਰਥੀ ਸਟੈਨੋ ਵਗੈਰਾ ਦੀ ਤਿਆਰੀ ਕਰਦੇ ਨੇ ਉਹ ਫਿਰ ਮਾਂਜੇ ਜਾਂਦੇ ਨੇ। ਇਹਨਾਂ ਦੇ ਆਪਣੇ ਆਪਣੇ ਸ਼ਬਦ ਕੋਸ਼ ਨੇ ਤੇ ਬਹੁਤ ਸਾਰੇ ਸ਼ਬਦ ਇੱਦਾਂ ਦੇ ਨੇ ਪੰਜਾਬੀ ਯੂਨੀਵਰਸਿਟੀ ਦੀ ਡਿਕਸ਼ਨਰੀ ਦੇ ਵਿੱਚ ਅਲੱਗ ਮੈਂਸ਼ਨ ਕੀਤੇ ਹੋਏ ਨੇ, ਭਾਸ਼ਾ ਵਿਭਾਗ ਨੇ ਅਲੱਗ ਮੈਂਸ਼ਨ ਕੀਤੇ ਹੋਏ ਨੇ। ਸੋ ਇਹ ਆਪਣੀ ਤਰਾਸਦੀ ਹੁੰਦੀ ਹੈ ਜਦੋਂ ਆਪਾਂ ਲੈਂਗੁਏਜ ਦੇ ਉੱਤੇ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੇ, ਹੈ ਨਾ। ਗੁਰਮੁਖੀ ਲਿਪੀ ਕਿਹੜੇ ਲਿਪੀ ਪਰਿਵਾਰ ਚੋਂ ਆਉਂਦੀ ਆ? ਸੋ ਇੱਥੇ ਆਉਣਾ ਸੀਗਾ ਬ੍ਰਹਮੀ, ਤਾਂ ਬ੍ਰਹਮੀ ਜਿਹੜੀ ਆ ਉਹ ਅਸਲ ਦੇ ਵਿੱਚ ਇੱਕ ਲਿਪੀ ਦਾ ਰੂਪ ਆ, ਯਾਨੀ ਕਿ ਸਾਡੇ ਸ਼ਬਦਾਂ ਨੂੰ ਲਿਖਣ ਦਾ ਰੂਪ ਆ, ਠੀਕ ਹੈ। ਤਾਂ ਬ੍ਰਹਮੀ ਭਾਸ਼ਾ ਤੋਂ ਜਿਹੜੀ ਅੱਜ ਆਪਣੀ ਅੱਜ ਵਾਲੇ ਜਿਹੜੇ ਅੱਖਰ ਨੇਗੇ ਇਹ ਹੌਲੀ ਹੌਲੀ ਡਿਵੈਲਪ ਹੋਏ ਹੋਏ ਨੇ। ਸੋ ਬ੍ਰਹਮੀ ਆਉਣਾ ਸੀ ਆਂਸਰ, ਇਹਦੇ 'ਚ ਵੀ ਇੱਕ ਦੋ ਜਣੇ ਨੇ ਸ਼ਾਹਮੁਖੀ ਨੂੰ ਕਰ ਰੱਖਿਆ ਸੀਗਾ, ਕੀਤਾ ਹੋਇਆ ਇਹਦੇ 'ਚ ਹੈ ਟੈਸਟਾਂ 'ਚ। ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ, ਸਭ ਤੋਂ ਜ਼ਿਆਦਾ ਸੌਖਾ ਕੁਸ਼ਚਨ ਪਾਇਆ ਸੀਗਾ, ਇਹਦੇ 'ਚ ਕੋਈ ਭਾਵਅੰਸ਼ ਲਾਈ ਜਾਂਦਾ, ਇੱਕ ਤਿੰਨ ਮਿਲਣ ਦਾ ਉਪਵਾਕ ਵੀ ਲਾਇਆ ਸੀਗਾ, ਵੱਡੀ ਵਿਆਕਰਨਕ ਇਕਾਈ ਪੁੱਛੀ ਸੀਗੀ। ਵਾਕ ਸਭ ਤੋਂ ਵੱਡੀ ਇਕਾਈ ਆ, ਹੈ ਨਾ। ਕਲਾਸ ਦੇ ਵਿੱਚ ਆਪਾਂ ਛੋਟੀ ਇਕਾਈ ਨੂੰ ਡਿਸਕਸ ਇੰਨਾ ਕੁ ਕਰ ਲਿਆ ਸੀ ਵੀ ਮੇਰੇ ਕੋਲ ਛੋਟੀ ਇਕਾਈ ਪੁੱਛਣ ਨੂੰ ਰਹੀ ਨਹੀਂ ਸੀ, ਫਿਰ ਮੈਂ ਵੱਡੀ ਇਕਾਈ ਪੁੱਛ ਲਈ। ਅੱਗੇ ਚੱਲਦੇ ਹਾਂ, ਔਰਥੋਗ੍ਰਾਫੀ। ਹਾਂ, ਇਹ ਕੁਸ਼ਚਨ ਇੰਪੋਰਟੈਂਟ ਸੀਗਾ, ਕਿਸੇ ਪੇਪਰ ਦੇ ਵਿੱਚ ਵੀ ਆਇਆ ਹੋਇਆ। ਔਰਥੋਗ੍ਰਾਫੀ ਦੇ ਵਿੱਚ ਸ਼ਾਮਲ ਹੈ ਕੀ? ਸ਼ਾਮਲ ਹੈ ਔਰਥੋਗ੍ਰਾਫੀ ਦਾ ਮਤਲਬ ਹੁੰਦਾ ਆ ਜਦੋਂ ਤੁਸੀਂ ਭਾਸ਼ਾ ਨੂੰ ਜਿਵੇਂ ਉਚਾਰਦੇ ਹੋ ਉਸ ਤਰੀਕੇ ਦੇ ਨਾਲ ਲਿਖਣਾ, ਭਾਸ਼ਾ ਦੀ ਲਿਪੀ ਨੂੰ ਜਾਣਨਾ, ਠੀਕ ਹੈ। ਸੋ ਔਰਥੋਗ੍ਰਾਫੀ ਦਾ ਜਿਹੜਾ ਆ, ਬਿਲਕੁਲ ਜੀ,
ਲਿਪੀ ਤੇ ਉਚਾਰਨ, ਯਾਨੀ ਕਿ ਤੁਹਾਡੀ ਭਾਸ਼ਾ ਦੀ ਲਿਪੀ ਉਚਾਰਨ, ਆਰਥੋਗ੍ਰਾਫੀ। ਆਰਥੋ ਦਾ ਮਤਲਬ ਕੀ ਹੁੰਦਾ ਹੈ? ਆਰਥੋਗ੍ਰਾਫੀ ਦਾ ਮਤਲਬ ਕਿਸੇ ਵੀ ਭਾਸ਼ਾ ਦੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਉਚਾਰਨ ਕਰਨ ਦਾ ਇੱਕ ਆਪਣਾ ਖਾਸ ਤਰੀਕਾ ਹੁੰਦਾ, ਫਿਰ ਉਹਨਾਂ ਨੂੰ ਲਿਖਣ ਦਾ ਤਰੀਕਾ ਹੁੰਦਾ। ਸੋ ਇਹਨੂੰ ਆਪਾਂ ਆਰਥੋਗ੍ਰਾਫੀ 'ਚ ਪੜ੍ਹਦੇ ਹਾਂ। ਸੋ ਇਹ ਭਾਸ਼ਾ ਤੇ ਉਪਭਾਸ਼ਾ ਨਹੀਂ ਸੀ ਆਉਣਾ, ਲਿਪੀ ਤੇ ਉਚਾਰਨ ਆਉਣਾ ਸੀਗਾ। ਠੀਕ ਹੈ, ਨੈਕਸਟ ਚੱਲਦੇ ਹਾਂ ਆਪਣੇ ਕੋਲ 14ਵਾਂ ਸਵਾਲ, ਜਿਹੜਾ ਕਿ ਵਨ ਆਫ ਦਾ ਮੋਸਟ ਇੰਪੋਰਟੈਂਟ ਕੁਐਸਚਨ ਹੈ। 671, ਪਹਿਲਾਂ ਤਾਂ ਮੈਨੂੰ ਦੱਸੋ 671 ਨੂੰ ਮੈਥ 'ਚ ਕਿਵੇਂ ਲਿਖਾਂਗੇ? ਵਿੱਚੋਂ 599 ਇਹਨੂੰ ਮਾਈਨਸ ਕਰਕੇ ਆਨਸਰ ਦੱਸਿਓ ਮੈਨੂੰ ਕਿੰਨਾ? 82। ਤੇ 82, 8 ਤੇ 9 ਦੇ ਵਿੱਚ ਬਹੁਤ ਜਾਣਿਆਂ ਨੂੰ ਕਨਫਿਊਜ਼ਨ ਸੀਗੀ, ਬਹੁਤ ਜਾਣਿਆਂ ਨੇ ਇਹਨੂੰ ਆਨਸਰ ਲਾਇਆ, ਬਹੁਤ ਨੇ ਇਹਨੂੰ। ਆਹ 8 ਹੁੰਦਾ ਜੀ, ਆਹ 9 ਹੁੰਦਾ। ਸੋ ਮੈਂ ਤੁਹਾਨੂੰ 1 ਤੋਂ ਲੈ ਕੇ 0 ਤੱਕ ਦੀ ਜਿਹੜੀ ਗਿਣਤੀ ਆ ਉਹ ਲਿਖਤੀ ਆ। ਠੀਕ ਹੈ, ਅੱਛਾ ਤੁਸੀਂ ਟਿਕ ਕੀਤਾ ਸੀਗਾ। ਜਿਹੜਾ 8 ਹੁੰਦਾ ਆ ਉਹ ਇਸ ਤਰੀਕੇ ਨਾਲ ਪੈਂਦਾ, 9 ਇਸ ਤਰੀਕੇ ਨਾਲ। ਸੋ ਇਹਦੇ ਨਾਲ ਰਿਲੇਟਡ ਬਹੁਤ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਨੇਗੇ। ਹੁਣ ਇਹਦੇ ਮੈਂ ਦੋ ਕੁਐਸਚਨਾਂ ਦਾ, ਹਾਂਜੀ ਹਾਂ, ਇਹਦੇ 'ਚ ਕਈਆਂ ਦੀ ਮੈਂ ਤਾਂ ਹੀ ਮਾਈਨਸ ਕਰਾਇਆ ਨਾ, ਬਹੁਤ ਜਾਣਿਆਂ ਨੇ ਆਨਸਰ ਹੀ ਗਲਤ ਕੀਤਾ ਹੋਇਆ ਆ। ਠੀਕ ਹੈ, ਮਾਈਨਸ 'ਚ ਗਲਤੀ ਆ, ਮਤਲਬ ਮੇਨ ਮੈਥ 'ਚ। ਹੁਣ ਇਹਦੇ 'ਚ ਮੈਂ ਦੋ ਕੁਐਸਚਨਾਂ ਨੂੰ ਕੰਬਾਈਨ ਕੀਤਾ ਹੋਇਆ। ਇੱਕ ਜਿਹਨੂੰ ਪੰਜਾਬੀ ਗਿਣਤੀ ਨਹੀਂ ਆਉਂਦੀ ਉਹ 100% ਪਹਿਲਾਂ ਕੁਐਸਚਨ 'ਚ ਹੀ ਉਲਝ ਜੂ, ਕਿਉਂਕਿ ਉਹਨੂੰ 99 ਨਹੀਂ ਪਤਾ ਹੋਣਾ। ਜਿਹਨੂੰ ਇਹ ਪਤਾ ਉਹ ਮਾਈਨਸ 'ਚ ਗੜਬੜ ਕਰ ਗਿਆ, ਜਿਹਨੂੰ ਇਹ ਪਤਾ ਉਹਨੂੰ ਗੁਰਮੁਖੀ ਦੀ ਗਿਣਤੀ ਨਹੀਂ ਆਉਣੀ ਹੁੰਦੀ। ਸੋ ਡੋਟ ਨਹੀਂ ਹੁੰਦਾ, ਬਿਲਕੁਲ ਛੋਟੀ ਜਿਹੀ ਜ਼ੀਰੋ ਹੁੰਦੀ, ਜਿਵੇਂ ਨੋਰਮਲੀ ਜਿਹੜੀ ਆਪਾਂ ਜ਼ੀਰੋ ਪਾਉਂਦੇ ਹਾਂ ਉਹ ਕੁਛ ਇੱਦਾਂ ਦੀ ਹੁੰਦੀ ਆ, ਇੱਥੇ ਜਿਹੜੀ ਜ਼ੀਰੋ ਹੁੰਦੀ ਆ ਉਹ ਕੁਛ ਇੱਦਾਂ ਦੀ ਹੁੰਦੀ ਆ। ਠੀਕ ਹੈ, ਸੋ 0 ਨੂੰ ਲੈ ਕੇ ਨਹੀਂ ਪ੍ਰੋਬਲਮ ਹੁੰਦੀ, ਬਾਕੀ ਸਾਰਾ ਜਿਹੜਾ ਸੀਗਾ ਉਹਦੇ 'ਚ ਦਿੱਕਤ ਆ। ਠੀਕ ਹੈ, ਇਹ ਤੁਹਾਨੂੰ ਆਉਣੀ ਚਾਹੀਦੀ ਹੈ, ਮੈਂ ਇਸੇ ਕਰਕੇ ਐਕਸਪਲੇਨੇਸ਼ਨ 'ਚ ਸਿਰਫ ਉਹੀ ਉਹੀ ਚੀਜ਼ ਐਡ ਕੀਤੀ ਆ ਜਿਹੜੀ ਮੈਨੂੰ ਲੱਗਦੀ ਸੀ। ਆਪਾਂ ਤਾਂ ਬਹੁਤ ਅਸ਼ੁੱਧ ਲਿਖਦੇ ਆ ਨਾ ਆਪਾਂ ਤਾਂ, ਕਿਉਂਕਿ ਆਪਾਂ ਨੂੰ ਸੇਮ ਉਦਾਂ ਦੀ ਬਣਤਰ ਸਿਖਾਈ ਗਈ ਆ। ਚਲੋ ਅੱਗੇ ਆ ਗਿਆ ਲਾਸਟ ਕੁਐਸਚਨ ਪੰਜਾਬੀ ਦਾ, ਪੰਜਾਬੀ ਦੀ ਕਿਸ ਉਪਭਾਸ਼ਾ ਵਿੱਚ 5 ਨਾਸਕੀ ਵਿਅੰਜਨ ਮੌਜੂਦ ਹਨ? ਸੋ ਕੀ ਕਰਨ ਡਿਆ, ਕਿੱਥੇ ਜਾਣ ਡਿਆ, ਕੀ ਖਾਣ ਡਿਆ? ਸਭ ਤੋਂ ਵੱਧ ਨਾਸਕੀ ਧੁਨੀਆਂ ਦੀ ਜਿਹੜੀ ਵਰਤੋਂ ਮਾਝੀ ਭਾਸ਼ਾ 'ਚ ਹੁੰਦੀ ਆ, ਇਹਦੇ 'ਚ ਵੀ ਕੁਛ ਸਟੂਡੈਂਟਸ ਨੇ ਦੁਆਬੀ ਭਾਸ਼ਾ ਨੂੰ ਟਿਕ ਕੀਤਾ ਸੀਗਾ। ਸੋ ਸੌਖੇ ਕੁਐਸਚਨ ਸੀ, ਤੇ ਮਾਝੀ ਭਾਸ਼ਾ ਦੇ ਜਿਹੜੇ ਇਲਾਕੇ ਨੇ ਨਾ, ਹਰ ਭਾਸ਼ਾ ਦੇ ਇਲਾਕੇ ਪਤਾ ਹੋਣੇ ਚਾਹੀਦੇ ਨੇ ਆਪਾਂ ਨੂੰ। ਸੋ ਇਹਨੂੰ ਲਾਹੌਰ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਲਾਇਲਪੁਰ, ਸਿਆਲਕੋਟ, ਰਾਵਲਪਿੰਡੀ ਤੇ ਕਰਨਾਲ ਆਦਿ ਦੇ ਇਲਾਕਿਆਂ ਦੇ ਵਿੱਚ, ਹਾਲਾਂਕਿ ਕਰਨਾਲ ਜਿਹੜਾ ਆ ਉਹ ਹਰਿਆਣੇ ਦਾ ਰੀਜਨ ਆ, ਹੁਣ ਤਾਂ ਕਰਨਾਲ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਜਿਹੜੀਆਂ ਨੇ, ਹਰਿਆਣੇ ਦੀਆਂ ਭਾਸ਼ਾਵਾਂ, ਹਿੰਦੀ ਹੋ ਗਈ, ਅੰਗਰੇਜ਼ੀ ਹੋ ਗਈ, ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ, ਪਰ ਆਮ ਤੌਰ 'ਤੇ ਇਹ ਕੁਝ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਮਾਝੀ ਭਾਸ਼ਾ ਜਿਹੜੀ ਆ ਬੋਲੀ ਜਾਂਦੀ ਹੈ। ਠੀਕ ਹੈ ਜੀ, ਇਹ ਸੀਗੇ ਆਪਣੇ ਡਿਸਕਸ਼ਨ, ਤੇ ਮੈਨੂੰ ਲੱਗਦਾ ਵੀ ਸਾਰਾ ਕੁਝ ਕਲੀਅਰ ਹੋ ਗਿਆ ਹੋਊਗਾ, ਹਨਾ। ਆਪਾਂ ਜੋ ਡਿਟੇਲ ਦੇ ਵਿੱਚ ਚੀਜ਼ਾਂ ਡਿਸਕਸ ਕੀਤੀਆਂ ਸੀਗੀਆਂ ਉਹ 'ਚੋਂ ਸਵਾਲ ਕਿੱਦਾਂ ਦੇ ਬਣਦੇ ਆ ਇਹਦੇ ਬਾਰੇ ਵੀ ਆਈਡੀਆ ਹੋ ਗਿਆ ਹੋਊਗਾ, ਹਨਾ।